ਜਿਨ੍ਹਾਂ ਨੇ ਆਵਾਜ਼ ਚੱਕੀ ਉਹਨਾਂ ਦਾ ਇਤਰਾਜ਼ ਇਹ ਹੈ ਕਿ ਪਾਰਟੀ ਸ਼੍ਰੋਮਣੀ ਕਾਲੀ ਦਲ ਨਾ ਹੋ ਕੇ ਸੁਖਬੀਰ ਬਾਦਲ ਬਣ ਗਈ ਹੈ ਜੱਥੇਦਾਰ ਸਹਿਬਾਨਾਂ ਨੂੰ ਘਰ ਬੁਲਾ ਕੇ ਉਹ ਮਾਫੀ ਦਵਾਈ ਗਈ ਕਹਿੰਦੇ ਡੇਰਾ ਮੁਖੀ ਨੇ ਤਾਂ ਮਾਫੀ ਮੰਗੀ ਹੀ ਨਹੀਂ ਪ੍ਰੀਮ ਸਿੰਘ ਜਦੋਂ ਮਾਜਰਾ ਨਹੀਂ ਗੱਲ ਕਹੀ ਇੱਥੇ ਬੈਠ ਕੇ ਕਿ ਸਾਨੂੰ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਥੋਂ ਤੱਕ ਗੱਲ ਕਹਿਤੀ ਕਿ ਭਾਵੇਂ ਮੈਂ ਕੱਲਾ ਰਹਿ ਜਾ ਮੈਂ ਪ੍ਰਧਾਨਗੀ ਨਹੀਂ ਕਰਾਂ ਕੀ ਵਾਕਈ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਉੱਥੇ ਆਪਣਾ ਕੋਈ ਤਰਕਾਂ ਦੇ ਨਾਲ ਸਪਸ਼ਟੀਕਰਨ ਦੇ ਕੇ ਆਏ ਨੇ ਅਕਾਲੀ ਦਲ ਤੇ ਇਲਜ਼ਾਮ ਲੱਗਦਾ ਕਿ ਲਫਾਫਾ ਸਿਸਟਮ ਵੀ ਹੈ ਕਿ ਜਥੇਦਾਰ ਸਾਹਿਬ ਲਫਾਫੇ ਚੋਂ ਨਿਕਲਦੇ ਨੇ ਐਸਜੀਪੀਸੀ ਦਾ ਪ੍ਰਧਾਨ ਲਫਾਫੇ ਦੇ ਵਿੱਚੋਂ ਨਾਮ ਨਿਕਲਦਾ ਏ ਲਫਾਫਾ ਵੀ ਸਿੱਧਾ ਕਹਿੰਦੇ ਬਾਦਲ ਪਰਿਵਾਰ ਦੇ ਘਰ ਤੋਂ ਆਉਂਦਾ ਇਹ ਸਾਡੇ ਤੇ ਤਾਂ ਹੋਰ ਲਾ ਲਓ ਇਲਜ਼ਾਮ ਕਿਸੇ ਨੂੰ ਕਹਿਣੇ ਹੈ ਚੋਰ ਕਹਿ ਦਿਓ ਡਾਕੂ ਕਹਿ ਦਿਓ ਭ੍ਰਿਸ਼ਟਾਚਾਰੀ ਕਹਿ ਦਿਓ ਕੁਛ ਕਹਿ ਦਿਓ ਹੋਰ ਲਾ ਦਿਓ ਸਭ ਤੋਂ ਪਹਿਲਾਂ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਨਿਊਜ਼ ਰੂਮ ਕਟੈਰਾ ਦਾ ਇੱਕ ਹੋਰ ਸ਼ੋਅ ਲੈ ਕੇ ਸਿਆਣੇ ਕਹਿੰਦੇ ਨੇ ਕਿ ਜਦੋਂ ਕੋਈ ਸ਼ਖਸ ਕਿਸੇ ਕੁਰਸੀ ਦੇ ਉੱਤੇ ਬੈਠਿਆ ਹੁੰਦਾ ਹੈ ਤਾਂ ਉਸ ਕੁਰਸੀ ਦੇ ਜਿਹੜੇ ਚਾਰ ਪਾਵੇਂ ਨੇ ਉਹ ਬਹੁਤ ਮਜ਼ਬੂਤ ਹੋਣੇ ਚਾਹੀਦੇ ਨੇ ਹਾਂ ਕਈ ਵਾਰ ਕੋਈ ਇੱਕ ਪਾਵਾ ਜੇਕਰ ਢਿੱਲਾ ਹੋਵੇ ਜਾਂ ਫਿਰ ਅਲੱਗ ਵੀ ਹੋ ਜਾਵੇ ਤਾਂ ਜੇ ਬਾਕੀ ਦੇ ਬਹੁਤ ਮਜ਼ਬੂਤ ਨੇ ਤਾਂ ਕੁਰਸੀ ਟਿੱਕੀ ਰਹਿ ਸਕਦੀ ਹੈ ਪਰ ਪਾਵੇਂ ਤਾਂ ਚਾਰੋ ਚਾਹੀਦੇ ਨੇ ਅੱਜ ਅਸੀਂ ਜ਼ਿਕਰ ਸ਼ਰੋਮਣੀ ਅਕਾਲੀ ਦਲ ਦਾ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਬਾਗੀ ਧੜੇ ਦੇ ਵੱਲੋਂ ਅਕਾਲੀ ਦਲ ਦੇ ਵੱਡੇ ਚਿਹਰਿਆਂ ਦੇ ਵੱਲੋਂ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਜਿਹੜੀ ਪ੍ਰਧਾਨਗੀ ਵਾਲੀ ਹੈ ਉਸ ਦੇ ਜਿਹੜੇ ਪਾਵੇਂ ਆ ਉਹਨਾਂ ਨੂੰ ਹਿਲਾਉਣ ਦੀ ਜਾਂ ਹਿੱਲਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਇਸ ਸਭ ਦੇ ਵਿਚਾਲੇ ਉਹਨਾਂ ਦੇ ਨਾਲ ਕੁਝ ਅਜਿਹੇ ਆਗੂ ਵੀ ਖੜੇ ਨੇ ਜਿਹੜੇ ਡਟ ਕੇ ਸੁਖਬੀਰ ਬਾਦਲ ਦੇ ਪੱਖ ਦੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਨੇ ਅੱਜ ਅਸੀਂ ਉਹਨਾਂ ਦਾ ਜ਼ਿਕਰ ਕਰਾਂਗੇ ਮਹਿਮਾਨ ਦੇ ਤੌਰ ਦੇ ਉੱਤੇ ਸਾਡੇ ਨਾਲ ਜੁੜਨਗੇ ਬਹੁਤ ਸਾਰੇ ਸਵਾਲ ਜਵਾਬ ਅਕਾਲੀ ਦਲ ਦੇ ਅੰਦਰ ਚੱਲ ਰਹੀ ਇਸ ਖਾਨਾ ਜੰਗੀ ਨੂੰ ਲੈ ਕੇ ਹੋਣਗੇ ਸ਼ੁਰੂਆਤ ਕਰਦੇ ਹਾਂ ਔਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਮਹਿਮਾਨ ਦਾ ਡਾਕਟਰ ਦਲਜੀਤ ਸਿੰਘ ਚੀਮਾ ਸ਼ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਚਿਹਰਾ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰਾਂਗੇ ਡਾਕਟਰ ਚੀਮਾ ਦਾ ਸਾਬਕਾ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਇੱਕ ਵੱਡਾ ਰੋਲ ਨਿਭਾਇਆ ਜਦੋਂ ਅਕਾਲੀ ਦਲ ਪਾਦੀ ਸਰਕਾਰ ਸੀ ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ ਸਾਡੇ ਇਸ ਖਾਸ ਸ਼ੋਅ ਦੇ ਵਿੱਚ ਨਿਊਜ਼ ਰੂਮ ਘਟੈਰਾ ਦੇ ਵਿੱਚ ਚੀਮਾ ਸਾਹਿਬ ਦਾ ਮੈਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਪਰ ਕਾਬਲੇ ਗੌਰ ਇਹ ਹੈ ਕਿ ਚੁਣੌਤੀਆਂ ਬਹੁਤ ਵੱਡੀਆਂ ਸਾਫ਼ ਤੌਰ ਤੇ ਨਜ਼ਰ ਆਉਂਦੀਆਂ ਨੇ ਸੁਖਬੀਰ ਸਿੰਘ ਬਾਦਲ ਸਾਹਮਣੇ ਜੋ ਆਕਾਲੀ ਦਲ ਦੇ ਪ੍ਰਧਾਨ ਨੇ ਤੇ ਉਹਨਾਂ ਚੁਣੌਤੀਆਂ ਨੂੰ ਪਾਰ ਕਰਨ ਦੇ ਲਈ ਕਿਤੇ ਨਾ ਕਿਤੇ ਉਹਨਾਂ ਦੇ ਸਾਥੀਆਂ ਦੀ ਜ਼ਰੂਰਤ ਹੋਏਗੀ ਤੇ ਉਹਨਾਂ ਦੇ ਵਿੱਚ ਇੱਕ ਵੱਡਾ ਚਿਹਰਾ ਸਾਡੇ ਨਾਲ ਹੈ ਡਾਕਟਰ ਚੀਮਾ ਸਰ ਬਹੁਤ-ਬਹੁਤ ਸਵਾਗਤ ਹੈ ਮੇਰੇ ਸੀਨੀਅਰ ਸਹਿਯੋਗੀ ਵਿਜੇਪਾਲ ਬਰਾੜ ਵੀ ਸਾਡੇ ਨਾਲ ਹੋਣਗੇ ਆਪਾਂ ਸ਼ੁਰੂਆਤ ਕਰਦੇ ਹਾਂ ਸਵਾਲ ਜਵਾਬ ਦਾ ਕਿਉਂਕਿ ਗੱਲਬਾਤ ਜਿਸ ਤਰੀਕੇ ਦਾ ਪੂਰਾ ਘਟਨਾਕ੍ਰਮ ਪਿਛਲੇ ਕਰੀਬ ਕਰੀਬ 1.5 ਮਹੀਨੇ ਦੇ ਵਿੱਚ ਅਕਾਲੀ ਦਲ ਦੇ ਅੰਦਰ ਘਟਿਆ ਹੈ ਖਾਸ ਤੌਰ ਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉਸ ਤੋਂ ਬਾਅਦ ਇਹ ਚਰਚਾ ਬਹੁਤ ਇਮੋਰਨ ਵਾਲੀ ਹੈ ਅ ਸਰ ਸ਼ੁਰੂਆਤ ਕਰਦਾ ਹਾਂ ਮੈਂ ਸ਼ੁਰੂਆਤ ਕੀਤੀ ਕਿ ਬਹੁਤ ਕੱਟ ਲੀਡਰ ਹੁੰਦੇ ਨੇ ਜਾਂ ਬਹੁਤ ਅ ਕਈ ਵਾਰ ਕੱਟ ਲੋਕ ਰਹਿ ਜਾਂਦੇ ਨੇ ਜਿਹੜੇ ਹਰ ਟਾਈਮ ਨਾਲ ਖੜੇ ਰਹੇ ਹਨ ਸੁਖਬੀਰ ਸਿੰਘ ਬਾਦਲ ਦੇ ਨਾਲ ਇਸ ਸਮੇਂ ਜਦੋਂ ਤੁਸੀਂ 2017 2022 2019 2024 ਦੇ ਇਲੈਕਸ਼ਨ ਹਾਰੇ ਹੋ ਇਸ ਸਮੇਂ ਵੀ ਡਾਕਟਰ ਚੀਮਾ ਸੁਖਬੀਰ ਬਾਦਲ ਦੇ ਨਾਲ ਖੜੇ ਨੇ ਮੈਂ ਸ਼ੁਰੂਆਤ ਇਥੇ ਹੀ ਕਰਦਾ ਇਹਦੀ ਵਜ੍ਹਾ ਕੀ ਹੈ ਦੇਖੋ ਗੱਲ ਇਹ ਹੈ ਕਿ ਵੈਸੇ ਕਿ ਮੈਂ ਇਕੱਲਾ ਨਹੀਂ ਖੜਾ ਸਾਰੀ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੀ ਹੈ ਹਾਂ ਆ ਪੰਜੇ ਲੀਡਰਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਸਾਡੇ ਦਾ ਥੋੜਾ ਥੋੜਾ ਨਰਾਜ਼ ਚੱਲਦੇ ਪਏ ਆ ਪਰ ਪਾਰਟੀ ਬਹੁਤ ਵੱਡੀ ਹੈ ਜੀ ਇਸ ਕਰਕੇ ਲੱਖਾਂ ਵਰਕਰਾਂ ਦਾ ਮਿਲ ਕੇ ਪਰਿਵਾਰ ਬਣਦਾ ਉਹ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਆ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਆ ਇਸ ਕਰਕੇ ਬੜੀ ਵੱਡੀ ਸਟਰੈਂਥ ਜਿਹੜੀ ਆ ਉਹ ਪਾਰਟੀ ਪ੍ਰਧਾਨ ਦੇ ਨਾਲ ਖੜੀ ਆ ਤੇ ਜਿਹੜੇ ਸਾਡੇ ਪੰਜ ਸੱਤ ਨਾਰਾਜ਼ ਵੀਰ ਨੇ ਉਹ ਤੁਸੀਂ ਜਰੂਰ ਗਿਣਤੀ ਕਰ ਸਕਦੇ ਹੋ ਉਂਗਲਾਂ ਤੇ ਕਿ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਤੁਸੀਂ ਇਤਰਾਜ਼ ਨਾ ਕਰਦੋਗੇ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਨਾਮ ਲੈ ਰਹੇ ਹੋ ਕਿ ਮੈਂ ਤਾਂ ਅਕਾਲੀ ਦਲ ਦੇ ਨਾਲ ਖੜਾ ਹਾਂ ਕਿ ਇਹ ਇਹ ਦੋਵਾਂ ਦੇ ਵਿੱਚ ਫਰਕ ਹੈ ਸੁਬੀਰ ਬਾਦਲ ਦੇ ਨਾਲ ਖੜਨਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਨਾ ਨਹੀਂ ਦੇਖੋ ਗੱਲ ਇਹ ਹੈ ਕਿ ਜਿਹੜਾ ਪਾਰਟੀ ਦਾ ਮੁਖੀ ਹੁੰਦਾ ਪਰਿਵਾਰ ਦਾ ਮੁਖੀ ਹੁੰਦਾ ਜੀ ਉਹ ਸਾਰੇ ਪਰਿਵਾਰ ਦੀ ਪਛਾਣ ਜਿਹੜੀ ਹੈ ਉਹਦੇ ਨਾਲ ਹੀ ਹੁੰਦੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਮਿਹਨਤ ਕਰਕੇ ਲੱਖਾਂ ਸਾਡੇ ਸੀਟਾਂ ਮੈਂਬਰ ਤੇ ਫਿਰ ਇਲੈਕਸ਼ਨਾਂ ਹੋ ਕੇ ਤੇ ਪਾਰਟੀ ਦਾ ਪ੍ਰਧਾਨ ਬਣ ਇਸ ਕਰਕੇ ਇੱਕ ਭਾਵਨਾ ਹੁੰਦੀ ਹੈ ਸਾਰੀ ਪਾਰਟੀ ਦੀ ਨੇ ਪ੍ਰਧਾਨ ਨਹੀਂ ਪਾਰਟੀ ਨੂੰ ਹਮੇਸ਼ਾ ਡੀਡ ਕਰਦਾ ਇਸ ਕਰਕੇ ਸਾਡਾ ਤੇ ਵੈਸੇ ਵੀ ਜਥੇਦਾਰੀ ਸਿਸਟਮ ਗਿਆ ਜਥੇਦਾਰ ਦੇ ਨਾਂ ਨਾਲੀ ਸਾਰਾ ਕੁਝ ਜਿਹੜਾ ਉਹ ਦਲ ਜਿਹਨਾਂ ਜਿਹਨਾਂ 5-7 ਲੀਡਰਾਂ ਦਾ ਤੁਸੀਂ ਨਾਂ ਲਿਆ ਜਿਨ੍ਹਾਂ ਨੇ ਆਵਾਜ਼ ਚੱਕੀ ਉਹਨਾਂ ਦਾ ਇਤਰਾਜ਼ ਇਹ ਹੈ ਕਿ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾ ਹੋ ਕੇ ਸੁਖਬੀਰ ਬਾਦਲ ਬਣ ਗਈ ਹੈ ਨਹੀਂ ਪਾਰਟੀ ਤਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਈ ਗਲਤੀ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਲਿਖ ਦਿੰਦੇ ਨੇ ਤੇ ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਸਭ ਤੋਂ ਪਹਿਲਾਂ ਟੋਕਦੇ ਹੁੰਦੇ ਸੀ ਹੂੰ ਵੀ ਪਾਰਟੀ ਦਾ ਨਾਂ ਠੀਕ ਲੈਣਾ ਸਿੱਖੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਹੈ ਹੂੰ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੂੰ ਉਹ ਕਹਿੰਦੇ ਸੀ ਜਦੋਂ ਪਿੱਛੇ ਲਫਜ਼ ਲੱਗਨੇ ਸ਼ੁਰੂ ਹੁੰਦੇ ਹਨ ਨਾ ਹੂੰ ਉਹ ਸਪਲਿੰਟਰ ਗਰੁੱਪ ਹੁੰਦਾ ਠੀਕ ਹੈ ਇਹ ਉਹ ਅਕਾਲੀ ਦਲ ਹੈ ਜਿਹੜਾ 1920 ਦੇ ਵਿੱਚ ਗੁਰਦਾਰਾ ਸੁਧਾਰ ਲਹਿਰ ਦੇ ਵਿੱਚੋਂ ਨਿਕਲਿਆ ਸੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨਹੀਂ ਪਰ ਉਹ ਉਹ ਤੇ ਪਰ ਉਹ ਹੀ ਜਿਤਾਉਂਦੇ ਪ੍ਰਧਾਨ ਕਿਉਂਕਿ ਲੰਬੇ ਸਮਾਂ ਪ੍ਰਕਾਸ਼ ਸਿੰਘ ਬਾਦਲ ਰਹੇ सरदार सुखबीर सिंह इस तो पहला भी बहुत वख्सियत प्रधान रही है। पार्टी है ही श्रोमणी अकाली दल है कई गलती नाल कई अखबारों भी लिख देंदीय इस करके पा पार्टी का ना ही श्रोमणी अकाली नहीं पर उन, इतराज यही है कि पार्टी श्रोमणी अकाली दल ही रहनी चाहिए है पर पार्टी अकाली दल बादल बन रही है और उस करके वो मंग रख रहे हैं कि सुखबीर बादल पिछले हटन नहीं चार जून तक ठीक से चार जून तो बाद ही ਉਨਾਂ ਨੂੰ ਲੱਗਿਆ ਕਿ ਪਾਰਟੀ ਸ਼੍ਰੋਮਣੀ ਕਾਲੀ ਦਲ ਬਦਲ ਬਣ ਰਹੀ ਹੈ। ਇਸ ਤੋਂ ਪਹਿਲਾਂ ਕਦੀ ਕਿਸੇ ਨੇ ਨਹੀਂ ਕਿਹਾ। ਨਹੀਂ 4 ਜੂਨ ਤੋਂ ਬਾਅਦ ਕਿਉਂ ਲੱਗਿਆ? ਆਲੈਕਸ਼ਨ ਤੱਕ? ਹਮਮ ਆਲੈਕਸ਼ਨ ਤੋਂ ਬਾਅਦ ਜਦੋਂ ਰਿਜ਼ਲਟ ਜਿਹੜਾ ਸਾਡੀਆਂ ਇੱਛਾਵਾਂ ਦੇ ਮੁਤਾਬਕ ਨਹੀਂ ਆਇਆ। ਹਮਮ ਤੇ ਫਿਰ ਕੁਝ ਸੱਜਣਾਂ ਦੇ ਖਾਸ਼ਾ ਉੱਠਦੀਆਂ ਰਹਿੰਦੀਆਂ ਸਮੇਂ-ਸਮੇਂ ਤੇ ਮੁਤਾਬਕ। ਨਹੀਂ ਪਰ ਚੀਮਾ ਸਾਹਿਬ ਉਹਦੇ ਨਾਲ ਫਿਰ ਥੋੜੀ ਜੀ ਸਭਾ ਦੇ ਵਿੱਚ ਤਬਦੀਲੀ ਆਉਂਦੀ ਹੈ। ਹਮਮ ਥੋੜੀ ਜੀ ਜ਼ੁਬਾਨ ਦੇ ਵਿੱਚ ਤਬਦੀਲੀ ਆਉਂਦੀ ਹੈ ਥੋੜੀ ਜੀ ਬਿਆਨਾਂ ਦੇ ਵਿੱਚ ਤਬਦੀਲੀ ਆਉਂਦੀ ਹੈ। ਪਰ ਵਰਕਰ ਨੇ ਪਸੰਦ ਨਹੀਂ ਕੀਤੀ ਪਾਰਟੀ ਦੀਆਂ ਮੀਟਿੰਗਾਂ ਹੋਈਆਂ ਜਥੇਦਾਰ ਸਰਬੰਦੀਆਂ ਵਰਕਿੰਗ ਕਮੇਟੀ ਦੀਆਂ ਬਾਕੀ ਸਾਰੀਆਂ ਦੀਆਂ ਉਹਦੇ ਵਿੱਚ ਨਿਚੋੜ ਸਭ ਨੇ ਆ ਗਿਆ ਕਿ ਪਾਰਟੀ ਇਕੱਠਾ ਇਕੱਠੀ ਆ ਤੇ ਉਹ ਪੰਜ ਚਾਰ ਸਾਡੇ ਸਾਥੀ ਵੱਖਰੇ ਲੈ ਗਏ ਨਹੀਂ ਪਰ ਤੁਸੀਂ 4 ਜੂਨ ਦਾ ਜ਼ਿਕਰ ਕਰ ਰਹੇ ਸੀਗੇ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ 4 ਜੂਨ ਤੋਂ ਬਾਅਦ ਇਹਨਾਂ ਦੇ ਬਿਆਨ ਬਦਲੇ ਨੇ ਹਾਲਾਂਕਿ ਤੁਸੀਂ ਜ਼ਿਕਰ ਕਰ ਚੁੱਕੇ ਹੋ ਪਰ 4 ਜੂਨ ਨੂੰ ਜੋ ਨਤੀਜੇ ਆਏ ਕੋਈ ਬਹੁਤਾ ਦਿਨ ਯਾਦ ਰੱਖਣ ਵਾਲਾ ਹੈ ਨਹੀਂ ਅਕਾਲੀ ਦਲ ਦੇ ਨੇ ਇਹ ਠੀਕ ਹੈ ਗੱਲ ਇਸੇ ਗੱਲ ਕਿ ਮੈਂ ਯਾਦ ਰੱਖਿਆ ਨਹੀਂ ਕਹਿੰਦੇ ਇਹ ਜਿਹੜੀ ਡੇਟ ਉਹ ਤਾਂ ਬਹੁਤਾ ਯਾਦ ਰੱਖਿਆ ਨਹੀਂ ਅਗਲਾ ਭਲਾ ਭਲਾ ਦੇ ਨੇ ਖੁਦ ਚੋਣ ਲੜੇ ਹੋ ਤੁਹਾਡੇ ਤੋਂ ਵੱਧ ਭੁਗਤ ਭੋਗੀ ਕੌਣ ਹੈ ਮੈਂ ਐਸੇ ਕਰਕੇ 4 ਜੂਨ ਦਾ ਜ਼ਿਕਰ ਆਪ ਹੀ ਕੀਤਾ ਹੂੰ ਉਹਦੇ ਵਿੱਚੋਂ ਬਹੁਤ ਸਬਕ ਸਿੱਖਣ ਵਾਲਿਆ ਹੂੰ ਔਰ ਪਾਰਟੀ ਉਹਨੂੰ ਜਿਹੜੀ ਹੈ ਚੰਗੀ ਤਰ੍ਹਾਂ ਦੇ ਨਾਲ ਉਹਨੂੰ ਤਹ ਤੱਕ ਜਾ ਵੀ ਰਹੀ ਹੈ ਹੂੰ ਕਿ ਕਿੱਥੇ ਕਿੱਥੇ ਗਲਤ ਹੋਇਆ ਉਹਨੂੰ ਕਿਸ ਤਰੀਕੇ ਠੀਕ ਕੀਤਾ ਜਾ ਸਕਦਾ ਉਹ ਹਮੇਸ਼ਾ ਹਰ ਪਾਰਟੀ ਦੀ ਜਦੋਂ ਵੀ ਕਿਤੇ ਪਰਫਾਰਮੈਂਸ ਠੀਕ ਨਹੀਂ ਹੁੰਦੀ ਚੰਗੀ ਹੁੰਦੀ ਆ ਉਦੋਂ ਵੀ ਅਨਲਿਸਿਸ ਹੁੰਦੀ ਆ ਕਿ ਹੋਰ ਬੈਟਰ ਹੋ ਸਕਦਾ ਸੀ ਕਿ ਨਹੀਂ ਸੀ ਜਦੋਂ ਨਹੀਂ ਠੀਕ ਹੁੰਦੀ ਤਾਂ ਉਦੋਂ ਵੀ ਅਨਲਿਸਿਸ ਹੁੰਦੀ ਆ ਕਿ ਇਹਨੂੰ ਕਿਦਾਂ ਠੀਕ ਕੀਤਾ ਜਾ ਸਕਦਾ ਉਹ ਇੱਕ ਕੰਟੀਨਿਊਸ ਪ੍ਰੋਸੈਸ ਆ ਕਿ ਜੇ ਪਾਰਟੀ ਨੇ ਅਗੇ ਵਧਣਾ ਉਹ ਚੀਜ਼ਾਂ ਦੇਖਣੀਆਂ ਪੈਂਦੀਆਂ ਦੇਖਣੀਆਂ ਪੈਂਦੀਆਂ ਸੁਧਾਰ ਕਰਨੇ ਪੈਂਦੇ ਆ ਤਾਂ ਹੀ ਗੱਲ ਅੱਗੇ ਵਧਦੀ ਆ ਉਸੇ ਲਗਾਤਾਰ ਲੱਗੇ ਹੋਇਆ ਚਲੋ ਅਸੀਂ ਜ਼ਿਕਰ ਤੇ ਇਸ ਵੇਲੇ ਅਕਾਲੀ ਦਲ ਦੀ ਸਥਿਤੀ ਦਾ ਹੀ ਆਪਾਂ ਕਰ ਰਹੇ ਆ ਜੇ ਵਿੱਚ ਤੁਸੀਂ ਗੱਲ ਛੇੜ ਹੀ ਲਈ ਤਾਂ ਮੈਂ ਨਾਲ ਹੀ ਮੜਾ ਜਾਂ ਜੋੜ ਦਿੰਨਾ ਕਿ ਡਾਕਟਰ ਚੀਮਾ ਆਪਦੀ ਮਰਜ਼ੀ ਨਾਲ ਗੁਰਦਾਸਪੁਰ ਗਏ ਸੀ ਆ ਮਜਬੂਰੀ ਐਸੀ ਬਣਨੀ ਸੀ ਕਿ ਜਾਣਾ ਪਿਆ ਨਹੀਂ ਸਚਾਈ ਆ ਮੈਂ ਤਾਂ ਸ਼੍ਰੀ ਨੰਦਪੁਰ ਸਾਹਿਬ ਤੋਂ ਕਿਉਂਕਿ 2009 ਦੇ ਵਿੱਚ ਸ਼੍ਰੀ ਨੰਦਪੁਰ ਸਾਹਿਬ ਲੜਿਆ ਸੀ ਤੇ ਲਗਾਤਾਰ ਉਸ ਤੋਂ ਬਾਅਦ ਰੋਪੜ ਵਿਧਾਨ ਸਭਾ ਵੀ ਰਿਆ ਇੱਥੋਂ ਹੀ ਮਿਨਿਸਟਰ ਰਿਆ ਤੇ ਲਗਾਤਾਰ ਮੈਂ ਇਸੇ ਏਰੀਆ ਦੇ ਵਿੱਚ ਹੀ ਮੈਂ ਇਹਨੂੰ ਕਹਿੰਦਾ ਕਿਉਂਕਿ ਪਾਰਟੀ ਹੈੱਡ ਆਫਿਸ 'ਚ ਜ਼ਿਆਦਾ ਟਾਈਮ ਦੇਣ ਕਰਕੇ ਹਲਕਾ ਨੇੜੇ ਹੋਣ ਕਰਕੇ ਸ਼ੁਰੂ ਤੋਂ ਮੈਨੂੰ ਪਾਰਟੀ ਨੇ ਉਦੋਂ ਹੀ ਇਸੇ ਕਰਕੇ ਇੱਥੇ ਲਿਆਂਦਾ ਸੀ ਕਿ ਨਾਲ ਪਾਰਟੀ ਹੈੱਡ ਆਫਿਸ ਦੇ ਦੋਨੇ ਕੰਮ ਚੱਲਦੇ ਰਹਿਣ ਠੀਕ ਹੈ ਤੇ ਹੁਣ ਵੀ ਮੈਂ ਇੱਥੇ ਇੰਟਰਸਟਿਡ ਸੀ ਪਰ ਸਾਡੇ ਭਰਾ ਦੀ ਜਿੱਦ ਸੀ ਚੰਦੂਬੰਧਰ ਸਾਹਿਬ ਦੀ ਕਿ ਮੈਂ ਲੜਨਾ ਅਸੀਂ ਤੇ ਉਹਨੂੰ ਕਹਿੰਦੇ ਸੀ ਕਿ ਪਟਿਆਲੋ ਲੜੋ ਤੇ ਤੁਹਾਡਾ ਕਦ ਵੀ ਵੱਡਾ ਹੈ ਉੱਥੇ ਲੜਾਈ ਵੀ ਵੱਡੀ ਹੈ ਤੇ ਉੱਥੇ ਦੋ ਹਲਕੇ ਵੀ ਆ ਤੁਹਾਡੇ ਪਰ ਇਹ ਹੁਣ ਉਹਨਾਂ ਨੂੰ ਪਤਾ ਹੈ ਵੀ ਸਾਰੇ ਨੌਹੜ ਕਹਿੰਦੇ ਇਨਚਾਰਜ ਕਹਿੰਦੇ ਮੈਂ ਤਾਂ ਭੇਜਿਆ ਗਿਆ ਉੱਥੇ ਜਿਹੜਾ ਜਥੇਦਾਰ ਵੀ ਕਹਿੰਦੇ ਸੀ ਇਸ ਕਰਕੇ ਜਦੋਂ ਉਹ ਵੀ ਇਸ ਜਿੱਦ ਤੇ ਸੀ ਕਿ ਮੈਂ ਇੱਥੋਂ ਲੜਨਾ ਤੇ ਫਿਰ ਮੈਨੂੰ ਪਾਰਟੀ ਦਾ ਹੁਕਮ ਹੋਇਆ ਤੇ ਗੁਰਦਾਸਪੁਰ ਵਾਲੇ ਸਾਡੇ ਸਾਥੀਆਂ ਦਾ ਸੀ ਨਹੀਂ ਤੁਸੀਂ ਤੁਸੀਂ ਕਹਿੰਦੇ ਉੱਥੇ ਤੇ ਮੈਂ ਉੱਥੇ ਜੋ ਤੁਸੀਂ ਕਹਿ ਰਹੇ ਹੋ ਜਿੱਦ ਕਰਕੇ ਗਏ ਆ ਉਹ ਕਹਿੰਦੇ ਕਿ ਮੈਨੂੰ ਤਾਂ ਜਿਹੜੀ ਸਭ ਤੋਂ ਔਖੀ ਜਗ੍ਹਾ ਉੱਥੇ ਪਾਰਟੀ ਭੇਜ ਦਿੰਦੀ ਹੈ ਜ਼ਬਰਦਸਤੀ ਬਹੁਤ سارے ਇਲੈਕਸ਼ਨਾਂ ਦਾ ਜ਼ਿਕਰ ਕਰ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੈਨੂੰ ਭੇਜਤਾ ਕਹਿੰਦੇ ਕਦੇ ਫਰਦਰਗੱਡ ਸਾਹਿਬ ਕਦੇ ਪਟਿਆਲੇ ਵਾਲੇ ਪਾਸੇ ਕਦੇ ਆਨੰਦਪੁਰ ਸਾਹਿਬ ਵਾਲੇ ਪਾਸੇ ਹੁਣ ਵੀ ਆਨੰਦਪੁਰ ਭੇਜਤਾ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਲੈਕਸ਼ਨ ਨਹੀਂ ਲੜਨਾ ਸੀ ਕਹਿੰਦੇ ਨਹੀਂ ਮੈਨੂੰ ਤਾਂ ਪਾਰਟੀ ਨੇ ਕਿਹਾ ਮੈਂ ਲੜਿਆ ਨਹੀਂ ਆ ਜਿਹੜਾ ਸਨੌਰ ਤੇ ਘਨੌਰ ਭੇਜਿਆ ਸੀ ਇਹ ਪਾਰਟੀ ਦੀ ਭੇਜਿਆ ਸੀ ਤੇ ਦੋਨੇ ਪਟਿਆਲਾ ਪਾਰਲੀਮੈਂਟ ਦੇ ਹਿੱਸੇ ਹਨ ਉਹਨਾਂ ਦੇ بیٹے ਦਾ ਹਲਕਾ ਵੀ ਸੀ ਆਪਣਾ ਵੀ ਸੀ ਤੇ ਜਿਸ ਪਾਰਲੀਮੈਂਟ ਦੇ ਵਿੱਚ ਤੁਹਾਡੇ ਦੋ ਹਲਕੇ ਪੈਂਦੇ ਹੁਣ ਉਸ ਤੋਂ ਵਧੀਆ ਗੱਲ ਕੀ ਹੁੰਦੀ ਮੈਂ ਅਨੰਦਪੁਰ ਸਾਹਿਬ ਐਸੇ ਕਰਕੇ ਪ੍ਰੈਫਰ ਕਰਦਾ ਸੀ ਨਾ ਕਿ ਇੱਕ ਤਾਂ ਮੈਂ ਲੜਿਆ ਦੂਜਾ ਮੇਰਾ ਆਪਣਾ ਹਲਕਾ ਵਿੱਚ ਪੈਂਦਾ ਹੂੰ ਤੇ ਸੌਖਾ ਰਹਿੰਦਾ ਕਿ ਤੁਹਾਡੀ ਆਪਣੇ ਇੱਕ ਇਹਦੀ ਤੁਸੀਂ ਪਹਿਲਾਂ ਬੇਨਤ ਕੀਤੀ ਹੋਊਗੀ ਤੇ ਜੇ ਉਦੋਂ ਗੱਲ ਮੰਨ ਜਾਂਦੇ ਤੇ ਚੈਟ ਬੈਟਰ ਹੁੰਦਾ ਕੰਮ ਤਾਂ ਨਹੀਂ ਮੰਨੀ ਕਿਉਂ ਨਹੀਂ ਇਹ ਤਾਂ ਹੁਣ ਉਹਨਾਂ ਨੂੰ ਪੁੱਛੋ ਨਹੀਂ ਬਸ ਤੁਹਾਡੀ ਸੀਟ ਤੇ ਖਿਸਕ ਕੇ ਗੁਰਦਾਸਪੁਰ ਚਲੀ ਗਈ ਨਾ ਨਹੀਂ ਮੈਂ ਤਾਂ ਫਿਰ ਜਦੋਂ ਪਾਰਟੀ ਦਾ ਹੁਕਮ ਹੋ ਗਿਆ ਤੇ ਫਿਰ ਦੋ ਹੀ ਗੱਲਾਂ ਹੁੰਦੀਆਂ ਜਾਂ ਤੁਸੀਂ ਆਪੋ ਚ ਲੜੋ ਤੇ ਜਾਂ ਤੁਸੀਂ ਪਾਰਟੀ ਦਾ ਫਿਰ ਹੁਕਮ ਸਰਕਾਰ ਕਰ ਲੋ ਉਹ ਨਹੀਂ ਮੰਨੇ ਤੇ ਮੈਂ ਮੰਨ ਗਿਆ ਤੇ ਚਲੋ ਠੀਕ ਆ ਬਰਦਾਸ਼ਪੁਰ ਮੇਰਾ ਆਪਣਾ ਪੁਰਾਣਾ ਜੱਦੀ ਡਿਸਟ੍ਰਿਕਟ ਸੀ ਤੇ ਪਾਰਟੀ ਦੀ ਡਿਊਟੀ ਆ ਕਿਉਂਕਿ ਉੱਥੇ ਮੈਂ ਕੋਈ ਮਿਹਨਤ ਕੀਤੀ ਨਹੀਂ ਸੀ ਵੈਸੇ ਵੀ ਪਾਰਲੀਮੈਂਟ ਪਾਰਟੀ ਦੀ ਲੜਾਈ ਹੁੰਦੀ ਹੈ ਇਸ ਕਰਕੇ ਉੱਥੇ ਜਾ ਕੇ ਮੈਂ ਉੱਥੇ ਲੜੀ ਨਹੀਂ ਪਰ ਦੇਖੋ ਮੈਂ ਬਾਕੀ ਸਵਾਲਾਂ ਵਾਲੇ ਬਸੇ ਵਧਾਂ ਪਰ ਇਲੈਕਸ਼ਨ ਦੇ ਦੌਰਾਨ ਵੀ ਤੁਹਾਡੇ ਨਾਲ ਗੱਲਬਾਤ ਹੋਈ ਇਨਫੈਕਟ ਗੁਰਦਾਸਪੁਰ ਦੇ ਵਿੱਚ ਮੈਂ ਔਰ ਵਿਜੇ ਦੋਵੇਂ ਸੀ ਉਸ ਸਮੇਂ ਦਾ ਚਲੋ ਅਸੀਂ ਤੁਹਾਡੇ ਨਾਲ ਸਿੱਧੇ ਤੌਰ ਤੇ ਇਸ ਤਰੀਕੇ ਨਾਲ ਨਾ ਕਹਿੰਦੇ ਪਰ ਇਹ ਚਰਚਾ ਉਸ ਸਮੇਂ ਵੀ ਸੀ ਜਿਮਾ ਸਾਹਿਬ ਕਿ ਅਕਾਲੀ ਦਲ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ ਹੀ ਅਨੰਦਪੁਰ ਤੇ ਗੁਰਦਾਸਪੁਰ ਸਾਹਿਬ ਦੀਆਂ ਸੀਟਾਂ ਨੂੰ ਇੱਕ ਤਰੀਕੇ ਨਾਲ ਸਰੈਂਡਰ ਕਰਤਾ ਕਿ ਤੁਸੀਂ ਮਹਿਸੂਸ ਕਰ ਰਹੇ ਸੀ ਇਹ ਗੱਲ ਨਹੀਂ ਦੇਖੋ ਜਿਹੜੀ ਗੁਰਦਾਸਪੁਰ ਦੀ ਸੀਟ ਸੀ ਨਾ ਉਹ ਪਹਿਲਾਂ ਹਮੇਸ਼ਾ ਉੱਤੇ ਭਾਰਤੀ ਜਨਤਾ ਪਾਰਟੀ ਲੜਦੀ ਔਰ ਜਿਹੜੇ ਚਾਰ ਉੱਪਰ ਵਾਲੇ ਹੜਕੇ ਆ ਪਠਾਨਕੋਟ ਸਜਾਨਪੁਰ ਦੀਨਾ ਨਗਰ ਤੇ ਪੁਆ ਉੱਥੇ ਤੇ ਅਕਾਲੀ ਦਲ ਨੇ ਨਾਕਦੀ ਵਿਧਾਨ ਸਭਾ ਲੜੀ ਤੇ ਨਾਕਦੀ ਪਾਰਲੀਮੈਂਟ ਲੜੀ ਹਮ ਉੱਥੇ ਤੇ ਆਰਗੇਨਾਈਜੇਸ਼ਨ ਹੀ ਸਾਡੀ ਨਵੀਂ ਸਿਰੇ ਖੜੇ ਕਰਨ ਵਾਲਾ ਸਾਫ ਸੀਗਾ ਠੀਕ ਬਟਾਲਾ ਵੀ ਜਿਆਦਾ ਤੇਰ ਜਿਹੜੀ ਆ ਬੀਜੇਪੀ ਲੜਦੀ ਸੀ ਇਸ ਕਰਕੇ ਨੈਚੁਰਲੀ ਉੱਥੇ ਬੜਾ ਡਿਫਿਕਲਟ ਕੰਮ ਸੀਗਾ ਪਰ ਚਲੋ ਜਿੰਨਾ ਵੀ ਸਾਡਾ ਉੱਥੇ ਕੇਡਰ ਸੀਗਾ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਜਾਂ ਦਿਨ ਲਗਤ ਦੇ ਵਿੱਚ ਉਹਨਾਂ ਨੇ ਆਪਣੀ ਮਿਹਨਤ ਕੀਤੀ ਇਹ ਹੁਣ ਮੌਕੇ ਤੇ ਜਾ ਕੇ ਤੇ ਸਾਰਾ ਕੁਝ ਠੀਕ ਨਹੀਂ ਹੋ ਸਕਦਾ ਹੁੰਦਾ ਪਰ ਲੜਾਈ ਸੀ ਕਿਉਂਕਿ ਬੀਜੇਪੀ ਮਿਸ਼ਨ ਲੜਦੀ ਸੀ ਹੁਣ ਬੀਜੇਪੀ ਨਾਲੋਂ ਨਾ ਤਾਂ ਅਸੀਂ ਤੋੜਿਆ ਤੇ ਫਿਰ ਲੜਾਈ ਤਾਂ ਲੜਨੀ ਸੀ ਕਿਸੇ ਨੇ ਲੜਨੀ ਸੀ ਪਾਰਟੀ ਦਾ ਹੁਕਮ ਹੋਇਆ ਮੈਂ ਲੜੀ ਪਾਰਟੀ ਦੀ ਲੜਾਈ ਹੁੰਦੀ ਕੋਈ ਗੱਲ ਅੱਗੋਂ ਹੁਣ ਉੱਥੇ ਉਹਦੇ ਨਾਲ ਪਾਰਟੀ ਐਕਟਿਵ ਵੀ ਹੋਈ ਹੈ ਉਹਨਾਂ ਨੇ ਸਮੇਂ ਵਿੱਚ ਹੋਰ ਐਕਟਿਵ ਹੋ ਜਾਈ ਆਪਣਾ ਕੈਡਰ ਜਿਹੜਾ ਸਾਡਾ ਉੱਥੇ ਸਮੇਂ ਦੇ ਇਲੈਕਸ਼ਨਾਂ ਨਾਲ ਲੜਨ ਕਰਕੇ ਕਮਜ਼ੋਰ ਹੋਇਆ ਸੀਗਾ ਇਸੇ ਤਰ੍ਹਾਂ ਇਲੈਕਸ਼ਨਾਂ ਲੜਨ ਕਰਕੇ ਕੈਡਰ ਐਕਟਿਵ ਹੁੰਦਾ ਉਹਨਾਂ ਨੇ ਸਮੇਂ ਵਿੱਚ ਬੈਟਰ ਹੋ ਜਾਈ ਨਹੀਂ ਪਰ ਪਾਰਟੀ ਦਾ ਸਿਸਟਮ ਤੇ ਉਹਦੇ ਨਾਲ ਉਸ ਤੋਂ ਬਾਅਦ ਖਰਾਬ ਤਾਂ ਹੋਇਆ ਨਾ ਜਿਸ ਤਰੀਕੇ ਨਾਲ ਹਰ ਰੋਜ਼ ਮਤਲਬ ਖਬਰਾਂ ਆਉਂਦੀਆਂ ਹਰ ਰੋਜ਼ ਮੀਟਿੰਗਾਂ ਹੋ ਰਹੀਆਂ ਨੇ ਨਿਸ਼ਾਨੇ ਸਾਧੇ ਗਏ ਆ ਸਵਾਲ ਚੱਕੇ ਜਾ ਰਹੇ ਆ ਪ੍ਰਧਾਨ ਨੂੰ ਸਿੱਧੇ ਸਿੱਧੇ ਟਾਰਗੇਟ ਕੀਤਾ ਜਾ ਰਿਹਾ ਉਹਨਾਂ ਨੂੰ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਉਹ ਕੁਰਸੀ ਛੱਡ ਕੇ ਪਾਸੇ ਹੋ ਜਾਣ ਤਾਂ ਅਕਾਲੀ ਦਲ ਬਚ ਸਕਦਾ ਨਹੀਂ ਦੇਖੋ ਡੈਮੋਕ੍ਰੇਸੀ ਹੈ ਕਿਸੇ ਬਨੇ ਕੋਈ ਵਕਰੀ ਸੋਹਰ ਆਪਣੀ ਪਾਰਟੀ ਦੇ ਵਿੱਚ ਕੱਢਦਾ ਹੂੰ ਤੇ ਉਹਦੇ ਤੇ ਰੁਕਿਆ ਤਾਂ ਨਹੀਂ ਜਾ ਸਕਦਾ ਹੁੰਦਾ ਪਰ ਪਾਰਟੀ ਦੇ ਕੈਡਰ ਨੇ ਪਾਰਟੀ ਦੀ ਲੀਡਰਸ਼ਿਪ ਨੇ ਉਹ ਚੀਜ਼ਾਂ ਚੰਗੀਆਂ ਨਹੀਂ ਸਭੀ ਇਸੇ ਕਰਕੇ ਉਹਨਾਂ ਨੂੰ ਸਟਰੈਂਥ ਜਿਹੜੀ ਜਿਸ ਤਰ੍ਹਾਂ ਦੀ ਉਹਨਾਂ ਦੇ ਨਾਲ ਖੜਨੀ ਚਾਹੀਦੀ ਸੀ ਉਧਰ ਸਾਥ ਕਿੰਨੇ ਕੁ ਬੰਦੇ ਨਹੀਂ ਦਿੱਤਾ ਹੁਣੇ ਵੀ ਤਾਂ ਤੁਹਾਡੇ ਸਾਹਮਣੇ ਹੀ ਹੈ ਨਾ ਉਹੀ ਗਿਣਤੀ ਦੇ ਬੰਦੇ ਹੈਗੇ ਜਿਹੜੇ ਗਏ ਸੀ ਅੱਜ ਵੀ ਉਹੀ ਗਿਣਤੀ ਹੈ ਕੋਈ ਕੈਡਰ ਉਹਨਾਂ ਦੇ ਨਾਲ ਨਹੀਂ ਗਿਆ ਕੋਈ ਲੀਡਰ ਉਹਨਾਂ ਦੇ ਨਾਲ ਬੋਤੇ ਨਹੀਂ ਗਏ ਉਹੀ ਸਾਰੇ ਵਿਅਕਤੀ ਹੈ ਕੋਈ ਪਿੱਛੇ ਜੇ ਥੋੜੀ ਦਿਨ ਪਹਿਲਾਂ ਲੈ ਕੇ ਆਏ ਸੀ ਉਹ ਫਿਰ ਚਲੇ ਗਏ ਪਰ ਉਹ ਇਸ ਸਾਰੀ ਬਹੁਤ ਵੱਡਾ ਪਾਰਟੀ ਤਾਂ ਬਹੁਤ ਵੱਡੀ ਹੈ ਹਮ ਪਾਰਟੀ ਤਾਂ ਸਾਰੀ ਚਟਾਨ ਵਾਂਗੂ ਪ੍ਰਧਾਨ ਦੇ ਨਾਲ ਹੀ ਖੜੀ ਹੈ ਇਸ ਕਰਕੇ ਹੌਲੀ ਹੌਲੀ ਮੇਰੇ ਖਲ ਹੁਣ ਉਹਨਾਂ ਨੂੰ ਵੀ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਉਹਨਾਂ ਨੇ ਜਿਹੜਾ ਸਟੈਪ ਲਿਆ ਸੀ ਇਹ ਸਾਡੇ ਵਰਕਰਾਂ ਨੇ ਤੇ ਪਾ ਦਿੱਤਾ ਉਹ ਤਾਂ ਕਹਿੰਦੇ ਮਰਜ਼ੀ ਦੇ ਬੰਦਿਆਂ ਨੂੰ ਤੁਸੀਂ ਬੁਲਾ ਕੇ ਜਿਨ੍ਹਾਂ ਨੂੰ ਲਾਲਚ ਆਉਂਦਿਆਂ ਦਾ ਉਹਨਾਂ ਤੋਂ ਹੱਥ ਖੜੇ ਕਰਾ ਕਰਾ ਕੇ ਵੀਡੀਓ ਜਾਰੀ ਕਰ ਰਹੇ ਹੋ ਔਨ ਰਿਕਾਰਡ ਉਹਨਾਂ ਨੇ ਇਹ ਗੱਲਾਂ ਕਹੀਆਂ ਕੋ ਇਹ ਤਾਂ ਪਾਰਟੀ ਦੇ ਕੇਡਰ ਦੀ ਪਾਰਟੀ ਦੇ ਵਰਕਰ ਦੀ ਪਾਰਟੀ ਦੇ ਲੀਡਰਾਂ ਦੀ ਇਨਸਲਟ ਹੈ ਨਾ ਜੇ ਤੁਸੀਂ ਇਹ ਤਾਂ ਗੱਲ ਹੀ ਕਰੋ ਪਾਰਟੀ ਦਾ ਸਿਸਟਮ ਕੀ ਹੈ ਸੰਵਿਧਾਨ ਦੇ ਤੌਰ ਦੇ ਉੱਤੇ ਕਿ ਪਹਿਲਾਂ ਮੈਂਬਰਸ਼ਿਪ ਹੁੰਦੀ ਹੈ ਉਦੋਂ ਬਾਅਦ ਸਰਕਲ ਦੇ ਡੈਲੀਗੇਟ ਬੰਦੇ ਆ ਜ਼ਿਲ੍ਹਿਆਂ ਦੇ ਡੈਲੀਗੇਟ ਬੰਦੇ ਆ ਸਟੇਟ ਦੇ ਡੈਲੀਗੇਟ ਬੰਦੇ ਆ ਪ੍ਰਧਾਨ ਦੀ ਚੋਣ ਹੁੰਦੀ ਹੈ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਪਾਰਟੀ ਦੀ ਮੈਂਬਰਸ਼ਿਪ ਹੁੰਦੀ ਹੈ ਤੇ ਅੱਜ ਜਿਉ ਜਿਹੜੇ ਚੁਣੇ ਹੋਏ ਲੋਕੀ ਨੇ ਜਿਹੋ ਫੈਸਲਾ ਕਰਦੇ ਆ ਤੇ ਤੁਸੀਂ ਕਹਿ ਦਿੰਦੇ ਹੋ ਵੀ ਇਹ ਦੂਜਾ ਪੀੜ੍ਹੀ ਨਾਲ ਤੇ ਕੀ ਗੱਲ ਹਾਲੇ 5 ਸਾਲ ਵਾਸਤੇ ਜਦੋਂ ਇਲੈਕਸ਼ਨ ਹੁੰਦੀ ਆ ਤਾਂ 5 ਸਾਲ ਉਹੀ ਮਾਲਕ ਨੇ ਜਿਹੜੇ ਡੈਲੀਗੇਟ ਪਾਰਟੀ ਦੇ ਹੈਗੇ ਉਹਨਾਂ ਨੇ ਜਿਹੜਾ ਸਾਰਾ ਕੁਝ ਫੈਸਲਾ ਕੀਤੇ ਤੇ ਹੁਣ ਤਾਂ ਤੁਸੀਂ ਇਨਸਲਟ ਕਰ ਰਹੇ ਹੋ ਪਰ ਆਪਣੀ ਪਾਰਟੀ ਦੇ ਇਹ ਗੱਲ ਤੁਸੀਂ ਮੰਨਦੇ ਨਹੀਂ ਠੀਕ ਹੈ ਪਰਚੀਮਨ ਸਾਹਿਬ ਮੈਂ ਅੱਗੇ ਵੱਧਦਾ ਹੁਣ ਮੈਂ ਪ੍ਰਧਾਨਗੀ ਵਾਲੇ ਪਾਸੇ ਆਵਾ ਤੁਸੀਂ ਕਿਹਾ ਕਿ 4 ਜੂਨ ਤੋਂ ਬਹੁਤ ਸਬਕ ਮਿਲਿਆ ਕਿ 4 ਜੂਨ ਤੋਂ ਸਬਕ ਇਹ ਨਹੀਂ ਮਿਲਿਆ ਕਿ ਪਾਰਟੀ ਦੀ ਜਿਹੜੀ ਟਾਪ ਲੀਡਰਸ਼ਿਪ ਹੈ ਉਹ ਸੇਮ ਰਹੇ ਜਾਂ ਨਾ ਰਹੇ ਉਸ ਨੂੰ ਵਿਚਾਰਿਆ ਜਾਵੇ ਪਹਿਲਾਂ ਅਸੀਂ ਪਾਰਲੀਮੈਂਟ ਦੀ ਇਲੈਕਸ਼ਨ ਪਿਛਲੇ 23 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਹੀ ਲੜਦੇ ਹਾਂ ਬਿਲਕੁਲ ਪਹਿਲੀ ਵਾਰੀ ਹੋਇਆ ਕਿ ਅਸੀਂ ਵੱਖਰੇ ਹੋ ਕੇ ਇਲੈਕਸ਼ਨ ਜੋ ਮਾਹੌਲ ਦੇਸ਼ ਦੇ ਵਿੱਚ ਬਣਿਆ ਸੀ ਅਸੀਂ ਬੜਾ ਵੱਖਰਾ ਸਟੈਂਡ ਅਸੀਂ ਜੋ ਸਾਡੇ ਕੇਡਰ ਦੀਆਂ ਸਾਡੇ ਲੋਕਾਂ ਦੀਆਂ ਇਚਾਵਾਂ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਨਾ ਕੀਤਾ ਜਾਵੇ ਹਾਂ ਔਰ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਜੋ ਅਕਾਲੀ ਦਲ ਦਾ ਇਤਿਹਾਸ ਕਰੋੜ ਰਿਹਾ ਸੂਬਿਆਂ ਦੇ ਵਾਅਦਾ ਅਧਿਕਾਰਾਂ ਵਾਸਤੇ ਕਿਸਾਨੀ ਵਾਸਤੇ ਔਰ ਪੰਜਾਬ ਦੇ ਪੰਥ ਦੇ ਮੁੱਦੇ ਲੈ ਕੇ ਬੰਦੀ ਸਿੰਘਾਂ ਦੇ ਮੁੱਦੇ ਲੈ ਕੇ ਕਿ ਅਕਾਲੀ ਦਲ ਆਪ ਇੱਕ ਸ਼ਕਤੀ ਦੇ ਤੌਰ ਦੇ ਉੱਤੇ ਜਿਹੜਾ ਖੜਾ ਹੋਵੇ ਆਪਣੇ ਪੈਰਾਂ ਤੇ ਤੇ ਦੇਸ਼ ਦੀਆਂ ਬਾਕੀ ਰਾਜਨੀਤਿਕ ਪਾਰਟੀਆਂ ਨੂੰ ਜਿਵੇਂ ਪਹਿਲਾਂ ਅਸੀਂ ਆਪਣੇ ਨਾਲ ਲੈ ਕੇ ਆਪਣੀ ਸੋਚ ਦੇ ਮਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਰਹੇ ਹਾਂ ਕਿ ਉਸ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫੇਰਾ ਇਹ ਨਵਾਂ ਲੰਬੀ ਦੇਰ ਬਾਅਦ ਨਵਾਂ ਅਸੀਂ ਤਜਰਬਾ ਕੀਤਾ ਉਹਦੇ ਵਿੱਚ ਜੋ ਹਵਾ ਚੱਲੀ ਦੇਸ਼ ਦੇ ਵਿੱਚ ਇੱਕ ਪਾਸੇ ਤਾਕਤਾਂ ਸੀ ਜਿਹੜੇ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਉਣੀ ਚਾਹੁੰਦੀਆਂ ਸੀ ਦੂਜੇ ਪਾਸੇ ਪੰਜਾਬ ਦੇ ਵਿੱਚ ਇੱਕ ਬੜਾ ਸਟਰੋਂਗ ਸੈਂਟੀਮੈਂਟ ਇਹ ਵੀ ਸੀ ਜਿਹੜਾ ਨਹੀਂ ਚਾਹੁੰਦਾ ਸੀ ਕਿ ਮੋਦੀ ਸਾਹਿਬ ਕਿਸੇ ਵੀ ਤਰੀਕੇ ਪ੍ਰਧਾਨ ਮੰਤਰੀ ਬਣ ਔਰ ਸਾਡੇ ਤੇ ਇੱਕ ਇਹ ਵੀ ਸ਼ੱਕ ਜਾਂਦਾ ਸੀ ਕਿ ਇਹ 23 ਸਾਲ ਇਕੱਠੇ ਰਹੇ ਆ ਜੇ ਜਿੱਤ ਗਏ ਤਾਂ ਫਿਰ ਨਾ ਬੋਤੀ ਸਾਹਿਬ ਵਾਲੇ ਪਾਸੇ ਚਲੇ ਜਾ। ਇਸ ਕਰਕੇ ਪਸਥਿਤੀਆਂ ਇਲੈਕਸ਼ਨਾਂ ਦੇ ਵਿੱਚ ਕਈ ਵਾਰੀ ਇਹ ਦੱਸ ਨਹੀਂ ਸਕਦੇ ਆਪਣੇ ਵੋਟਰ ਨੂੰ। ਨਹੀਂ ਇੱਕ ਇੱਕ ਕਮੀ ਰਹਿ ਗਈ ਕਿ ਅਸੀਂ ਤਾਂ ਦੱਸਦੇ ਅਸੀਂ ਤਾਂ ਤੁਹਾਡੀ ਥਾਂ ਤੇ ਬੈਠੇ ਸੀ ਕੁਝ ਦਿਨ ਪਹਿਲਾਂ ਅਸੀਂ ਤਾਂ ਦੱਸ ਗਏ ਅਸੀਂ ਪਾਰਟੀ ਨੂੰ ਕਹਿੰਦੇ ਰਹੇ ਕਿ ਤੁਸੀਂ ਥਰਡ ਫਰੰਟ ਵਾਲਾ ਚਾਹੀ ਲਾਈਨ ਪਕੜ ਲਓ ਲੋਕਾਂ ਨੂੰ ਕਲੀਅਰ ਦੱਸੋਗੇ ਤੁਸੀਂ ਕਰਨਾ ਕੀ ਹੈ। ਨਹੀਂ ਲਾਈਨ ਤੇ ਥਰਡ ਫਰੰਟ ਵਾਲੀ ਹੀ ਸੀਗੀ। ਲਾਈਨ ਤਾਂ ਥਰਡ ਫਰੰਟ ਵਾਲੀ ਹੀ ਸੀਗੀ ਇਹਦੇ ਤੋਂ ਵੀ ਦੂਰ ਆਵੇ ਨਹੀਂ। ਕਿ ਤੁਸੀਂ ਖੇਤਰੀ ਪਾਰਟੀ ਦੇ ਤੌਰ ਤੇ ਲੜੇ ਹੋ ਔਰ ਤੁਹਾਡੀ ਨਿਸ਼ਾਨਾ ਸੀ ਕਿ ਤੁਸੀਂ ਦੂਜੀਆਂ ਖੇਤਰੀ ਪਾਰਟੀਆਂ ਦੇ ਨਾਲ ਵਾਅਦੇ ਵਿੱਚ ਨਾਲ ਲੈ ਕੇ ਤੇ ਕੇਂਦਰ ਦੇ ਖਿਲਾਫ ਫੈਡਰਲਿਜ਼ਮ ਦੇ ਹੱਕ ਦੇ ਵਿੱਚ ਸੂਬਿਆਂ ਦੇ ਵੱਧ ਅਧਿਕਾਰਾਂ ਵਾਸਤੇ ਤਗੜੇ ਹੋ ਕੇ ਲੜਾਈ ਲੜੋ ਨਿਸ਼ਾਨਾ ਤਾਂ ਉਹੀ ਸੀ ਪਰ ਇਹ ਜਿਹੜਾ ਮੋਦੀ ਫੈਕਟਰ ਤੇ ਐਂਟੀ ਮੋਦੀ ਫੋਰਸਾਂ ਦਾ ਇਕੱਠੇ ਹੋਣਾ ਔਰ ਸਾਡਾ ਕੁਦਰਤੀ ਗੱਲ ਹੈ ਜਦੋਂ ਕੋਈ ਲੰਬੀ ਸਾਂਝ ਰਹੀ ਹੋਵੇ ਨਾ ਕੋਈ ਸਮਾਂ ਲੱਗਦਾ ਲੋਕਾਂ ਦਾ ਵਿਸ਼ਵਾਸ ਕਾਇਮ ਹੁੰਦਿਆਂ ਵੀ ਦੁਬਾਰਾ ਇਕੱਠੇ ਹੋਣਗੇ ਨਹੀਂ ਹੋਣਗੇ ਅਸੀਂ ਤਾਂ ਸਟੇਜਾਂ ਤੇ ਜਾ ਕੇ ਕਹਿੰਦੇ ਸੀਗੇ ਖੁੱਲ ਕੇ ਕਿ ਅਸੀਂ ਨਹੀਂ ਕਿਸੇ ਵੀ ਹਾਲਤ 'ਚ ਉਹਨਾਂ ਦੇ ਨਾਲ ਨਹੀਂ ਖੜਾਂਗੇ ਪਰ ਲੋਕਾਂ ਨੂੰ ਜਿਹੜਾ ਪ੍ਰਚਾਰ ਵੀ ਹੁੰਦਾ ਦੂਜੇ ਪਾਸੇ ਉਹ ਪ੍ਰਚਾਰ ਇਹਨਾਂ ਜਿਆਦਾ ਸਿੱਪ ਨਹੀਂ ਆਪਾਂ ਰਿਸਕ ਨਹੀਂ ਲੈਣਾ ਆਪਾਂ ਮੋਦੀ ਸਾਹਿਬ ਨੂੰ ਪੰਜਾਬ 'ਚੋਂ ਕੋਈ ਸੀਟ ਨਹੀਂ ਲੈ ਕੇ ਦੇਣੀ ਤੇ ਇਸ ਕਰਕੇ ਉਹ ਭਾਜਪਾ ਦੇ ਖਿਲਾਫ ਪਿੱਤੇ ਉਹ ਜਿਹੜਾ ਚੱਲੀ ਮਹਿਮ ਉਹ 'ਚ ਸਾਨੂੰ ਨੁਕਸਾਨ ਹੋਇਆ ਇਦੇ ਵਿੱਚ ਕੁਝ ਦੋ ਰਾਵ ਨਹੀਂ ਤੁਸੀਂ ਮਤਲਬ ਕਲੀਅਰ ਦੱਸਣ ਦੇ ਵਿੱਚ ਕਾਮਯਾਬ ਨਹੀਂ ਹੋਏ ਕਿ ਅਸੀਂ ਬੀਜੇਪੀ ਦੇ ਨਾਲ ਨਹੀਂ ਜਾਵਾਂਗੇ ਕਿਸੇ ਵੀ ਕੇਸ ਦੇ ਵਿੱਚ ਹਾਂ ਅਸੀਂ ਤਾਂ ਦੱਸਣ ਦੀ ਕੋਸ਼ਿਸ਼ ਕਰਦ ਰਹੇ ਇਹ ਚੀਵਾ ਸਾਹਿਬ ਦੀ ਲੀਡਰਸ਼ਿਪ ਹੈ ਨਾ ਬਿਲਕੁਲ ਲੀਡਰਸ਼ਿਪ ਉਹ ਮੈਸੇਜ ਕਨਵੇ ਨਹੀਂ ਕਰ ਪਾਇਆ ਨਹੀਂ ਕਰਦਾ ਸਾਡਾ ਸਾਡਾ ਪਰਚੂਰ ਲੀਡਰਸ਼ਿਸ਼ ਦਾ ਫਰਕ ਤਾਂ ਕੋਈ ਨਹੀਂ ਹੁੰਦਾ ਨਾ ਪਿੱਛੇ 23 ਸਾਲ ਦੀ ਲੰਬੀ ਸਾਂਝ ਵੀ ਹੈ ਨਹੀਂ ਪਰ ਜੇ ਜਿੱਤਦੇ ਤਾਂ ਸੇਰਾ ਲੀਡਰਸ਼ਿਪ ਦੇ ਸੇਰਾ ਜੇ ਹਾਰੇਆਂ ਤਾਂ ਫਿਰ ਕੁਐਸਚਨ ਮਾਰਕ ਵੀ ਲੀਡਰਸ਼ਿਪ ਦੇ ਉੱਪਰ ਹੈ ਇਹ ਨਹੀਂ ਕਿ ਲੀਡਰ ਨੇ ਕੋਈ ਜ਼ਿੰਮੇਵਾਰੀ ਨਹੀਂ ਲਈ ਜਿੰਨੀਆਂ ਸਾਡੀਆਂ ਮੀਟਿੰਗਸ ਹੋਈਆਂ ਸ ਤੇ ਪਹਿਲਾ ਵਾਰਡ ਲੀਡਰ ਦਾ ਇਹੀ ਸੀਗਾ ਕਿ ਪਹਿਲਾ ਸਭ ਤੋਂ ਪਹਿਲਾਂ ਇਹ ਫੈਸਲਾ ਕਰੋ ਕਿ ਜਿਹੜਾ ਮੈਨੂੰ ਜੇ ਤੁਸੀਂ ਚਾਹੋ ਤੇ ਮੈਂ ਪ੍ਰਧਾਨ ਰਹਾਂਗਾ ਜੇ ਤੁਸੀਂ ਨਹੀਂ ਚਾਹੁੰਦੇ ਤੇ ਮੈਂ ਹੁਣੇ ਅਸਤੀਫਾ ਦੇਣ ਨੂੰ ਤਿਆਰ ਤੇ ਪਹਿਲਾ ਤੁਸੀਂ ਇਹ ਡਿਸਾਈਡ ਕਰੋ ਕਿ ਤੁਹਾਡਾ ਲੀਡਰਸ਼ਿਪ ਦੇ ਵਿੱਚ ਭਰੋਸਾ ਹੈ ਕਿ ਨਹੀਂ ਇਹ ਇਲੈਕਸ਼ਨ ਤੋਂ ਬਾਅਦ ਦੀ ਗੱਲ ਇਲੈਕਸ਼ਨ ਤੋਂ ਬਾਅਦ ਦੀ ਗੱਲ ਪਹਿਲੀ ਮੀਟਿੰਗ ਦੇ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਜਨ ਜਾਇਦਾਦਾਰਾਂ ਦੀ ਮੀਟਿੰਗ ਦੇ ਵਿੱਚ ਬਾਕੀ ਜੰਨੀਆਂ ਮੀਟਿੰਗਾਂ ਹੋਈਆਂ ਪਹਿਲਾ ਵਾਰਡ ਹੀ ਪ੍ਰਧਾਨ ਨੇ ਆਪਣੇ ਮੂੰਹ ਤੋਂ ਇਹੀ ਕਹੇ ਇਸ ਕਰਕੇ ਜਿਹੜਾ ਪ੍ਰਚਾਰ ਕੀਤਾ ਜਾਂਦਾ ਨਾ ਕਿ ਪ੍ਰਧਾਨ ਛੱਡਦਾ ਨਹੀਂ ਪ੍ਰਧਾਨ ਨੇ ਤਾਂ ਛੱਡਿਆ ਨਹੀਂ ਕਾਫੀ ਵਾਰ ਦੇ ਦਿੱਤੀ ਪਰ ਪਾਰਟੀ ਨੇ ਐਕਸੈਪਟ ਨਹੀਂ ਕੀਤੀ ਕਿਉਂਕਿ ਇਹ ਨਹੀਂ ਹੁੰਦਾ ਕਿ ਜੇ ਪ੍ਰਧਾਨ ਮਿਹਨਤ ਕਰਕੇ ਇਲੈਕਸ਼ਨ ਲੜਦਾ ਪੰਜਾਬ ਬਚਾਓ ਯਾਤਰਾ ਨਿਕਲੀ ਕਿੰਨਾ ਅੱਛਾ ਰਿਸਪੌਂਸ ਸੀ ਜੇ ਫਾਈਨਲ ਰਿਜ਼ਲਟ ਤੁਹਾਡੀ ਕੈਲਕੂਲੇਸ਼ਨ ਦੇ ਮੁਤਾਬਕ ਨਹੀਂ ਆਇਆ ਏ ਨਹੀਂ ਤੁਸੀਂ ਕਹਿ ਸਕਦੇ ਪਰ ਉਹ ਸਾਰਿਆਂ ਦੀ ਸਾਡੀ ਜ਼ਿੰਮੇਵਾਰੀ ਨਾਲ ਹੀ ਆ ਨਹੀਂ ਪਰ ਇੱਕ ਨੈਟਿਕ ਦਾ ਦੇ ਖੋਛੜ ਦਿੱਤੀ ਜਾਂਦੀ ਆ ਉਹਦਾ ਨੂੰ ਕਹੋ ਵੀ ਤੁਸੀਂ ਹੁਣ ਘਰ ਚੱਲੋ ਤੇ ਅਸੀਂ ਠੀਕ ਠਾਕ ਆ ਉਹ ਵੀ ਗੱਲ ਨਹੀਂ ਸਾਰੀ ਪਾਰਟੀ ਦੀ ਜ਼ਿੰਮੇਵਾਰੀ ਨਹੀਂ ਜੀ ਜੀ ਸਾਹਿਬ ਨੈਟਿਕ ਦਾ ਦੇ ਆਧਾਰ ਤੇ ਛੱਡੀਆਂ ਜਾਂਦੀਆਂ ਨਹੀਂ ਜਿਹੜੀਆਂ ਕੁਰਸੀਆਂ ਨੇ ਅਹੁਦੇ ਰਾਹੁਲ ਗਾਂਧੀ ਨੇ 2019 ਦੇ ਇਲੈਕਸ਼ਨ ਤੋਂ ਬਾਅਦ ਛੱਡੀ ਪਾਰਟੀ ਦੀ ਇੱਕ ਵੱਡਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਲੀਡਰਸ਼ਿਪ ਦਾ ਇੱਕ ਵੱਡਾ ਹਿੱਸਾ ਸੀ ਜਿਹੜਾ ਕਹਿੰਦਾ ਸੀ ਕਿ ਰਾਹੁਲ ਗਾਂਧੀ ਦੇ ਕੋਲ ਕਮਾਨ ਰਹੇ ਸੋਨੀਆ ਗਾਂਧੀ ਨੇ 2004 ਦੇ ਵਿੱਚ ਪ੍ਰਧਾਨ ਮੰਤਰੀ ਦੀ ਕੁਰਸੀ ਛੱਡੀ ਗਲਤ ਹੈ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਛੱਡੀ ਜਾ ਸਕਦੀ ਸੀ ਕਿ ਹੋ ਸਕਦਾ ਹੈ ਕਿ ਮੀਟਿੰਗ ਦੇ ਵਿੱਚ ਸਾਹਮਣੇ ਆ ਕੇ ਕੋਈ ਨਾ ਬੋਲ ਸਕੇ ਕਈ ਵਾਰ ਪ੍ਰਧਾਨ ਦਾ ਰੋਬ ਇੰਨਾ ਹੁੰਦਾ ਕਿ ਨਹੀਂ ਸਾਹਮਣੇ ਤੋਂ ਕੋਈ ਕਹਿ ਸਕਦਾ ਕਿ ਹਾਂਜੀ ਤੁਸੀਂ ਛੱਡ ਦਿਓ ਕਿ ਨੈਤਿਕਤਾ ਦੇ ਹੁੰਦਾ ਤੁਹਾਨੂੰ ਲੱਗਦਾ ਨਹੀਂ ਕਿ ਉਸ ਬਾਰੇ ਸੋਚਣਾ ਚਾਹੀਦਾ ਸੀ ਪਾਰਟੀ ਵਧਾਨ ਨੂੰ ਦੇਖੋ ਗੱਲ ਇਹ ਹੈ ਕਿ ਜਦੋਂ ਪ੍ਰਧਾਨ ਕੋਈ ਕੀ ਕਰ ਸਕਦਾ ਜਦੋਂ ਪੂਰੇ ਹਾਊਸ ਦੇ ਵਿੱਚ ਪੂਰੀ ਔਨੈਸਟੀ ਦੇ ਨਾਲ ਉਹ ਆਪਣਾ ਅਸਤੀਫਾ ਆਫਰ ਕਰ ਰਿਹਾ ਤੇ ਤੁਸੀਂ ਐਕਸੈਪਟ ਨਾ ਕਰੋ ਤੇ ਬਾਅਦ ਚ ਇਹ ਕਹੋ ਕਿ ਕਿਸੇ ਨੇ ਹਿੰਮਤ ਨਹੀਂ ਕੀਤੀ ਤਾਂ ਚੰਗੀ ਗੱਲ ਆ ਜਿਹੜੇ ਹਿੰਮਤ ਵਾਲੇ ਸੀ ਇਹਨਾਂ ਨੂੰ ਤਾਂ ਅਸੀਂ ਰਿਕਵੈਸਟ ਕਰਦੇ ਸੀ ਕਿ ਮੀਟਿੰਗ ਚ ਜਾਓ ਅੱਛਾ ਇਹ ਉਸ ਮੀਟਿੰਗ ਦੇ ਵਿੱਚ ਨਹੀਂ ਸੀ ਇਹ ਮੀਟਿੰਗ ਚ ਨਹੀਂ ਸੀ ਅਜੇ ਤੱਕ ਮੰਨਤਾ ਕਰਦੇ ਨੇ ਜਿਹੜੀ ਮੈਂ ਇਹ ਜਾਨਣਾ ਚਾਹੁੰਦਾ ਕਿ ਜਿਹੜੀ ਗੱਲ ਕਰਨੀ ਹੈ ਮੀਟਿੰਗ ਚ ਆਓ ਅਜੇ ਤੱਕ ਕਹਿੰਦੇ ਜਿਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪ੍ਰਧਾਨਗੀ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਉਸ ਮੀਟਿੰਗ ਦੇ ਵਿੱਚ ਜਿਹੜਾ ਬਾਗੀ ਤੜਾਉ ਮੌਜੂਦ ਨਹੀਂ ਸੀ ਵਰਕਿੰਗ ਕਮੇਟੀ ਨੇ ਤਾਂ ਰੈਜੂਲੇਸ਼ਨ ਕੀਤਾ ਤੁਸੀਂ ਤੁਹਾਡੇ ਚੱਲ ਰਹੇ ਤੇ ਸਾਰਿਆਂ ਤੇ ਚੱਲਿਆ ਮੈਂ ਹੀ ਬਰੀਫਿੰਗ ਕੀਤੀ ਵਰਕਿੰਗ ਕਮੇਟੀ ਨੇ ਰੈਜੂਲੇਸ਼ਨ ਕਰਕੇ ਇਹਨਾਂ ਨੂੰ ਅਪੀਲ ਕੀਤੀ ਵੀ ਜੇ ਤੁਸੀਂ ਪਾਰਟੀ ਦੇ ਹਤਾਸ਼ੀ ਹੋ ਤੇ ਤੁਹਾਨੂੰ ਬਾਹਰ ਗੱਲ ਕਰਨ ਦੀ ਬਜਾਏ ਪਾਰਟੀ ਦੀ ਮੀਟਿੰਗ ਦੇ ਵਿੱਚ ਆ ਕੇ ਗੱਲ ਕਰਨੀ ਚਾਹੀਦੀ ਹੈ ਜੇ ਤੁਸੀਂ ਪਾਰਟੀ ਮੀਟਿੰਗ ਦੇ ਵਿੱਚ ਗੱਲ ਕਰਨ ਦੀ ਬਜਾਏ ਬਾਹਰ ਗੱਲ ਕਰਦੇ ਹੋ ਤੇ ਇਹਦਾ ਮਤਲਬ ਵੀ ਤੁਹਾਡਾ ਖੁਦ ਦਾ ਵਿਸ਼ਵਾਸ ਪਾਰਟੀ ਦੇ ਵਿੱਚ ਨਹੀਂ ਹੈ ਇਹ ਰੈਜੂਲੇਸ਼ਨ ਹੈ ਵਰਕਿੰਗ ਕਮੇਟੀ ਦਾ ਜਿਹੜੀ ਹਾਲੇ ਹੈ ਦੇਖੋ ਮੈਂ ਮੈਂ ਐਕਚੁਅਲੀ ਕੀ ਹੈ ਕਿ ਬਹੁਤ ਸਾਰੇ ਪੁਆਇੰਟਸ ਜਨਤਾ ਕਿਤੇ ਅਲੱਗ ਹੈਗੇ ਇਸ ਕਰਕੇ ਮੈਂ ਬੈਕ ਟੂ ਬੈਕ ਉਹਨਾਂ ਨੂੰ ਲੈ ਕੇ ਪੁੱਛ ਰਿਹਾ ਤੁਹਾਡੇ ਬਾਗੀ ਧੜੇ ਦੇ ਆਗੂ ਇਹ ਕਹਿੰਦੇ ਨੇ ਕਿ ਖੁਦ ਮੀਟਿੰਗਾਂ ਇਹਨਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੁਖਵੀਰ ਸਿੰਘ ਬਾਦਲ ਆਪਣਾ ਇੱਕ ਵੱਖਰਾ ਧੜਾ ਬਣਾ ਕੇ ਬੈਠ ਗਏ ਜਦੋਂ ਸਾਨੂੰ ਮੀਟਿੰਗਾਂ ਚ ਬੁਲਾਉਣਾ ਚਾਹੀ ਕਹਿੰਦੇ ਉਸ ਤੋਂ ਬਾਅਦ ਅਸੀਂ ਡਿਸੀਜਨ ਲਿਆ ਕਿ ਅਸੀਂ ਕਿਸੇ ਜੋਗੇ ਨਹੀਂ ਰਹੇ ਚਲੋਣ ਜਲੰਧਰ ਕੱਠੇ ਹੁੰਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਦੋਂ ਰਸਨਾ ਹੁੰਦਾ ਨਾ ਉਦੋਂ ਕਈ ਬਹਾਨੇ ਬਣ ਜਾਂਦੇ ਆ ਇਹਨੂੰ ਪੁੱਛੋ ਮੈਂ ਤਾਂ ਆਪ ਰਿਕਵੈਸਟ ਕਰਦ ਰਿਆਂ ਇਹਨਾਂ ਨੂੰ ਕਿ ਜਿਹੜੀ ਗੱਲ ਕਰਨੀ ਹੈ ਭਰਾਓ ਆਓ ਮੀਟਿੰਗ 'ਚ ਬੈਠ ਕੇ ਕਰਦੇ ਕਿਉਂ ਨਹੀਂ ਅਸੀਂ ਪਰਸਨਲੀ ਆਪ ਇੰਤਜ਼ਾਰ ਰਿਕਵੈਸਟ ਕੀਤੀ ਮੈਂ ਕੀਤੀ ਕਿ ਤੁਸੀਂ ਆਓ ਬੀਟਕਾਂ ਦੇ ਵਿੱਚ ਮੀਟਿੰਗ 'ਚ ਬੈਠ ਕੇ ਕਰਾਏ ਇਹ ਕਹਿ ਕੇ ਗਏ ਨੇ ਕਿ ਸੁਮੀਰ ਬਾਦਲ ਉਹਨੇ ਇਹ ਗੱਲ ਕਹੀ ਮੇਰੀ ਗੱਲ ਮੇਰੀ ਗੱਲ ਤਾਂ ਡਿਨਾਈ ਕਰ ਦਣਗੇ ਵੀ ਕੋਈ ਕਹਿ ਦਵੇ ਕਿ ਨਹੀਂ ਕਿਹਾ ਤੇ ਜਿਹੜਾ ਰੈਜ਼ੋਲੂਸ਼ਨ ਹੈ ਜਿਹੜਾ ਜਿਹੜਾ ਸਾਰੇ মিডিਆ ਦੇ ਵਿੱਚ ਛਪਿਆ ਚੈਨਲ ਤੇ ਚੱਲਿਆ ਉਸ ਤੋਂ ਬਾਅਦ ਕਿੰਨੀਆਂ ਮੀਟਿੰਗਾਂ ਹੋਈਆਂ ਤੇ ਤੁਸੀਂ ਆਏ ਨਹੀਂ ਮੀਟਿੰਗਾਂ ਤੇ ਫਿਰ ਕਿਧਰ ਪ੍ਰੇਮ ਸਿੰਘ ਜਦੋਂ ਮਾਜਰਾ ਨੇ ਇਹ ਗੱਲ ਕਹੀ ਇੱਥੇ ਹੀ ਬੈਠ ਕੇ ਕਿ ਸਾਨੂੰ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰ ਆਣੀ ਇੱਥੋਂ ਤੱਕ ਗੱਲ ਕਹਿਤੀ ਕਿ ਭਾਵੇਂ ਮੈਂ ਕੱਲਾ ਰਹਿ ਜਾ ਮੈਂ ਪ੍ਰਧਾਨਗੀ ਨਹੀਂ ਛੱਡਦਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹ ਉਹ ਇੱਥੇ ਬਹਿ ਕੇ ਕਹਿ ਕੇ ਗਏ ਇਸ ਤਰ੍ਹਾਂ ਦੀ ਗੱਲਾਂ ਨਹੀਂ ਹਰ ਮੀਟਿੰਗ ਦੇ ਵਿੱਚ ਹੁਣ ਮੇਰੇ ਤੋਂ ਇਲਾਵਾ ਕਿੰਨੇ ਲੀਡਰ ਨੇ ਪਾਰਟੀ ਦੇ ਵਰਕਿੰਗ ਕਮੇਟੀ ਦੇ ਕਿੰਨੇ ਮੈਂਬਰ ਨੇ ਤੁਸੀਂ ਇੰਟਰਵਿਊ ਕਰ ਲਓ ਉਹਨਾਂ ਦੀ ਪੁੱਛ ਲਓ ਜਾ ਕੇ ਵੀ ਜੋ ਮੈਂ ਕਹਿ ਰਿਹਾ ਜ਼ਿਲ੍ਹਾ ਜੱ스티ਦਾਰ ਸਾਡੇ ਕਿੰਨੇ ਨੇ ਥਾਂ ਥਾਂ ਦੇ ਸਾਰਿਆਂ ਨੂੰ ਪੁੱਛ ਲਓ ਵੀ ਤੁਹਾਡੇ ਮੀਟਿੰਗ 'ਚ ਕੀ ਹੋਇਆ ਹਰ ਮੀਟਿੰਗ ਦੇ ਵਿੱਚ ਪ੍ਰਾਪਰਲੀ ਜਿਹੜੀ ਹੈ ਇਹ ਗੱਲ ਕਹੀ ਗਈ ਇਸ ਕਰਕੇ ਜਦੋਂ 1 2 4 ਲੀਟਰ ਨੂੰ ਕੋਈ ਆਪਣਾ ਬੰਦ ਬਣਿਆ ਹੋਵੇ ਵੀ ਮੌਕੇ ਦੀ ਤਲਾਸ਼ ਚਾ ਜਾਂ ਪਿਛੋਂ ਕਿਸੇ ਨੇ ਸ਼ਕਤੀ ਥੋੜੀ ਬਹੁਤੀ ਦਿੱਤੀ ਹੋਵੇ ਵੀ ਜਾਓ ਹੁਣ ਪਾਓ ਰੋਲਾ ਹੁਣ ਮੌਕਾ ਹੈ ਸੀ ਤੁਹਾਡੇ ਨਾਲ ਉਹ ਉਹਦੇ ਸਹਾਰੇ ਕਈ ਵਾਰੀ ਬੰਦਾ ਡਿਸੀਜਨ ਗਲਤ ਲੈ ਜਾਂਦਾ ਉਹ ਬਾਅਦ ਚ ਸ਼ਾਇਦ ਉਹਨਾਂ ਨੂੰ ਵੀ ਲੱਗਿਆ ਕਿ ਅਸੀਂ ਉਲਟੇ ਫਸ ਗਏ ਸ਼ਕਤੀ ਕਿਹਨੇ ਸ਼ਕਤੀ ਦਿੱਤੀ ਚਲੋ ਇਹ ਵੀ ਦੱਸ ਦਿਓ ਸ਼ਕਤੀਆਂ ਤਾਂ ਪਿੱਛੇ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਨਹੀਂ ਚਲੋ ਤੁਸੀਂ ਇਹ ਕਰ ਦਿਓ ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਪਹਿਲਾਂ ਵੀ ਤੇ ਇੱਕ ਪਹਿਲਣ ਅਕਾਲੀ ਦਲ ਖੜਾ ਕੀਤਾ ਹੀ ਸੀ ਉਹਦੇ ਨਾਲ ਅਲਾਈਅੰਸ ਕਰਕੇ ਇਲੈਕਸ਼ਨਾਂ ਲੜੀ ਗਈ ਸੀ ਤੇ ਫਿਰ ਦੁਬਾਰਾ ਵੀ ਤੁਸੀਂ ਇੰਡਾਇਰੈਕਟਲੀ ਭਾਜਪਾ ਦਾ ਜ਼ਿਕਰ ਕਰ ਰਹੇ ਹੋ ਚਲੋ ਸਾਡੇ ਪੁਰਾਣੇ ਸਾਥੀਏ ਮੈਂ ਬਹੁਤਾ ਉਹਨਾਂ ਦਾ ਵੀ ਨਹੀਂ ਕਹਿੰਦਾ ਪਰ ਕੋਸ਼ਿਸ਼ ਤਾਂ ਹੁੰਦੀ ਹੈ ਹੀ ਹਾਂ ਉਹਨਾਂ ਦਾ ਆਪਣਾ ਹੱਕ ਹੈ ਡੈਮੋਕ੍ਰੇਸੀ ਚ ਚੱਲਦਾ ਅਸੀਂ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਦੇ ਮੈਂ ਇੱਕ ਇੱਕ ਹੋਰ ਪਰ ਇਹ ਤਾਂ ਜਿਹੜੇ ਜਿਹੜੇ ਸ਼ਕਤੀਆਂ ਦੇ ਪਿੱਛੇ ਲੱਗ ਜਾਂਦੇ ਆ ਇਹ ਤਾਂ ਉਹਨਾਂ ਨੂੰ ਧਿਆਨ ਕਰਨਾ ਚਾਹੀਦਾ ਵੀ ਨਹੀਂ ਲੱਗਣਾ ਚਾਹੀਦਾ ਚਲੋ ਤੁਸੀਂ ਬੀਜੇਪੀ ਦਾ ਜ਼ਿਕਰ ਕਰ ਲਿਆ ਹਾਂ ਕਿ ਮੈਂ ਇੱਕ ਵਾਰੀ ਪ੍ਰਧਾਨਗੀ ਵਾਲਾ ਸਵਾਲ ਜ਼ਰੂਰ ਲੈਣਾ ਚਾਹ ਰਿਹਾ ਸੀ ਪਰ ਜਿਹੜਾ ਬਾਗੀ ਤੜਾ ਉਹ ਇਹ ਕਹਿੰਦਾ ਕਿ 23 ਸਾਲ ਸੱਤਾ ਦੇ ਵਿੱਚ ਕੌਣ ਰਿਹਾ ਕਿ ਅੱਜ ਸਾਨੂੰ ਤੁਸੀਂ ਬੀਜੇਪੀ ਤੋਂ ਸਪੌਂਸਰਡ ਦੱਸ ਰਹੇ ਹੋ ਕਿ ਬੀਜੇਪੀ ਤੁਹਾਡੇ ਪਿੱਛੇ ਹੈ ਕਹਿੰਦੇ ਜਦੋਂ ਸੈਂਟਰ ਦੇ ਵਿੱਚ ਮਿਨਿਸਟਰੀ ਸੁਬੀਰ ਸਿੰਘ ਬਾਦਲ ਨੂੰ ਦਵਾ ਦਿੱਤੀ ਗਈ ਇਹ ਚੰਦੂ ਮ ਨੜੀ ਨਮੇ ਦੇ ਵਿੱਚ ਮਿਨਿਸਟਰੀ ਦਰਵਾ ਦਿੱਤੀ ਗਈ ਬਾਦਲ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ 2014 ਦੇ ਵਿੱਚ ਸੀਨੀਅਰ ਮੈਂਸ ਸੀ ਮਿਨਿਸਟਰੀ ਦਰਵਾ ਦਿੱਤੀ ਗਈ ਹਰਸ਼ੀਮਰਤ ਕੋਰ ਬਾਦਲ ਨੂੰ ਕਹਿੰਦੇ ਤੁਸੀਂ 23 ਸਾਲ ਜਿਸ ਪਾਰਟੀ ਦੇ ਨਾਲ ਰਹਿ ਕੇ ਸੱਤਾ ਦਾ ਨੰਦ ਮਾਣਿਆ ਕਦੇ ਸਟੇਟ 'ਚ ਕਦੇ ਸੈਂਟਰ ਦੇ ਵਿੱਚ ਉਹ ਤੁਹਾਨੂੰ ਲੱਗਦਾ ਹੈ ਕਿ ਅੱਜ ਸਾਡੇ ਪਿੱਛੇ ਨੇ ਨਹੀਂ ਦੇਖੋ ਸਾਰੇ ਸਮੇਂ-ਸਮੇਂ ਦੇ ਮੁਤਾਬਕ ਬਰਨਾਲਾ ਸਾਹਿਬ ਵੀ ਕੇਂਦਰ 'ਚ ਵਜ਼ੀਰ ਬਣਦੇ ਰਹੇ ਹਮ ਹੀਤਸਾ ਸਾਹਿਬ ਵੀ ਕੇਂਦਰ 'ਚ ਕੈਬਨਿਟ 'ਚ ਬਣਦੇ ਰਹੇ ਆ ਸਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਮਿਨਿਸਟਰ ਆਫ ਸਟੇਟ ਬਣੇ ਸੀਗੇ ਇਸ ਕਰਕੇ ਇਹ ਨਹੀਂ ਹੈ ਕਿ ਕੱਲੇ ਜਿਹੜੇ ਆ ਪੀ ਉਹੀ ਬਣਿਆ ਬਾਕੀ ਵੀ ਸਮੇਂ ਦੇ ਮੁਤਾਬਕ ਜਦੋਂ ਜਦੋਂ ਮੌਕਾ ਹੁੰਦਾ ਰਿਆ ਬੜਦੇ ਨੇ ਤੇ ਸਟੇਟ ਦੇ ਵਿੱਚ ਵੀ ਸਾਰਿਆਂ ਨੂੰ ਬਹੁਤ ਕੁਝ ਜਿਹੜਾ ਉਹ ਮਿਲਦਾ ਰਿਹਾ ਇਹ ਨਹੀਂ ਕਹਿ ਸਕਦੇ ਕਿ ਸਟੇਟ 'ਚ ਵੀ ਪਾਰਟੀਆਂ 'ਚ ਮਿਸਟਰੀ ਵੀ ਰਹੇ ਆ ਬੱਚੇ ਵੀ ਕਈਆਂ ਦੇ ਐਮਐਲਏ ਰਹੇ ਆ ਹੋਰ ਵੀ ਪਰਿਵਾਰਾਂ ਦੇ ਮੈਂਬਰ ਰਹੇ ਆ ਇਸ ਕਰਕੇ ਜਦੋਂ ਬਾੜੀ-ਮੋਟੀ ਵਿਗੜ ਜਾਂਦੀ ਹੈ ਰਾਜਨੀਤੀ 'ਚ ਹੁੰਦਾ ਹੀ ਆ ਉਦੋਂ ਵੀ ਚਾਰ ਗੱਲਾਂ ਹਰ ਕੋਈ ਵਿਧਾ ਚੜਾ ਕੇ ਦੱਸਦਾ ਤੇ ਜਦੋਂ ਠੀਕ ਠਾਕ ਚੱਲਦਾ ਜਾਵੇ ਉਦੋਂ ਸਾਰਾ ਕੁਝ ਠੀਕ ਹੀ ਹੈ ਇਸ ਕਰਕੇ ਥੋੜਾ ਜਿਆ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਨਫਾ ਨੁਕਸਾਨ ਸਾਰਿਆਂ ਦਾ ਬਰਾਬਰ ਦਾ ਹੀ ਹੁੰਦਾ ਜਦੋਂ ਪਾਰਟੀ ਦੇ ਵਿੱਚ ਬ੍ਰਹਿ ਕੇ ਆਨੰਦ ਲੈਣੇ ਆ ਸੱਤਾ ਮੰਨਣੀ ਹੈ ਤੇ ਜੇ ਡਿਫਿਕਲਟ ਟਾਈਮ ਆਵੇ ਤੇ ਉਦੋਂ ਖੜਦਾ ਵੀ ਜੜਾ ਪਰ ਹੁਣ ਹੁਣ ਇਹ ਗੱਲ ਚੀਮਾ ਸਾਹਿਬ ਸਿਰਫ ਬਿਆਨਬਾਜ਼ੀਆਂ ਤੱਕ ਨਹੀਂ ਰਹੀ ਬਹੁਤ ਅੱਗੇ ਜਾ ਚੁੱਕੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਚੁੱਕੀ ਹੈ ਤੁਸੀਂ ਜਾ ਕੇ ਆਏ ਹੋ ਪਿਛਲੇ ਦਿਨੀ ਸੁਪੀਰ ਬਾਦਲ ਹੋਰੀ ਆਪਣੀ ਚਿੱਠੀ ਆਪਣਾ ਸਪਸ਼ਟੀਕਰਨ ਜੋ ਵੀ ਆ ਉੱਥੇ ਦੇ ਕੇ ਆਏ ਐ ਉਸ ਨੂੰ ਲੈ ਕੇ ਉਸ ਤੋਂ ਬਾਅਦ ਵੀ ਬਿਆਨਬਾਜ਼ੀ ਚੱਲ ਰਹੀ ਹੈ ਉਹ ਤੇ ਇਥੋਂ ਤੱਕ ਕਹਿ ਰਹੇ ਨੇ ਕਿ ਤੁਸੀਂ ਜਨਤਕ ਕਰੋ ਜਿਹੜਾ ਜਿਹੜਾ ਤੁਸੀਂ ਉੱਥੇ ਸਪਸ਼ਟੀਕਰਨ ਦੇ ਕੇ ਆਏ ਹੋ ਪਹਿਲੀ ਤਾਂ ਗੱਲ ਹੈ ਕਿ ਜਦੋਂ ਇੱਕ ਘਟਨਾਵਾਂ ਹੋਈਆਂ ਸੀ ਹਮ ਖਾਸ ਤੌਰ ਤੇ 2015 ਦੇ ਵਿੱਚ ਅਕਤੂਬਰ ਦੇ ਵਿੱਚ ਜਦੋਂ ਜਿਆਦਾ ਸੈਂਸਿਟਿਵ ਹਾਲਾਤ ਪੰਜਾਬ ਦੇ ਬਣੇ ਸੀ ਜੀ ਤੇ ਉਸ ਵੇਲੇ ਇਹਨਾਂ ਨੂੰ ਭੁੱਲ ਗਿਆ ਸੀ ਸ਼ਾਇਦ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਬਹੁਤ ਉਹਨਾਂ ਦੇ ਮਨ ਦੇ ਉੱਤੇ ਬੋਝ ਸੀ ਕਿ ਜੋ ਕੁਛ ਸ੍ਰੀ ਗੁਰੂ ਕੰਨ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਹੋਈਆਂ ਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਸਾਰੇ ਸਾਥੀਆਂ ਨਾਲ ਸਲਾਹ ਕਰਕੇ ਉਸ ਵੇਲੇ ਫੈਸਲਾ ਕੀਤਾ ਸੀ ਕਿ ਮੈਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਜਾ ਕੇ ਅਰਦਾਸ ਕਰਨੀ ਹੈ। ਹੂੰ ਔਰ ਆਪਣੇ ਮਨ ਦੀ वेदना ਜੋ ਪੀੜਾ ਜੋ ਅਹਿਸਾਸ ਹੈ ਉਹ ਮੈਂ ਲਿਖਤੀ ਰੂਪ ਚ ਅਕਾਲ ਤਖਤ ਸਾਹਿਬ ਦੇ ਜੱਜੇਦਾ ਸਾਹਿਬ ਨੂੰ ਦੇਖਿਆ ਉਹਨਾਂ ਨੇ। ਔਰ ਮੈਂ ਉਹਨਾਂ ਦੇ ਨਾਲ ਸੀ ਆ ਕੁਦਰਤੀ ਮੇਰੇ ਕੋਲ ਹੀ ਹੈਗੇ ਆ ਅਖਬਾਰਾਂ ਉਹਨਾਂ ਦਿਨਾਂ ਦੀਆਂ। ਮੈਂ ਉਹਨਾਂ ਦੇ ਨਾਲ ਸੀ ਇਹ ਬੜੀ ਵੱਡੀ ਜਿਹੜੀ ਸਪਸ਼ਟ ਲੈਟਰ ਜਿਹੜੀ ਆ ਉਹਦੇ ਵਿੱਚ ਸਾਰੇ ਉਸ ਦਰਦ ਦਾ ਅਹਿਸਾਸ ਜਿਹੜਾ ਉਹ ਬਾਦਲ ਸਾਹਿਬ ਨੇ ਕੀਤਾ ਸੀ। ਇਹ ਖੁਦ ਪ੍ਰਕਾਸ਼ ਸਿੰਘ ਬਾਦਲ ਸਾਹਿਬ ਮੈਂ ਆਪ ਨਾਲ ਮੁੱਕੇ ਤੇ ਹਾਜ਼ਰ ਸੀ। ਹੂੰ। ਇਹ ਚਿੱਠੀ ਲਿਖੀ ਸੀ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਸ ਵੇਲੇ ਆ ਆ ਦੇਖੋ ਨਾਲ ਉੱਤੇ ਉੱਤੇ ਪਰਸਨਲੀ ਅਸੀਂ ਆਪ ਦਰਬਾਰ ਸਾਹਿਬ ਪਹਿਲਾਂ ਮੱਥਾ ਟੇਕਿਆ ਫਿਰ ਕਾਲਤਖ ਸਾਹਿਬ ਮੱਥਾ ਟੇਕਿਆ ਫਿਰ ਸਿੰਘ ਸਾਹਿਬ ਦੇ ਦਫ਼ਤਰ ਦੇ ਵਿੱਚ ਬਾਲ ਸਾਹਿਬ ਜਾ ਕੇ ਇਹ ਚਿੱਠੀ ਉਹਨਾਂ ਨੂੰ ਜਿਹੜੀ ਹੈ ਹੈਂਡ ਓਵਰ ਕਰਕੇ ਆਏ ਇਹਦੇ ਵਿੱਚ ਕਿਹਾ ਕੀ ਸੀ ਤੁਸੀਂ ਇਹਦੇ ਵਿੱਚ ਜੇ ਕਹੋ ਤਾਂ ਮੈਂ ਪੜ੍ਹ ਦਿੰਦਾ ਨਹੀਂ ਨਹੀਂ ਚਲੋ ਬਹੁਤ ਲੰਬੀ ਹੈ ਤੁਸੀਂ ਮੋٹے ਤੌਰ ਤੇ ਦੱਸ ਸਕੋ ਜੋ ਪੀੜ ਹੈ ਨਾ ਆਪਣੇ ਮਨ ਦੀ ਜੋ ਦਰਦ ਹੈ ਸੀਗਾ ਉਸ ਵੇਲੇ ਉਹਨਾਂ ਨੂੰ ਵੀ ਵੀ ਮੈਂ ਮੇਰੀ ਆਤਮਾ ਕਿਸ ਤਰ੍ਹਾਂ ਝੰਜੋੜੀ ਗਈ ਹੈ ਜਿਹੜੇ ਇਹਨਾਂ ਸਾਰੇ ਕਰਕੇ ਇਹ ਜੀ ਮਸਬ ਕਦੋਂ ਕਦੋਂ ਗਏ ਉਹਨਾਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਇਹਦੇ ਚ ਕੀਤੀ ਸੀ ਇਹ ਗਏ ਸੀ 17 ਅਕਤੂਬਰ 2015 ਉਸ ਤੋਂ ਬਾਅਦ ਵੀ ਤੁਹਾਨੂੰ ਮੈਂ ਦੱਸਦਾ ਹਾਂ ਕਿ ਉਸ ਤੋਂ ਬਾਅਦ ਅਸੀਂ 17 ਤਰੀਕ ਨੂੰ ਉੱਥੇ ਜਾ ਕੇ 21 ਤਰੀਕ ਨੂੰ ਤਖਤ ਕੇਸਗੜ ਸਾਹਿਬ ਵਿੱਚ ਜਿਹੜੇ ਸ਼ਰੋਮਣੀ ਅਕਾਲੀ ਦਲ ਵੱਲੋਂ ਅਸੀਂ ਅਖੰਡ ਪਾਠ ਪਛਤਾਪ ਦੇ ਰਖਵਾ ਕੇ ਉਹਦੇ ਭੋਗ ਪਾਇਆ ਸੀ ਔਰ ਆਹ ਦੇਖੋ ਅੱਜ ਤੱਕ ਪੁਰਾਣੀਆਂ ਖਬਰਾਂ ਨੇ ਕੋਈ ਅੱਜ ਨਹੀਂ ਬਣਗੀਆਂ ਇਹ ਉਸ ਦਿਨ ਦੀ ਖਬਰ ਹੈ ਤੇ ਇਹਦੇ ਨਾਲ ਫੋਟੋ ਵੀ ਆ ਫੋਟੋ ਮੈਂ ਤੁਹਾਨੂੰ ਵੱਡੀ ਦਿਖਾ ਦਿੰਦਾ ਆ ਸਾਰੇ ਤੁਸੀਂ ਚਿਹਰੇ ਪਛਾਣ ਸਕਦੇ ਹੋ ਇਹ ਕਲਰ ਫੋਟੋ ਹੈ ਵੀ ਉਸ ਪਛਤਾਪ ਦੇ ਭੋਗ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਭੱਲ ਸਾਹਿਬ ਵੀ ਬੈਠੇ ਆ ਬੀਬੀ ਜਗੀਰ ਕੌਰ ਜੀ ਸਾਡੇ ਸਤਕਾਰਯੋਗ ਉਹ ਵੀ ਬੈਠੇ ਆ ਪ੍ਰੈਸਰ ਪ੍ਰੇਮ ਸਿੰਘ ਚੰਦੂਬਾਦਲ ਸਾਹਿਬ ਵੀ ਬੈਠੇ ਆ ਮੈਂ ਵੀ ਬੈਠਾ ਔਰ ਇਹ ਕੱਲਾ ਤਖਤ ਕੇਸਗੜ ਸਾਹਿਬ ਦੇ ਉੱਤੇ ਨਹੀਂ ਇਹ ਉਸ ਦਿਨ ਗੁਰਦੁਆਰਾ ਦੂਖਨਨ ਸਾਹਿਬ ਵੀ ਇਕੱਠੇ ਇਕੱਠੇ ਭੋਗ ਪਾਏਗੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਬਾਕੀ ਥਾਵਾਂ ਦੇ ਉੱਤੇ ਵੀ ਜਿਹੜਿਆ ਪਾਰਟਨ ਖਾ ਕੇ ਪਾਰਟੀ ਵੱਲੋਂ ਡਿਸਟ੍ਰਿਕਟ ਲੈਵਲਾਂ ਦੇ ਉੱਤੇ ਪਛਤਾਤ ਦੇ ਅਖੰਡਪਾਠ ਕੀਤੇ ਗਏ ਹੁਣ ਮੈਨੂੰ ਨਹੀਂ ਸਮਝ ਲੱਗਦੀ ਕਿ ਇਹ ਸਾਡੇ ਸੀਨੀਅਰ ਸਾਥੀ ਨੇ ਜੁਨਮਾਨ ਸਾਥੀ ਨੇ ਤੇ ਤੁਸੀਂ ਆਪ ਤਾਂ ਤਖਤ ਕੇਸਗੜ ਸਾਹਿਬ ਕੋਈ ਛੋਟਾ ਤਖਤ ਨਹੀਂ ਹੈ ਉੱਥੇ ਬੈਠ ਕੇ ਅਰਦਾਸਾਂ ਸਾਡੇ ਨਾਲ ਜਿਹੜੀਆਂ ਨੇ ਉਹਦੇ ਵਿੱਚ ਪਛਤਾਤ ਦੀਆਂ ਤੇ ਸ਼ਾਮਲ ਹੁੰਦੇ ਰਹੇ ਤੇ ਉਦੋਂ ਕੀ ਗੁਰੂ ਵਗੇ ਅਰਦਾਸ ਕਰਦੇ ਸੀ ਅਸੀਂ ਇਹੀ ਅਰਦਾਸ ਕਰਦੇ ਸੀ ਨਾ ਕਿ ਜੋ ਕੁਝ ਬਾੜਾ ਵਾਪਰ ਰਿਹਾ ਬਹੁਤ ਬਾੜਾ ਗੁਰੂ ਸ਼ਕਤੀ ਦਵੇ ਤੇ ਜਿਹੜੀ ਹੈ ਪੰਜਾਬ ਚ ਅਮਨ ਸ਼ਾਂਤੀ ਰਹੇ ਤੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਿਹੜੀਆਂ ਸਜ਼ਾਾਂਾਂ ਬਣ ਇਹ ਫੜੇ ਜਾਣ ਤੇ ਅੱਜ ਤੁਸੀਂ ਕਿਹੜੇ ਮੂੰਹ ਨਾਲ ਹੁਣ ਕਹਿੰਦੇ ਹੋ ਕਿ ਸਾਨੂੰ ਤਾਂ ਜੀ ਪਤਾ ਹੀ ਨਹੀਂ ਸਾਨੂੰ ਕਿਸੇ ਨੇ ਇਹ ਫੋਟੋ ਮੈਨੂੰ ਅੱਜ ਤੱਕ ਬਣਾ ਲਈ ਨਹੀਂ ਉਹਨਾਂ ਨੂੰ ਪੁੱਛ ਲਓ ਵੀ ਤੁਹਾਡੀ ਹੋਈ ਹੈ ਕਿ ਕਿਸੇ ਹੋਰ ਦੀ ਹੈ ਤੇ ਕਿਸਗਰ ਸਾਹਿਬ ਦੀ ਹੈ ਤੇ 4 ਦਿਨਾਂ ਦੀ ਹੈ ਪਹਿਲਾਂ ਬਾਲ ਸਾਹਿਬ ਸਾਰਿਆਂ ਨਾਲ ਰਾਏ ਕਰਕੇ ਦਰਬਾਰ ਸਾਹਿਬ ਜਾਂਦੇ ਆ ਕਿਸਗਰ ਸਾਹਿਬ ਦੇ ਅਕਾਲ ਤਖਤ ਸਾਹਿਬ ਤੇ ਜਹਦਰ ਸਾਹਿਬ ਨੂੰ ਚਿੱਠੀ ਦਿੰਦੇ ਆ ਜਾਦਨ ਬਾਅਦ ਜਿਹੜਾ ਇੱਥੇ ਅਖੰਡਪੁਰ ਦੇ ਭੋਗਪੰਦੇ ਫਿਰ ਬਾਕੀ ਪੰਜਾਬ ਚ ਪੰਦੇ ਉਸ ਚਿੱਠੀ ਤੇ ਕੋਈ ਅਕਾਲ ਤਖਸੈਬ ਨੇ ਕੋਈ ਨੋਟਿਸ ਲਿਆ ਕੋਈ ਉਸ ਤੋਂ ਬਾਅਦ ਕੋਈ ਸੇਵਾ ਲਈ ਹੋਵੇ ਨਹੀਂ ਕੋਈ ਨਹੀਂ ਲਈ ਕਿਉਂਕਿ ਮੰਨ ਦੀ ਬੇਦਨਾ ਸੀ ਉਹਨਾਂ ਨੇ ਅਹਿਸਾਸ ਕੀਤਾ ਵੀ ਮੁੱਖ ਮੰਤਰੀ ਦੀ ਜਿਹੜੀ ਮਾਨਸਿਕ ਅਵਸਥਾ ਹੈਗੀ ਹੈ ਉਹ ਸਾਡਾ ਕੰਮ ਸੀ ਅਸੀਂ ਉਹਨਾਂ ਦੇ ਸਾਹਮਣੇ ਜਾ ਕੇ ਜੋ ਕੁਝ ਸਟੇਟ ਚ ਹੋ ਰਿਹਾ ਉਹਨੂੰ ਜਿਹੜਾ ਬਿਆਨ ਕਰਨਾ ਬੀਇੰਗ ਅ ਸਟੇਟ ਹੈਡ ਇਹ ਸਾਡੀ ਬੇਵੱਸੀ ਸਮਝੋ ਕਿ ਅਨਕਿਆਸੀਆਂ ਜਿਹੜੀਆਂ ਇਨਸੀਡੈਂਟਸ ਆ ਇਹ ਹੋ ਰਹੀਆਂ ਨੇ ਬਹੁਤ ਵੱਡੀਆਂ ਸਾਸ਼ਾ ਨੇ ਤੇ ਨਾਲ ਉਹਨਾਂ ਨੇ ਵੀ ਬੇਨਤੀ ਕੀਤੀ ਕਿ ਅਰਦਾਸ ਕਰੋ ਨਹੀਂ ਪਰ ਜਿਮਨਾ ਸਾਹਿਬ ਇਸ ਕਰਕੇ ਸਾਡਾ ਕੰਮ ਤਾਂ ਤਖਤ ਸਾਹਿਬ ਤੇ ਜਾ ਕੇ ਸਿੰਘ ਸਾਹਿਬ ਦੇ ਭਾਵਨਾਵਾਂ ਤੋਂ ਆਪਣੀਆਂ ਤੋਂ ਜਾਣ ਕਰੋ ਹੂੰ ਉਤੋਂ ਅੱਗੇ ਦਾ ਕੰਮ ਤਾਂ ਤਖਤ ਸਾਹਿਬ ਨਹੀਂ ਜਿਮਨਾ ਸਾਹਿਬ ਸਵਾਲ ਇੱਥੇ ਇਹ ਹੈ 14 ਅਕਤੂਬਰ 2015 ਨੂੰ ਕੋੜਪੁਰਾ ਤੇ ਬੈਬਲਗਲਾ ਗੋਲੀਗੰਢ ਹੋਇਆ ਸਰਕਾਰ ਕਾਂਲੀਦਲ ਬੀਜੇਪੀ ਦੀ ਸੀ ਉਸ ਸਮੇਂ ਉਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਬਰਗਾੜੀ ਚ ਬੇਅਦਵੀ ਦਾ ਕੱਢਣਾ ਕਰਮ ਹੋਇਆ ਸੀ 17 ਤਰੀਕ ਨੂੰ ਤੁਸੀਂ ਗਏ ਪਛਤਾਪ ਦੇ ਲਈ ਅਕਾਲ ਤਖਤ ਸਾਹਿਬ ਦੇ ਕੋਲ 21 ਤਰੀਕ ਨੂੰ ਤੁਸੀਂ ਕੇਸਗੜ੍ਹ ਸਾਹਿਬ ਪਹੁੰਚੇ ਅਨੰਦਪੁਰ ਸਾਹਿਬ ਜੇ ਉਸ ਸਮੇ ਪਛਤਾਪ ਹੋ ਗਿਆ ਸੀ ਜਾਂ ਕਰ ਲਿਆ ਸੀ ਤਾਂ ਫਿਰ ਕਿਉਂ ਜ਼ਰੂਰਤ ਦੁਬਾਰਾ ਮਹਿਸੂਸ ਹੋਈ ਕਿਉਂਕਿ ਉਸ ਤੋਂ ਬਾਅਦ ਵੀ ਬਾਦਲ ਪਰਿਵਾਰ ਗਿਆ ਦਰਬਾਰ ਸਾਹਿਬ ਜਾ ਕੇ ਪਿਛਲੇ ਸਾਲਾਂ ਨੂੰ ਖਾਣ ਦੇ ਲਈ ਪਿਛਲੇ ਸਾਲ ਵੀ ਕਿਉਂ ਫਿਰ ਦੁਬਾਰਾ ਕਿਉਂ ਮਹਿਸੂਸ ਹੋਈ ਉਹਨਾਂ ਦੇ ਦੇਖੋ ਗੱਲ ਇਹ ਹੈ ਕਿ ਉਸ ਤੋਂ ਬਾਅਦ ਜਿਹੜੇ ਆ ਪਛਤਾਪ ਦੇ ਖੰਡਫਟ ਨਹੀਂ ਹੋਏ 14 ਦਸੰਬਰ ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਿਵਸ ਹੁੰਦਾ ਤੇ ਹਰ ਸਾਲ ਅਸੀਂ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਜਿਹੜਾ ਬਾਬਾ ਗੁਰਬਖਸ਼ ਸਿੰਘ ਜੀ ਦਾ ਸਥਾਨ ਹੈ ਉੱਥੇ ਅਖੰਡ ਪਾਠ ਕਰਾਉਂਦੇ ਹਾਂ ਉਹਦੇ ਜਿਹੜੇ ਕੀਰਤਨ ਤੋਂ ਬਾਅਦ ਅਰਦਾਸ ਤੋਂ ਬਾਅਦ ਸਿਰ ਪ੍ਰਧਾਨ ਜੀ ਧੰਨਵਾਦ ਕਰਦੇ ਹੁੰਦੇ ਹਾਂ ਉੱਥੇ ਧੰਨਵਾਦ ਕਰਦਿਆਂ ਕਰਦਿਆਂ ਉਹਨਾਂ ਨੇ ਇਹ ਕਿਹਾ ਸੀ ਕਿ ਜੇ ਮੈਂ ਤਾਂ ਜਿਹੜੀ ਆਪੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਨੂੰ ਖੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆ ਵੀ ਕਿਸੇ ਵੇਲੇ ਵੀ ਕੋਈ ਸਾਡੇ ਕੋਲ ਗਲਤੀ ਹੋਈ ਹੋਵੇ ਤੇ ਮੈਂ ਉਹਦੀ ਮਾਫੀ ਮੰਗਦਾ ਇਸ ਕਰਕੇ ਉਹ ਬੜੀ ਪ੍ਰਕਿਰਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇਣੀ ਉਹ ਮੁੱਖ ਮੰਤਰੀ ਸਾਹਿਬ ਦੀ ਉਹ ਇੱਕ ਬਕਰੀ ਪ੍ਰਕਿਰਿਆ ਇਹ ਤਾਂ ਜਿਵੇਂ ਹੁੰਦਾ ਕਿ ਭੋਗ ਤੋਂ ਬਾਅਦ ਇਸੇ ਤਰ੍ਹਾਂ ਜਦੋਂ ਬਾਦ ਸਾਹਿਬ ਦਾ ਭੋਗ ਹੋਇਆ ਉੱਥੇ ਵੀ ਜਦੋਂ ਅਰਦਾਸ ਹੋਈ ਤੇ ਧੰਨਵਾਦ ਕਰਦੇ ਸੰਗਤ ਦਾ ਉਦੋਂ ਵੀ ਸਦਾ ਸੁਖਬੀ ਸਿੰਘ ਬਾਦ ਸਾਹਿਬ ਨੇ ਬਾਦ ਸਾਹਿਬ ਨੂੰ ਯਾਦ ਕਰਦੇ ਉੱਥੇ ਵੀ ਕਿਹਾ ਕਿ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜੀ ਆ ਉਹ ਕੌਮ ਦੇ ਲਿਖੇ ਲਈ ਆ ਲੋਕਾਂ ਦੀ ਸੇਵਾ ਚਲਾਈ ਹੈ ਪਰ ਕਈ ਵਾਰੀ ਸਾਡੇ ਕੋਲ ਕੋਈ ਗਲਤੀਆਂ ਵੀ ਹੋ ਗਈਆਂ ਇਹ ਇਹ ਅਲੱਗ ਜਿਹੜਾ ਇੱਕ ਜਿਹੜੀ ਹੈ ਪਰ ਤੁਹਾਡੇ ਤੁਹਾਡੇ ਸਾਥੀ ਚਿਮਮਾ ਸਾਹਿਬ ਸਵਾਲ ਇਹ ਚੱਕ ਰਹੇ ਆ ਵੀ ਜਦੋਂ ਐ ਅਪੁਆਇੰਟੀ ਉਥੋਂ ਸਹਿਮਤੀ ਮਿਲਣ ਤੋਂ ਬਾਅਦ ਹੁੰਦੇ ਨੇ ਉਹ ਕਿਵੇਂ ਕਿਸੇ ਨੂੰ ਸਜ਼ਾ ਲਾ ਸਕਦੇ ਆ ਜਾਂ ਸਖਤ ਫੈਸਲਾ ਲੈ ਦੇ ਸਕਦੇ ਆ ਯਾਨੀ ਸਿੱਧਾ-ਸਿੱਧਾ ਉਹਨਾਂ ਨੇ ਭਾਵੇਂ ਨਾਮ ਨਹੀਂ ਲਿਆ ਪਰ ਉਹ ਇਹ ਕਹਿੰਦੇ ਨੇ ਕਿ ਜਦੋਂ ਜਥੇਦਾਰੀ ਸ਼ਰਮਣੀ ਕਾਲੀ ਦਲ ਨੇ ਪੁਆਇੰਟ ਕਰਨੇ ਆ ਤਾਂ ਫਿਰ ਉਹ ਕਿਵੇਂ ਪ੍ਰਧਾਨ ਨੂੰ ਸਜ਼ਾ ਲਾ ਦੇਣਗੇ ਸ਼੍ਰੋਮਣੀ ਅਕਾਲੀ ਦਲ ਕਿਵੇਂ ਜਥੇਦਾਰ ਪਾਇੰਟ ਕਰਦਾ ਹੈ ਪਹਿਲੀ ਗੱਲ ਤਾਂ ਤੁਹਾਡੇ ਸਾਥੀ ਕਹਿ ਰਹੇ ਨੇ ਪਹਿਲੀ ਗੱਲ ਤਾਂ ਸਾਰੀ ਉਮਰ ਸਾਡੇ ਨਾਲ ਹੀ ਰਹੇ ਹ ਹ ਇਹ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਬਣਦੇ ਰਹੇ ਹ ਇਹਨਾਂ ਨੂੰ ਵੀ ਸਮਝਾਉਣ ਦੀ ਲੋੜ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਥੇਬੰਦੀਆਂ ਜਿਹੜੀ ਹੈ ਜਥੇਦਾਰ ਦੀ ਨਿਯੁਕਤੀ ਕਰਦਾ ਕਿ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਕਰਦੀ ਹ ਹ ਦੇਖੋ 60 ਲੱਖ ਸਿੱਖ ਵੋਟਾਂ ਪਾ ਕੇ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਨੂੰ ਚੁਣਦੇ 170 ਉਹਦੇ ਇਲੈਕਟਿਡ ਮੈਂਬਰ ਹੈ 15 ਕੋਆਪਟਿਡ ਮੈਂਬਰ ਜੀ ਤੇ 60 ਲੱਖ ਸਿੱਖਾਂ ਦਾ ਮੰਡੇਟ ਜੇ ਸੰਸਥਾ ਦੇ ਕੋਲ ਹੈ ਹੂੰ ਉਹਦੇ ਪ੍ਰਧਾਨ ਚੁਣੇ ਜਾਂਦੇ ਆ ਮੈਂਬਰਾਂ ਚੋਂ ਐਗਜ਼ੈਕਟਿਵ ਬਣਦੀ ਆ ਤੇ ਉਹ ਜਥੇਦਾਰਾਂ ਦੀ ਨਿਪਟੀ ਕਰਦੀ ਤੇ ਜੇ ਹੁਣ ਸਾਰਾ ਐਕਟ ਬਣਿਆ ਹੋਇਆ ਹੈ ਐਕਟ ਦੇ ਮੁਤਾਬਕ ਸਾਰਾ ਕੁਝ ਕੰਮ ਚੱਲਦਾ ਇੱਕ ਬਕਾਇਦਾ ਇੱਕ ਪ੍ਰਕਿਰਿਆ ਹੈ ਕਿ ਉਹ ਜਿਹੜਾ ਪਹਿਲਾਂ ਫੈਸਲਾ ਕਰਦੇ ਆ ਫਿਰ ਸਾਰੇ ਪੰਥ ਦੀਆਂ ਸੰਸਥਾਵਾਂ ਜਿਸ ਤੇ ਜਿਹੜੀ ਆ ਜਥੇਦਾਰ ਦੀ ਜਿਹੜੀ ਹੈ ਥਾਪੇ ਜਾਂਦੇ ਆ ਜਿਸ ਦਿਨ ਸਾਰੇ ਆ ਕੇ ਉਸ ਰਸਮ ਦੇ ਵਿੱਚ ਉੱਥੇ ਸਾਰੇ ਦਸਤਾਰ ਦਿੰਦੇ ਆ ਮੰਨਤ ਦਿੰਦੇ ਆ ਆਪ ਆਪਣੀਆਂ ਸੰਸਥਾਵਾਂ ਵੱਲੋਂ ਸਤਕਾਰ ਪੇਟ ਕਰਦੇ ਤੇ ਇਹ ਤੁਸੀਂ ਕਹਿੰਦੇ ਕਿ ਜੇ ਕੱਲ੍ਹੇ ਸ਼ਰਮਣੀ ਅਕਾਲੀ ਦਲ ਦਾ ਫੈਸਲਾ ਹੋਵੇ ਇਹ ਸਾਰੀਆਂ ਸਿੱਖ ਸੰਸਥਾਵਾਂ ਵਰਲਡ ਲੈਵਲ ਤੋਂ ਦੇਸ਼ ਤੋਂ ਇਹ ਆ ਕੇ ਤੇ ਉੱਥੇ ਆਪਣਾ ਸਤਕਾਰ ਉਸ ਵੇ ਉਹ ਬੜੀ ਵੱਡੀ ਸੈਰੇਮਨੀ ਹੁੰਦੀ ਹੈ ਤੁਸੀਂ ਹੁੰਦੀਆਂ ਦੇਖਿਆ ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਇੰਸਟਾਲੇਸ਼ਨ ਸੈਰੇਮਨੀ ਹੁੰਦੀ ਹੈ ਕਿੰਨੀ ਉਹ ਵੱਡੀ ਸੈਰੇਮਨੀ ਹੁੰਦੀ ਸਾਰੀਆਂ ਦਿਹੰਗ ਸਿੰਘ ਜਥੇਬੰਦੀਆਂ ਆਉਂਦੀਆਂ ਆਪੋ ਚ ਕਿਸੇ ਤੇ ਜਿੰਨੇ ਮਰਜ਼ੀ ਮਤ ਪੇਦੋ ਪਰ ਹਰ ਧਾਰਮਿਕ ਸੰਸਥਾ ਉੱਥੇ ਪਹੁੰਚ ਕੇ ਸਿੰਘ ਸੁਭਾਵਾਂ ਉੱਥੇ ਪਹੁੰਚ ਕੇ ਤੇ ਉਹ ਐਡੀ ਵੱਡੀ ਜਿਹੜੀ ਇੱਕ ਜਿਹੜੀ ਮਾਨਤਾ ਹੁੰਦੀ ਹੈ ਉਸ ਵੇਲੇ ਉਸ ਸੈਰੇਮਨੀ ਦੀ ਉਹ ਇਸ ਕਰਕੇ ਹੋ ਜਾਂਦੀ ਹੈ ਕਿ ਉਹਨੂੰ ਕੋਈ ਅਕਾਲੀ ਦਲ ਦਾ ਬੰਦਾ ਚਲੋ ਹੁਣ 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 ਜਿੱਥੇ ਸਾਰਾ ਕਟਨਾ ਕਰਮ ਪਹੁੰਚ ਗਿਆ ਇੱਕ ਲਫਜ਼ ਦਾ ਜ਼ਿਕਰ ਜਿਹੜਾ ਹੈ ਅਸੀਂ ਵੀ ਆਏ ਦਿਨ ਕਰਦੇ ਹਾਂ ਤੇ ਤੁਹਾਡੇ ਵਿਦਿਨ ਪਾਰਟੀ ਖਾਸ ਕਰਕੇ ਜਿਹੜੇ ਤੁਹਾਡੇ ਸਾਥੀ ਨੇ ਜਿਨਨੂੰ ਬਾਗੀ ਧੜਾ ਕਹਨੇ ਆ ਉਹ ਜ਼ਿਆਦਾ ਕਰਦੇ ਨੇ ਸਪਸ਼ਟੀਕਰਨ ਵਾਰ-ਵਾਰ ਉਸ ਵਰਡ ਦਾ ਜ਼ਿਕਰ ਆਉਂਦਾ ਸਪਸ਼ਟੀਕਰਨ ਕੀ ਵਾਕਈ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਉੱਥੇ ਆਪਣਾ ਕੋਈ ਤਰਕਾਂ ਦੇ ਨਾਲ ਸਪਸ਼ਟੀਕਰਨ ਦੇ ਕੇ ਆਏ ਨੇ ਜਾਂ ਤੁਹਾਨੂੰ ਲੱਗਦਾ ਕਿ ਉਹ ਗੱਲ ਤੁਹਾਨੂੰ ਦੱਸ ਦੇਣੀ ਚਾਹੀਦੀ ਸੀ ਕਿ ਤੁਸੀਂ ਉੱਥੇ ਕੀ ਕਿਹਾ ਜਿਵੇਂ ਤੁਹਾਡੇ ਸਾਥੀ ਕਹਿ ਰਹੇ ਨੇ ਕਿ ਉਹਨਾਂ ਨੂੰ ਜਨਤਕ ਕਰਨਾ ਚਾਹੀਦਾ ਸਭ ਕੁਝ ਈਵਨ ਅਕਾਲ ਤਖਤ ਸਾਹਿਬ ਤੋਂ ਵੀ ਉਹ ਤਾਂ ਮੰਗ ਕਰ ਰਹੇ ਨੇ ਦੇਖੋ ਗੱਲ ਇਹ ਹੈ ਪਹਿਲੀ ਤਾਂ ਗੱਲ ਹੈ ਕਿ ਸਾਨੂੰ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਵੀ ਕੋਈ ਅਕਾਲ ਤਖਤ ਸਾਹਿਬ ਕਿਉਂ ਗਿਆ ਠੀਕ ਹੈ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਸਾਂਝਾ ਹੋਇਆ ਤਖਤ ਹੈ ਸਾਰੇ ਸਿੱਖਾਂ ਦਾ ਸਾਂਝਾ ਤਖਤ ਹੈ ਕੋਈ ਵੀ ਉੱਥੇ ਜਾ ਸਕਦਾ ਆਪਣੀ ਕੋਈ ਸ਼ਿਕਾਇਤ ਦੇਣੀ ਜਾਵੇ ਉਹ ਦੇ ਸਕਦਾ ਉਸ ਗੱਲ ਦੇ ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇੰਨੀ ਬੇਨਤੀ ਮੈਂ ਸਾਰਿਆਂ ਨੂੰ ਜ਼ਰੂਰ ਕਰੇ ਜਾਂਦਾ ਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੋਈ ਜਾਂਦਾ ਵੀ ਹੈ ਤੇ ਫਿਰ ਭਰੋਸਾ ਜ਼ਰੂਰ ਰੱਖਣ ਕਰਦੇ ਸਾਡੇ ਕੋਲੋਂ ਸਿੰਘ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਅਸੀਂ ਪੂਰੀ ਨਮਰਤਾ ਦੇ ਨਾਲ ਸਮਰਪਣ ਭਾਵਨਾ ਦੇ ਨਾਲ ਪ੍ਰਧਾਨ ਸਾਹਿਬ ਨੇ ਤਿੰਨ ਚਾਰ ਅਸੀਂ ਸੀਨੀਅਰ ਸਾਥੀਆਂ ਨੇ ਜਾ ਕੇ ਸਿੰਘ ਸਾਹਿਬ ਦੇ ਕੋਲ ਨਮਰਤਾ ਦੇ ਨਾਲ ਜੋ ਸਾਨੂੰ ਠੀਕ ਲੱਗਿਆ ਅਸੀਂ ਆਪਣੇ ਸਮਰਪਣ ਭਾਵਨਾ ਦੇ ਨਾਲ ਉੱਥੇ ਲਿਖ ਕੇ ਦਿੱਤਾ ਗੁਰੂ ਦੇ ਤਖਤ ਦੇ ਵਿੱਚ ਤੇ ਆ ਇੱਕ ਇੰਟਰਵਿਊ ਦੇ ਵਿੱਚ ਜਾਂ ਸੈਮੀਨਾਰ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਜਾ ਕੇ ਬੋਲਣ ਦੇ ਵਿੱਚ ਬਹੁਤ ਫਰਕ ਹੁੰਦਾ ਉਹ ਕੋਈ ਕੱਲਾ ਇੱਟਾਂ ਦੀ ਇਮਾਰਤ ਨਹੀਂ ਹੈ ਉਹ ਗੁਰੂ ਸਾਹਿਬ ਦਾ ਸੱਚਾ ਹੋਇਆ ਤਖਤ ਉੱਥੇ ਨਾ ਤੁਸੀਂ ਕੋਈ ਲਗਾ ਸਕਦੇ ਹੋ ਨਾ ਸਪਾ ਸਕਦੇ ਹੋ ਨਾ ਉੱਥੇ ਕੋਈ ਤਰਕ ਚੱਲਦੀ ਹੈ ਨਾ ਦਰੀਲ ਜਾਂਦੀ ਉਹ ਗੁਰੂ ਦਾ ਤਖਤ ਹੈ ਜੇ ਉੱਥੇ ਪੇਸ਼ ਹੋਣਾ ਹੈ ਤੇ ਤੁਹਾਨੂੰ ਇਮਾਨਦਾਰੀ ਨਾਲ ਹੀ ਹੋਣਾ ਪੈਂਦਾ ਉੱਥੇ ਇਸ ਤਰ੍ਹਾਂ ਬਹਿਸ ਬਾਜ਼ੀਆਂ ਜਿਹੜੀਆਂ ਨੇ ਇਹ ਦੁਨਿਆਵੀ ਆਪਣੇ ਫਾਰਮਟ ਤੇ ਤਾਂ ਹੋ ਸਕਦੀਆਂ ਨੇ ਇਹ ਜਿਹੜੇ ਰੋਹਾਨੀਅਤ ਦੇ ਕੇਂਦਰ ਨੇ ਉੱਥੇ ਜਾ ਕੇ ਇਹ ਤੀਜਰ ਨਹੀਂ ਹੁੰਦੀ। ਅਸੀਂ ਉਸ ਗੱਲ ਨੂੰ ਅਹਿਸਾਸ ਕਰਦੇ ਹਾਂ ਕਿ ਉੱਥੇ ਨਹੀਂ ਕੋਈ ਸਪੈ ਜਾ ਸਕਦਾ ਤੇ ਜੋ ਸਾਨੂੰ ਠੀਕ ਲੱਗਿਆ ਅਸੀਂ ਉਸ ਸਮਰਪਣ ਭਾਵਨਾ ਨਾਲ ਸਿੰਘ ਸਾਹਿਬ ਦੇ ਅੱਗੇ ਆਪਣੀ ਭਾਵਨਾ ਲੇ ਕੇ ਦੱਸਦੇ। ਮਤਲਬ ਤੁਸੀਂ ਕਹਿਣਾ ਚਾ ਰਹੇ ਹੋ ਕਿ ਤੁਸੀਂ ਕੋਈ ਤਰਕ ਨਹੀਂ ਦਿੱਤੇ ਉੱਥੇ। ਅਸੀਂ ਕਮਿਟ ਕਰ ਦਿੱਤਾ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਮੇਸ਼ਾ ਸਮਰਪਿਤ ਰਹਿਆ ਅਕਾਲੀ ਦਲ ਦਾ ਜਨਮ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੀ ਹੋਇਆ ਸੀ। ਤੇ ਇਸ ਕਰਕੇ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਏਗਾ ਸਾਨੂੰ ਪਰਵਾਹ ਨਹੀਂ। ਇਸ ਕਰਕੇ ਉਹਦੀ ਆਪ ਦੇ ਵੱਲੋਂ ਕੋਈ ਜਸਟੀਫਿਕੇਸ਼ਨ ਨਹੀਂ ਦਿੰਦੀ ਤੁਸੀਂ ਇਹ ਕਹਿਣਾ ਚਾ ਰਹੇ ਹੋ ਮੈਂ ਡਿਟੇਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਕਮਰਿਆਦਾ ਹੁੰਦੀ ਹੈ ਜਦੋਂ ਤੁਸੀਂ ਆਪਣਾ ਜਿਹੜਾ ਸਪਸ਼ਟੀਕਰਨ ਸਿੰਘ ਸਾਹਿਬ ਦੇ ਉਹਨਾਂ ਨੂੰ ਹੈਡਓਵਰ ਕਰ ਦਿੱਤਾ ਉਹ ਹੁਣ ਸਿੰਘ ਸਾਹਿਬ ਤੇ ਆ ਕਿ ਸਾਡੇ ਵੱਲੋਂ ਉਸੇ ਵੇਲੇ ਪਬਲਿਕ ਕਰ ਦਿੰਦੇ ਉਹ ਮੀਟਿੰਗ 'ਚ ਰੱਖਣ ਕਿਵੇਂ ਫੈਸਲਾ ਲੈਣਾ ਹੈ ਕੀ ਕਰਨਾ ਉੱਤੇ ਸਾਡਾ ਕੋਈ ਕਿਸੇ ਤਰ੍ਹਾਂ ਦਾ ਬਣਦਾ ਨਹੀਂ ਪਰ ਇਹ ਜਿਹੜੇ ਸਾਡੇ ਭਰਾ ਹੁਣ ਕਾਲਤਕ ਸਾਹਿਬ ਨੂੰ ਮਤਤਾਂ ਦੇਣ ਦੀ ਕੋਸ਼ਿਸ਼ਾਂ ਕਰ ਰਿਹਾ ਮੈਂ ਉਹਨਾਂ ਨੂੰ ਹੈਰਾਨ ਜ਼ਰੂਰ ਹੋਣਾ ਪੀ ਇੱਕ ਪਾਸੇ ਸਾਡੇ ਗੁਰੂ ਦਾ ਤਖਤ ਹੈ ਅਸੀਂ ਉਹਨੂੰ ਸਰਵੋੱਚ ਮੰਨਦੇ ਆਂ ਤੇ ਫਿਰ ਰੋਜ਼ ਸਵੇਰੇ ਉੱਠ ਕੇ ਹਾਲੇ ਨਾਸ਼ਤਾ ਵੀ ਨਹੀਂ ਕਰਦੇ ਤੇ ਪਹਿਲਾ ਕਾਲ ਤੱਕ ਤੇ ਜੈਹਾਂ ਦਾ ਨੂੰ ਸਮਾਂ ਦੇਣ ਲੱਗ ਜਾਂਦੇ ਵੀ ਤੁਹਾਨੂੰ ਐਦਾਂ ਕਰਨਾ ਚਾਹੀਦਾ ਤੁਹਾਨੂੰ ਉਦਾਂ ਕਰਨਾ ਚਾਹੀਦਾ ਮੈਂ ਬਹੁਤ ਇਸ ਗੱਲ ਤੇ ਮਿਉ ਸੁਣਾ ਵੀ ਇੱਕ ਲੋਅਰ ਕੋਰਟ ਨੂੰ ਵੀ ਸਾਡੀ ਹਿੰਮਤ ਨਹੀਂ ਪੈਂਦੀ ਕਿ ਅਸੀਂ ਕਿਤੇ ਉਹਦੇ ਫੈਸਲੇ ਦੇ ਜਾਂ ਕਿੱਦਾਂ ਉਹਨਾਂ ਨੇ ਫੈਸਲਾ ਕਰਨਾ ਕਦੀ ਉੱਤੇ ਕੋਈ ਕਿੰਤੂ ਪਰੰਤੂ ਕਰ ਲਈ ਪਰ ਸਾਡੀ ਸਰਵੋੱਚ ਸੰਸਥਾ ਔਰ ਉਹਦਾ ਜਿਹੜਾ ਉੱਠਦਾ ਬਿਆਨ ਤੱਕ ਨਹੀਂ ਸ਼ੁਰੂ ਕਰਦਾ ਔਰ ਜਿਹੜੇ ਜਾਂਦੇ ਆ ਖੁਦ ਦਾ ਭਰੋਸਾ ਨਹੀਂ ਹੈਗਾ ਕਦੇ ਉਹਨਾਂ ਨੂੰ ਕਹਿੰਦੇ ਆ ਜਨਤ ਕਰੋ ਕਦੇ ਉਹਨਾਂ ਨੂੰ ਇਹ ਮੈਨੂੰ ਤੁਹਾਨੂੰ ਭਰੋਸਾ ਨਹੀਂ ਹੈ ਜੇ ਤੁਹਾਨੂੰ ਭਰੋਸਾ ਹੀ ਨਹੀਂ ਹੈ ਤੁਸੀਂ ਤੇ ਫਿਰ ਜਾਂਦੇ ਕਿਉਂ ਜੇ ਤੁਸੀਂ ਗਏ ਹੋ ਘੱਟੋ ਘੱਟ ਭਰੋਸਾ ਰੱਖੋ ਠੀਕ ਹੈ ਜੀ ਮੈਂ ਸਭ ਤੁਸੀਂ ਮੈਨੂੰ ਲੱਗ ਰਿਹਾ ਕਿ ਡਿਟੇਲ ਦੇ ਵਿੱਚ ਤਾਂ ਨਹੀਂ ਦੱਸੋਗੇ ਕਿ ਉਸ ਦੇ ਵਿੱਚ ਕੀ ਲਿਖਿਆ ਗਿਆ ਸਪਸ਼ਟੀਕਰਨ ਚ ਪਰ ਚਾਰ ਗੱਲਾਂ ਦਾ ਜ਼ਿਕਰ ਜਿਹੜੇ ਬਾਗੀ ਤੜ ਦੇ ਵੱਲੋਂ ਆਪਣੀ ਚਿੱਠੀ ਚ ਕੀਤਾ ਗਿਆ ਅਸੀਂ 2007 ਦੇ ਵਿੱਚ ਹੋਈ ਐਫ ਆਈ ਆਰ ਨੂੰ ਵਾਪਸ ਲੈਣਾ ਬੇਅਦਬੀ ਦੇ ਮਾਮਲੇ ਡੇਰਾ ਮੁਖੀ ਨੂੰ ਮਾਫੀ ਤੇ ਸੁਮੇਸ਼ ਸੈਣੀ ਨੂੰ ਡੀਜੀਪੀ ਲਗਾਉਣਾ ਕੀ ਇਹ ਚਾਰ ਗੱਲਾਂ ਦਾ ਜਦੋਂ ਤੁਸੀਂ ਮੈਨੂੰ ਇਹ ਕਹਿਣਾ ਵੀ ਨਹੀਂ ਦੱਸਣਾ ਤੇ ਮੈਂ ਇਸ ਤਰੀਕੇ ਵੀ ਨਹੀਂ ਦੱਸਣਾ ਕਿਉਂਕਿ ਮਰਿਆਦਾ ਹੁੰਦੀ ਹੈ ਕਿਉਂਕਿ ਜਦੋਂ ਜੋ ਦਿਲ ਦੇ ਵਿੱਚ ਸੀ ਸੱਚੇ ਮਨੋਂ ਲਿਖ ਕੇ ਤੇ ਸਿੰਘ ਸਾਹਿਬ ਦੇ ਅੱਗੇ ਰੱਖ ਦਿੱਤਾ ਆਪਣੇ ਆਪ ਨੂੰ ਅਸੀਂ ਕਮਿਟ ਕਰ ਦਿੱਤਾ ਤੇ ਅਸੀਂ ਤਖਤ ਨੂੰ ਸਮਰਪਿਤ ਆ ਜੋ ਤੁਸੀਂ ਫੈਸਲਾ ਕਰੋਗੇ ਅਸੀਂ ਪ੍ਰਵਾਨ ਕਰਾਂਗੇ ਔਰ ਤੁਹਾਡੇ ਸਾਹਮਣੇ ਅਸੀਂ ਪ੍ਰਵਾਨ ਕਰਾਂਗੇ ਪਰ ਹੁਣ ਦੇਖਣ ਵਾਲੀ ਗੱਲ ਤੇ ਹੈ ਕਿ ਤਖਤ ਦੀ ਸ਼ੋਭਾ ਜਿਹੜੀ ਹੈਗੀ ਆ ਉਹ ਤਾਂ ਤਾਂ ਬਣੀ ਰਹਿੰਦੀ ਆ ਨਾ ਕਿ ਜੇ ਹੁਣ ਜਿਹੜੇ ਜਾਣ ਵਾਲੇ ਆ ਜਾਂ ਜਿਹੜੇ ਬਾਕੀ ਆ ਉਮੀ ਫਿਰ ਜਦੋਂ ਤਖਤ ਕੋਈ ਫੈਸਲਾ ਕਰਦੇ ਉਦੋਂ ਸੀਸਨਵਾਦਿਆ ਅਕਾਲੀ ਦਲ ਤਾਂ ਹਮੇਸ਼ਾ ਹੀ ਪ੍ਰਵਾਨ ਕਰ ਲੈਂਦਾ ਤਖਤ ਦਾ ਕੋਈ ਫੈਸਲਾ ਅਸੀਂ ਕਦੀ ਕੀਤਾ ਪਰੰਤੂ ਨਹੀਂ ਕੀਤਾ ਪਰ ਜਿਹੜੇ ਆ ਰੋਜ਼ ਬਿਆਨ ਦਿੰਦੇ ਆ ਕਿ ਉਹਨਾਂ ਨੂੰ ਚੰਗਾ ਲੱਗਦਾ ਜੇ ਪ੍ਰਧਾਨ ਪ੍ਰਧਾਨ ਸਾਹਿਬ ਨੂੰ ਕੁਰਸੀ ਨੂੰ ਲੈ ਕੇ ਜਾਂ ਕੁਰਸੀ ਤੋਂ ਲੰਬੇ ਹੋਣ ਦੇ ਕੋਈ ਆਦੇਸ਼ ਹੋਗੇ ਤਾਂ ਮੰਨੇ ਜਾਣਗੇ ਦੇਖੋ ਸਮਰਪਣ ਸਮਰਪਣ ਹੀ ਹੁੰਦਾ ਇਹ ਕੁਰਸੀਆਂ ਰੁਤਬੇ ਦੂਜੇ ਸਭ ਉਸੇ ਗੁਰੂ ਦੇ ਦਿੱਤੇ ਹੋਏ ਹੂੰ ਠੀਕ ਹੈ ਇਸ ਕਰਕੇ ਕੋਈ ਉਸ ਤੋਂ ਵੱਡਾ ਨਹੀਂ ਹੁੰਦਾ ਮੈਂ ਬੜਾ ਦਿਲਚਸਪ ਗੱਲੋਂ ਸਪਸ਼ਟ ਦੇਣ ਵਾਲਾ ਵੀ ਉਹੀ ਐ ਇਸ ਕਰਕੇ ਅਸੀਂ ਤਾਂ ਇਨ ਨਤੀਜਿਆਂ ਤੇ ਕਲੇਮ ਕਰੀਏ ਨਾ ਕਿ ਸਾਡਾ ਕੁਝ ਹੁੰਦਾ ਹੋਵੇ ਤਾਂ ਚਲੋ ਮੈਂ ਜਦੋਂ ਤੁਹਾਡਾ ਹੁੰਦਾ ਕੁਝ ਨਹੀਂ ਦੇਣ ਵਾਲਾ ਹੀ ਉਹ ਐ ਤੇ ਫਿਰ ਉੱਥੇ ਜਿਹੜਾ ਸੀਸ ਨਵਾ ਕੇ ਜਦੋਂ ਕਹਿ ਦਿੱਤਾ ਕਿ ਅਸੀਂ ਜਿਹੜੇ ਆ ਅਕਾਲ ਤਖਤ ਨੂੰ ਸਮਰਪਤ ਆ ਤੇ ਅਸੀਂ ਸਮਰਪਤੀ ਆ ਚਲੋ ਮੈਂ ਥੋੜਾ ਜਿਹਾ ਤੁਹਾਨੂੰ 2015 ਚ ਲੈ ਕੇ ਜਾਣਾ ਕਿਉਂਕਿ ਅਕਾਲੀ ਦਲ 2015 ਦੇ ਨਾਲ ਬਿਲਕੁਲ ਤੁਸੀਂ ਸਾਲ ਨੂੰ ਬਖੋਬੀ ਸਮਝਦੇ ਹੋ ਕਿ ਕਿੰਨਾ ਸੈਂਸਿਟਿਵ ਪੂਰਾ ਸਾਲ ਰਿਹਾ ਬੇਅਦਬੀ ਨੂੰ ਲੈ ਕੇ ਤੁਹਾਡੇ ਉੱਤੇ ਕਿਉਂਕਿ ਤੁਸੀਂ ਖੁਦ ਮੰਤਰੀ ਸੀ ਉਸ ਸਮੇਂ ਇਲਜ਼ਾਮ ਲੱਗਦੇ ਆ ਕਿ ਇੱਕ ਜੋਨ ਨੂੰ ਸਰੂਪ ਸਾਹਿਬ ਚੋਰੀ ਕਿਤੇ ਜਾਂਦੇ ਨੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਤੰਬਰ ਤੱਕ ਸਰਕਾਰ ਲੱਭਣ ਚ ਕਾਮਯਾਬ ਨਹੀਂ ਹੋਈ ਤੁਹਾਡੀ ਜਵਾਬਦੇਹੀ ਬਣਦੀ ਐ ਉਹ ਪੂਰੇ 4-5 ਮਹੀਨੇ ਦੀ ਦੇਖੋ ਮੈਂ ਕਹਣਾ ਵੀ ਇਹਦੇ ਤੇ 15 ਸਾਲ ਮੇਰੇ ਖਣ ਪਤਾ ਨਹੀਂ ਸੈਂਕੜੇ ਇੰਟਰਵਿਊ ਮੈਂ ਦਿੱਤੇ ਹੋਣੀਆਂ ਇਹ ਕਿੰਨੀ ਵਾਰੀ ਇਸ਼ੂ ਵਿਧਾਨ ਸਭਾ ਦੇ ਵਿੱਚ ਡਿਸਕਸ ਹੋਇਆ ਬਿਲਕੁਲ ਕਿੰਨੇ ਇਹਦੇ ਤੇ ਕਮਿਸ਼ਨ ਬਣੇ ਕਿੰਨੀਆਂ ਇਹਦੇ ਤੇ ਸਿਟਾਂ ਬਣੀਆਂ ਬਹੁਤ ਵਾਰੀ ਡਿਸਕਸ ਹੋ ਗਿਆ ਪਰ ਹੁਣ ਕਿਉਂਕਿ ਸਾਰਾ ਇਸ਼ੂ ਅਕਾਲਤਿਕ ਸਾਹਿਬ ਦੇ ਉੱਤੇ ਆ ਇਸ ਕਰਕੇ ਮੈਂ ਹੁਣ ਕੋਈ ਵੱਖਰਾ ਵਿਊ ਪੁਆਇੰਟ ਅਕਾਲਤਿਕ ਸਾਹਿਬ ਤੋਂ ਬਾਹਰ ਜਾ ਕੇ ਜਿਹੜਾ ਪਾਰਟੀ ਵੱਲੋਂ ਸਰਕਾਰ ਵੱਲੋਂ ਕੋਈ ਦੇੜਾ ਜਿਹੜਾ ਉਹ ਵਾਜਬ ਨਹੀਂ ਹੋ ਉਹ ਇਸ ਕਰਕੇ ਹੁਣ ਤਾਂ ਉੱਥੇ ਜਿਹੜੀ ਗੁਰੂ ਦੇ ਤੱਕ ਤੇ ਗੱਲ ਪਹੁੰਚੀ ਆ ਤੇ ਅਸੀਂ ਇੰਤਜ਼ਾਰ ਕਰਦੇ ਆਂ ਕਿੰਗ ਸਾਹਿਬ ਬੇਨਤੀ ਨੂੰ ਵਿਚਾਰ ਤੁਹਾਨੂੰ ਲੱਗਦਾ ਕਿ ਉਸ ਉਸ ਪੂਰੇ ਦੌਰ ਚੋਂ ਬਾਹਰ ਨਹੀਂ ਆ پا ਰਿਹਾ ਅਕਾਲੀ ਦਲ ਕਿ ਕਿਤੇ ਨਾ ਕਿਤੇ ਜਿਹੜੇ ਤੁਹਾਡੇ ਸਮਰਥਕ ਵੋਟਰ ਰਹਿ ਉਸੇ ਗੱਲ ਤੋਂ ਬਹੁਤ ਜ਼ਿਆਦਾ ਆਹਾਤ ਹੋਈ ਹੋਈ ਨੇ ਕਿ ਤੁਹਾਡਾ ਤੁਹਾਡੇ ਵਾਲਾ ਵਾਪਸੀ ਦਾ ਰੁਕ ਕਰ ਹੀ ਨਹੀਂ ਰਹੇ ਹੋ ਨਹੀਂ ਦੇਖੋ ਗੱਲ ਇਹ ਹੈ ਕਿ ਜਦੋਂ ਲਗਾਤਾਰ ਇੱਕ ਗੱਲ ਨੂੰ ਲੈ ਕੇ ਵਾਰ-ਵਾਰ ਕੂਟ ਪ੍ਰਚਾਰ ਹੁੰਦਾ ਔਰ ਸਾਰੇ ਵਿਰੋਧੀ ਰਲ ਕੇ ਕਰਦੇ ਕੁਝ ਨਾ ਕੁਸਰਤ ਹੁੰਦਾ ਇਹ ਤਾਂ ਮੰਨੇ ਪੈਣਾ ਇਸ ਕਰਕੇ ਚਲੋ ਅਸੀਂ ਆਪਣਾ ਪੱਖ ਮਾਨਤਾ ਨਾਲ ਰੱਖਦੇ ਰਹੇ ਪਰ ਕਈ ਵਾਰੀ ਵਾਰ-ਵਾਰ ਝੂਠ ਬੋਲ ਕੇ ਵਾਰ-ਵਾਰ ਝੂਠ ਬੋਲ ਕੇ ਉਹ ਕਹਿੰਦੇ ਨਾ 100 ਵਾਰੀ ਤੁਸੀਂ ਜੇ ਇੱਕ ਝੂਠ ਬੋਲ ਦਿਓ ਤੇ ਉਹ ਸੱਚ ਨਿਕਲਣ ਲੱਗ ਪਈਦਾ ਹੂੰ ਇਹ ਸਥਿਤੀ ਸਾਰਿਆਂ ਨੇ ਰਲ ਕੇ ਕੀਤੀ ਆ ਪਰ ਫਿਰ ਵੀ ਜਿਹੜੀ ਗੁਰਨੰਦ ਸਾਹਿਬ ਦਾ ਕਥਨ ਹੈ ਨਾ ਕੋੜ ਨਖਟੇ ਨਾਲਗਾ ਉਹ ਇੱਕ ਸੱਚ ਰਿਹਾ ਤੁਸੀਂ ਸੱਚ ਨੂੰ ਕੁਝ ਦਿਨ ਵਾਸਤੇ ਕਿਸੇ ਤਰੀਕੇ ਜਿਹੜੀ ਹੈ ਤੁੰਦਲਾਪਨ ਕ੍ਰੀਏਟ ਕਰਕੇ ਪਿੱਛੇ ਕਰ ਸਕਦੇ ਹੋ ਪਰ ਸੱਚ ਛਿਪਦਾ ਨਹੀਂ ਹੁੰਦਾ ਇੱਕ ਦਿਨ ਸੱਚ ਸਾਹਮਣੇ ਆਉਂਦਾ ਹੈ। ਤੁਸੀਂ ਦੇਖੋ ਜਿਹੜੇ 3-4 ਇਸ਼ੂਜ਼ ਹੈਗੇ ਨੇ ਮੈਨੂੰ ਲੱਗਦਾ ਹੈ ਕਿ ਤੁਸੀਂ ਉਹਦੇ ਉੱਪਰ ਬੋਲਣਾ ਨਹੀਂ ਜਾ ਰਹੇ ਪਰ ਪੁਆਇੰਟ ਉੱਥੇ ਹੀ ਘੁੰਮ ਫਿਰ ਕੇ ਆਂਦਾ ਹੈ। ਹੁਣ ਡੇਰਾ ਮੁਖੀ ਨੂੰ ਦਿੱਤੀ ਗਈ ਮੁਆਫੀ ਨੂੰ ਲੈ ਕੇ ਅਕਾਲੀ ਦਲ ਦੇ ਉੱਤੇ ਬਹੁਤ ਕਿੰਤੂ ਬਰੰਤ ਹੋਇਆ ਹੈ। ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਅਕਾਲੀ ਦਲ ਦੇ ਵਿੱਚ ਜੱਥੇਦਾਰ ਸਿਸਟਮ ਹੈ। ਅਕਾਲੀ ਦਲ ਤੇ ਇਲਜ਼ਾਮ ਲੱਗਦਾ ਕਿ ਲਫਾਫਾ ਸਿਸਟਮ ਵੀ ਹੈ। ਕਿ ਜੱਥੇਦਾਰ ਸਾਹਿਬ ਲਫਾਫੇ ਚੋਂ ਨਿਕਲਦੇ ਨੇ, ਐਸਜੀਪੀਸੀ ਦਾ ਪ੍ਰਧਾਨ ਲਫਾਫੇ ਦੇ ਵਿੱਚੋਂ ਨਾਮ ਨਿਕਲਦਾ ਏ। ਸ਼ਬਦਾਂ ਲਫਾਫਾ ਵੀ ਸਿੱਧਾ ਕਹਿੰਦੇ ਬਾਦਲ ਪਰਿਵਾਰ ਦੇ ਘਰ ਤੋਂ ਆਉਂਦਾ ਮੈਂ ਇਸ ਕਰਕੇ ਕਹ ਰਿਹਾ ਕਿ ਜਿਹੜੀ ਮਾਫੀ ਦਾ ਜ਼ਿਕਰ ਹੋ ਰਿਹਾ ਕਿ ਜਿਹੜੀ ਮਾਫੀ ਦਿੱਤੀ ਗਈ ਕਿ ਹੁਣ ਜਾਂ ਤਾਂ ਜ਼ਥੇਦਾਰ ਸਾਹਿਬ ਨੇ ਮਾਫੀ ਦਿੱਤੀ ਉਹਨਾਂ ਨੂੰ ਕਸੂਰਵਾਰ ਦੱਸਿਆ ਜਾਵੇ ਜਾਂ ਫਿਰ ਤੁਹਾਡੇ ਵਾਲੇ ਪਾਸੇ ਉਂਗਲ ਉੱਠਦੀ ਹੈ ਚੰਦੂ ਮਾਜਰਾ ਸਾਹਿਬ ਬੈਠੇ ਸੀ ਕਹਿੰਦੇ ਉਹ ਤਾਂ ਕਹਿੰਦਾ ਢੀਮਾ ਸਾਹਿਬ ਦਾ ਬਹੁਤ ਵੱਡਾ ਰੋਲ ਹੈ ਹਾਂ ਕਹਿੰਦੇ ਤੁਸੀਂ ਨਿਹਾਲ ਸੀ ਜਥੇਦਾਰ ਘਰ ਬੁਲਾ ਕੇ ਮਾਫੀ ਦੇ ਦਿੱਤੀ ਪਿਛਲੇ 23 24 ਸਾਲ ਤੋਂ ਪਾਰਟੀ ਦਾ ਸੈਕਟਰੀ ਮੈਂ ਹੀ ਹਾਂ ਤੇ ਹਰ ਐਜਪੀਸੀ ਇਲੈਕਸ਼ਨ ਜਿਹੜੀ ਆ ਉਹ ਮੈਨੂੰ ਹੀ ਜਾ ਕੇ ਕਰਾਉਣੀ ਪੈਂ ਪਾਰਟੀ ਸਿੰਬਲ ਤੇ ਇਲੈਕਸ਼ਨ ਹੁੰਦੀ ਹੈ ਠੀਕ ਹੈ ਤੇ ਤੁਸੀਂ ਆਪਣਾ ਫੈਸਲਾ ਕਰਕੇ ਦੇਣਾ ਹੁੰਦਾ ਹੂੰ ਕਿਨੇ ਕਿਨੇ ਤੁਹਾਡੇ ਆਫਿਸ ਬਿਰਰ ਹੋਣਗੇ ਉਧਰ ਜਿਹੜੇ ਸਾਡੇ ਦੂਜੇ ਪਾਸੇ ਜਿਹੜੇ ਇਲੈਕਸ਼ਨਾਂ ਲੜੇ ਹੁੰਦੇ ਨੇ ਦੂਜਾ ਗਰੁੱਪ ਸਾਡਾ ਉਹਨਾਂ ਨੇ ਆਪਣਾ ਕੈਂਡੀਡੇਟ ਖੜਾ ਕਰਨਾ ਹੁੰਦਾ ਤੇ ਬਕਾਇਦਾ ਇੱਕ ਪ੍ਰਕਿਰਿਆ ਹੁੰਦੀ ਹੈ ਕਿ ਪਹਿਲਾਂ ਅਸੀਂ ਕੱਲੇ-ਕੱਲੇ ਮੈਂਬਰ ਦੀ ਰਾਏ ਲੈਂਦੇ ਆ ਫਿਰ ਮੀਟਿੰਗ ਕਰਦੇ ਆ ਫਿਰ ਉਸ ਤੋਂ ਬਾਅਦ ਉਹ ਅਧਿਕਾਰ ਦਿੰਦੇ ਆ ਪ੍ਰਧਾਨ ਨੂੰ ਫਿਰ ਮੈਂਬਰਾਂ ਨੂੰ ਬੁਲਾ ਕੇ ਰਾਏ ਲੈਂਦੇ ਆ ਫਿਰ ਅਸੀਂ ਕਿਹੜਾ ਸਾਡਾ ਬੈਟਰ ਕੈਂਡੀਡੇਟ ਹੁੰਦਾ ਉਹ ਪੋਟ ਅਪ ਕਰਦੇ ਉਹ ਅੰਦਰ ਇੱਕ ਇੱਕ ਨਾਮ ਦੀ ਅਨਾਉਂਸਮੈਂਟ ਹੁੰਦੀ ਹੈ ਉਹਦੇ ਤੇ VOTING ਹੁੰਦੀ ਹੈ ਤੇ ਫਿਰ ਵੀ ਹਰ ਵਾਰੀ ਅੰਮ੍ਰਿਤਸਰ ਦੀ ਪ੍ਰੈਸ ਮੀਨ ਨੂੰ ਇਹ ਕਹਿੰਦੀ ਹੈ ਜੀ ਵੀ ਲਿਫਾਫੇ ਚੋਂ ਕਿਹਦਾ ਨਾਮ ਨਿਕਲੇ ਹਮ ਪਰ ਅਸੀਂ ਵੀ ਹੱਸ ਕੇ ਕਹਿ ਦਿੰਦੇ ਹਾਂ ਫਿਰ ਹੁਣ ਕੀ ਕਰੀਏ ਹਮ ਜਦੋਂ ਪ੍ਰਕਿਰਿਆ ਸਾਰਿਆਂ ਦੇ ਸਾਹਮਣੇ ਹੁੰਦੀ ਹੈ ਮੈਂ ਤਾਂ ਕਦੀ ਅੰਦਰ ਤਾਂ ਨਹੀਂ ਗਿਆ ਇਲੈਕਸ਼ਨ ਚ ਤੁਸੀਂ ਦੇਖੋ ਹਰ ਵਾਰੀ ਮੈਂ ਉਥੇ ਹੁੰਦਾ ਹਾਂ ਕਿਉਂਕਿ ਮੈਨੂੰ ਪਾਰਟੀ ਦੀ ਡਿਊਟੀ ਬਤੌਰ ਸੈਕਟਰੀ ਕਰਨੀ ਪੈਂਦੀ ਤੇ ਪ੍ਰਧਾਨ ਸਾਹਿਬ ਵੀ ਇੱਕ ਦਿਨ ਪਹਿਲਾਂ ਉਥੇ ਹੁੰਦੇ ਆ ਕਿਉਂਕਿ ਉਹਨਾਂ ਨੇ ਸਾਰਿਆਂ ਦੀ ਜਿਹੜੇ ਸੀਨੀਅਰ ਲੀਡਰ ਪੰਚਾਰਾ ਸਾਰੇ ਉੱਥੇ ਹੁੰਦੇ ਆ ਰਾਏ ਮੈਂਬਰਾਂ ਦੀ ਕੱਲੇ ਕੱਲੇ ਦੀ ਲੈਣੀ ਹੁੰਦੀ ਕਦੀ ਜਿਹੜਾ ਅਸੀਂ ਪਾਰਟੀ ਦੇ ਕੈਂਡੀਡੇਟ ਫੀਲਡ ਕੀਤਾ ਹੋਵੇ ਉਹਨੂੰ ਕਿਸੇ ਸਾਡੇ ਮੈਂਬਰ ਨੇ ਅੰਦਰ ਵਿਰੋਧ ਕੀਤਾ ਹੋਵੇ ਵੋਟਾਂ ਤਾਂ ਗੁਪਤ ਪੈਂਦੀਆਂ ਤੁਹਾਡੇ ਸਾਹਮਣੇ ਹਰ ਵਾਰੀ ਪੈਂਦੀਆਂ ਜੇ ਅਸੀਂ ਮੈਂਬਰਾਂ ਦੀ ਭਾਵਨਾ ਦੇ ਮੁਤਾਬਕ ਕੈਂਡੀਡੇਟ ਨਾ ਦਿੰਦੇ ਹੋਈਏ ਤਾਂ ਮੈਂਬਰ ਦਾ ਹੱਕ ਹੈ ਗੁਪਤ ਵੋਟ ਖਿਲਾਫ ਵੀ ਪਾ ਸਕਦਾ ਆ ਪਿਛੇ ਰਾਜ ਦੇ ਸੰਬੰਧੀਆਂ ਵੋਟਾਂ ਬਾਚਲ ਚ ਪਈਆਂ ਹੀ ਨੇ ਨਾ ਖਲਾਫੀਆਂ ਤੇ ਸਾਡੇ ਨਹੀਂ ਕਦੀ ਹੋਇਆ ਅਸੀਂ ਜਿਹੜੇ ਹਰ ਵਾਰੀ ਟੀਮ ਜਿਹੜੀ ਇਸ ਕਰਕੇ ਕਿਉਂਕਿ ਜੋ ਮੈਂਬਰ ਚਾਹੁੰਦੇ ਹੁੰਦੇ ਆ ਮੈਂਬਰ ਦੀ ਭਾਵਨਾ ਹੁੰਦੀ ਹੈ ਉਹ ਪਾਰਟੀ ਨਹੀਂ ਜਿਹੜੀ ਆ ਕੋਈ ਮੈਂਬਰ ਤੇ ਇੱਕ ਦੂਜੇ ਨੂੰ ਨਹੀਂ ਦੱਸ ਸਕਦਾ ਮੈਂਬਰ ਅੰਦਰ ਕਿਵੇਂ ਪਛਾਣਨਗੇ ਕਿ ਕਿਹੜੇ ਜਿਹੜੇ ਤੁਸੀਂ 11 ਮੈਂਬਰ ਐਗਜ਼ੈਕਟਿਵ ਦੇ ਚੁਣਨੇ ਆ ਉਹ ਕਿਹੜਾ ਹੋਏਗਾ ਕਿਹੜਾ ਕਿੰਨੂੰ ਵੋਟ ਪਾਏਗਾ ਇਹਦੀ ਪਲੈਨਿੰਗ ਇਲੈਕਸ਼ਨ ਦੀ ਤਾਂ ਪਾਰਟੀ ਕਰਦੀ ਤੇ ਜੇ ਇੰਨੀ ਵੱਡੀ ਪ੍ਰਕਿਰਿਆ ਚੋਂ ਲੰਘ ਕੇ ਫਿਰ ਵੀ ਕੋਈ ਕਹੀ ਜਾਵੇ ਕਿ ਲਫਾਫੇ ਚੋਂ ਆ ਤਾਂ ਫਿਰ ਅਸੀਂ ਹੱਥ ਕਿਉਂ ਨੂੰ ਕਹਿ ਦਿੰਨੇ ਚਲੋ ਭਾਈ ਤੁਹਾਡਾ ਜੋ ਹੁਕਮ ਹੈ ਠੀਕ ਹੈ ਤੇ ਜਿਹੜੀ 60 ਲੱਖ ਲੋਕਾਂ ਦੀ ਚੁਣੀ ਹੋਈ ਸੰਸਦ ਆ ਉਹ ਕੋਈ ਨਿਯੁਕਤੀ ਕਰਦੀ ਆ ਯੂਰ ਸਾਰੇ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਮੰਨਤਾ ਦਿੰਦੀਆਂ ਅਸੀਂ ਕਹਿੰਦੇ ਆ ਕਿ ਇਹ ਨਿਯੁਕਤੀ ਬਾਦਲ ਕਰਦੇ ਆ ਤੇ ਫਿਰ ਹੁਣ ਅਸੀਂ ਉਹਨੂੰ ਨਹੀਂ ਪਰ ਠੀਕ ਹੈ ਜੀ ਮਮਾ ਸਾਹਿਬ ਤੁਹਾਡੀ ਤੁਹਾਡਾ ਤੁਹਾਡਾ ਮੱਥੇ ਸਹਿਕਾਰ ਹੀ ਕਰਦਾ ਤੁਹਾਡਾ ਤਰਕੇ ਜਾਂ ਸਮਝਾਉਣ ਦਾ ਤਰੀਕਾ ਠੀਕ ਹੈ ਪਰ ਇਹ ਚਰਚਾ ਹੈ ਤੁਸੀਂ ਹੁਣ ਸ਼ਾਇਦ ਇਸ ਤੇਜ ਦੇ ਉੱਤੇ ਨਾ ਮੰਨੋ ਪਰ ਚਰਚਾ ਬਹੁਤ ਹੁੰਦੀ ਹੈ ਕਿ ਲਿਫਾਫੇ ਦੇ ਵਿੱਚੋਂ ਜ਼ਿਕਰ ਹੁੰਦਾ ਤੇ ਮੈਂ ਦੋਵੇਂ ਇਸ਼ੂਜ਼ ਦਾ ਵੀ ਜ਼ਿਕਰ ਕਰ ਰਹਾ ਕਿ ਬੇਅਦਬੀ ਔਰ ਡੇਰਾ ਮੁਖੀ ਨੂੰ ਦਿੱਤੀ ਗਈ ਮਾਫੀ ਲੋਕ ਚਾਹੁੰਦੇ ਨੇ ਕਿ ਤੁਸੀਂ ਖੁੱਲ ਕੇ ਗੱਲ ਕਰੋ ਇਸ ਬਾਰੇ ਨਾ ਫਾਫੇ ਚ ਨਹੀਂ ਹੁੰਦਾ ਜਿਹੜਾ ਸੈਕਟਰੀ ਲੈ ਕੇ ਗਿਆ ਹੁੰਦਾ ਉਹਨੂੰ ਫਿਕਰ ਹੁੰਦਾ ਕਿ ਜੇ ਮੌਜੂਦਾ ਪ੍ਰਧਾਨ ਬਦਲਣਾ ਹੋਇਆ ਤੇ ਮੇਰੇ ਕੋ ਕੱਪੜੇ ਦਾ ਪਾੜ ਦਿਓ ਆਪ ਲਗਾ ਕੇ ਰੱਖਦਾ ਵੀ ਅਖੀਰ ਤੱਕ ਵੀ ਉਹਦੇ ਦੱਸਾਂ ਵੀ ਜਿਹੜੀ ਹੈਗੀ ਹੈ ਟੀਮ ਜਿਹੜੀ ਹੱਲ ਲੱਭਾਉਣੀ ਹੈ ਜਿਸ ਤਰ੍ਹਾਂ ਨਹੀਂ ਇਹ ਇਹ ਨਹੀਂ ਹੁੰਦਾ ਕਦੀ ਵੀ ਮੈਂ ਕਹਿੰਦਾ ਕਿ 100% ਮੈਨੂੰ ਕਲੀਅਰ ਹੈ ਕਿ ਇਹ ਪਾਰਟੀ ਦੀ ਇਲੈਕਸ਼ਨ ਹੁੰਦੀ ਹੈ ਜਿਹੜੀ ਹੈ ਮੈਂਬਰਾਂ ਦਾ ਫੈਸਲਾ ਹੁੰਦਾ ਸਿਰਫ ਕਨਵੇ ਜਿਹੜਾ ਕਰਨ ਵਾਸਤੇ ਪਾਰਟੀ ਦੀ ਡਿਊਟੀ ਬਣਦੀ ਹੁੰਦੀ ਹੈ ਜਿਵੇਂ ਹੁਣ ਕਿਸੇ ਵੀ ਐਮਐਲਏ ਦੀ ਇਲੈਕਸ਼ਨ ਹੋ ਜਾਂਦੀ ਹੈ ਤੇ ਜਿਹੜੀ ਲੈਜਿਸਲੇਟਰ ਪਾਰਟੀ ਦੀ ਮੀਟਿੰਗ ਹੁੰਦੀ ਹੈ ਉਹਨਾਂ ਦੇ ਦੋ ਤਿੰਨ ਸੀਨੀਅਰ ਬੰਦੇ ਵਿੱਚ ਆ ਕੇ ਬੈਠ ਕੇ ਲੀਡਰ ਦੀ ਚੋਣ ਕਰਦੇ ਉਸੇਮ ਉੱਥੇ ਵੀ ਹੁੰਦਾ ਨਹੀਂ ਪਰ ਜਿਹੜੀ ਗੱਲ ਗੌਰਵ ਕਰ ਰਹੇ ਨੇ ਮੈਂ ਉਸੇ ਪੁਆਇੰਟ ਤੇ ਹੀ ਖੜਾ ਹਾਂ ਕਿ ਬਹੁਤ ਸਾਰੇ ਲੋਕਾਂ ਦੀਆਂ ਇਹ ਭਾਵਨਾਵਾਂ ਜਾਂ ਜੇ ਅਕਾਲੀ ਦਲ ਪ੍ਰਤੀ ਗੁੱਸਾ ਵੀ ਰਿਹਾ ਤਾਂ ਉਹ ਇਸ ਚੀਜ਼ ਨੂੰ ਲੈ ਕੇ ਰਿਹਾ ਕਿ ਡੇਰੇ ਨੂੰ ਮਾਫੀ ਕਿਉਂ ਹੋਈ ਮਤਲਬ ਉਹਦੇ ਤੇ ਖੁੱਲ ਕੇ ਕਦੇ ਨਹੀਂ ਬੋਲਿਆ ਗਿਆ ਅੱਜ ਤੱਕ ਕਿ ਅਕਾਲੀ ਦਲ ਨੂੰ ਇਸ ਵੇਲੇ ਲੱਗਦਾ ਨਹੀਂ ਕਿ ਜੇ ਹੁਣ ਅੱਜ ਦੀ ਡੇਟ 'ਚ ਇੱਥੋਂ ਤੱਕ ਗੱਲ ਪਹੁੰਚੀ ਤਾਂ ਉਹਨੂੰ ਖੁੱਲ ਕੇ ਦੱਸਣੀ ਚਾਹੀਦੀ ਹੈ ਗੱਲ ਇੱਕ ਤਾਂ ਗੱਲ ਹੀ ਹੈ ਨਾ ਕਿ ਕਈ ਗੱਲਾਂ ਜਦੋਂ ਤੁਸੀਂ ਜ਼ਿੰਮੇਵਾਰ ਤੇ ਰਹਿੰਦੇ ਹੋ ਨਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ 'ਚ ਵੀ ਤੁਸੀਂ ਹੂੰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਜਿਹੜੀ ਹੈਗੀ ਆ ਉਹ ਵੀ ਜਿਹੜੀ ਆ ਸਾਡੇ ਕੋਲੇ ਹੂੰ ਜਦੋਂ ਤੁਸੀਂ ਜ਼ਿੰਮੇਵਾਰ ਪੋਜੀਸ਼ਨਾਂ 'ਚ ਹੁੰਦੇ ਹੋ ਤੁਹਾਨੂੰ ਬੜਾ ਸੋਚ ਕੇ ਬੋਲਣਾ ਪੈਂਦਾ ਹੂੰ ਜਦੋਂ ਮਾਫੀ ਦੇ ਕੁਐਸਚਨ ਲੋਕੀ ਖੜੇ ਕਰਦੇ ਹੋ ਨਾ ਤੇ ਉਹ ਸਹੀ ਮੈਨੇਜ 'ਚ ਮੇਰੇ ਨਾਮ ਲੈਦਨ ਪ੍ਰਧਾਨ ਜੀ ਦਾ ਲੈਦਨ ਕਿਸੇ ਹੋਰ ਲੀਡਰ ਦਾ ਲੈਦਨ ਹੂੰ ਸਹੀ ਮੈਨੇਜ 'ਚ ਤਾਂ ਉਹ ਗਾਲਤਕ ਸਾਹਿਬ ਦੀ ਜਿਹੜੀ ਸਰਵਉੱਚਤਾ ਉਹਨੂੰ ਚੈਲੰਜ ਕਰਦੇ ਹੂੰ ਫੈਸਲੇ ਤਖਤੇ ਹੁੰਦੇ ਜਿਹੜੇ ਤਖਤਾਂ ਦੇ ਫੈਸਲੇ ਆ ਉਹ ਤਖਤਾਂ ਦੇ ਜਥੇਦਾਰ ਪੰਜ ਬੈਠ ਕੇ ਕਰਦੇ ਆ ਨੀ ਪਰ ਇਹ ਕੀ ਗਿਆ ਕਿ ਇਸ ਕਰਕੇ ਹੁਣ ਸੁਪਰੀਮ ਕੋਰਟਾਂ ਦੇ ਫੈਸਲੇ ਹੁੰਦੇ ਆ ਤੇ ਕਦੀ ਅਜੇ ਤੱਕ ਕੋਈ ਬੋਲਿਆ ਫੈਸਲੇ ਤੁਸੀਂ ਜਿਹੜੇ ਦਸਕਤ ਜਿਨ੍ਹਾਂ ਦੇ ਹੁੰਦੇ ਆ ਪੰਜ ਉਹਨਾਂ ਦੇ ਫੈਸਲੇ ਹੁੰਦੇ ਤਿੱਤੇ ਬੈਠ ਕੇ ਫੈਸਲੇ ਹੁੰਦੇ ਪਰ ਇਲਜ਼ਾਮ ਤੇ ਲੱਗੇ ਨਾ ਜੀ ਮਸਾਹਬ ਕੇ ਬੈਕਐਂਡ ਮੈਂ ਕਹਿ ਰਿਹਾ ਨਾ ਪੀ ਇਲਜ਼ਾਮ ਉਸ ਨੂੰ ਲੈ ਕੇ ਤੇ ਸਪਸ਼ਟੀਕਰਨ ਇਲਜ਼ਾਮ ਲਾਉਣ ਵਾਲੇ ਨੂੰ ਕਈ ਵਾਰੀ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਪੀ ਇਹ ਸਾਡੇ ਤੇ ਤਾਂ ਹੋਰ ਲਾ ਲੋ ਇਲਜ਼ਾਮ ਕਿਸੇ ਨੂੰ ਕਹਿਣਾ ਹੈ ਚੋਰ ਕਹਿ ਦਿਓ ਡਾਕੂ ਕਹਿ ਦਿਓ ਭ੍ਰਿਸ਼ਟਾਚਾਰੀ ਕਹਿ ਦਿਓ ਕੁਝ ਕਹਿ ਦਿਓ ਹੋਰ ਲਾ ਦਿਓ ਪਰ ਇਲਜ਼ਾਮ ਤਾਂ ਤੁਸੀਂ ਸਾਡੇ ਤੇ ਲਾਉਂਦੇ ਹੋ ਤੇ ਉਹ ਨੁਕਸਾਨ ਸਸਤਾ ਦਾ ਜਿਹੜੀ ਸਰਵੋੱਚ ਸੰਸਥਾ ਹੈ ਕਿਉਂਕਿ ਫੈਸਲਾ ਤੇ ਉਹਦਾ ਹੁੰਦਾ ਨਹੀਂ ਪਰ ਚਿਮਾ ਸਾਹਿਬ ਤੁਹਾਡੀ ਗੱਲ ਤੋਂ ਤੁਸੀਂ ਇਨਡਾਇਰੈਕਟਲੀ ਉਹਨਾਂ ਦੇ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਕਰਦੇ ਹੋ ਜਿਹੜੀ ਕਿ ਸਾਡੀ ਸਿੱਖਾਂ ਦੀ ਰਵਾਇਤ ਨਹੀਂ ਸੀ ਉਹ ਆਮ ਸੀ ਕਿ ਕਦੀ ਵੀ ਅਕਾਲ ਪੁਰਖ ਸਾਹਿਬ ਦੇ ਫੈਸਲੇ ਦੇ ਉੱਤੇ ਜਿਹੜਾ ਸਰਦਾ ਬਣ ਸਿੱਖਾ ਉਹ ਕਦੀ ਕਿੰਤੂ ਪਰੰਤੂ ਨਹੀਂ ਕਰਦਾ ਚਲੋ ਮੈਂ ਮੈਂ ਇਸੇ ਚੀਜ਼ ਇਹ ਕੁਝ ਲਿਟਰ ਨੂੰ ਆਤਾ ਪਹਿਗੀਆਂ ਇਸੇ ਚੀਜ਼ ਨੂੰ ਚਿਮਾ ਸਾਹਿਬ ਅੱਗੇ ਵਧਾ ਲੈਣੇ ਆ ਮਤਲਬ ਤੁਸੀਂ ਕਹਿ ਨਹੀਂ ਰਹੇ ਡਾਇਰੈਕਟਲੀ ਮੈਂ ਕਹਿ ਦਿੰਦਾ ਕਿ ਮਾਫੀ ਅਕਾਲ ਤਖਤ ਸਾਹਿਬ ਤੋਂ ਦਿੱਤੀ ਗਈ ਔਰ ਪੰਜ ਜਥੇਦਾਰ ਸਹਿਬਾਨਾਂ ਨੇ ਦਿੱਤੀ ਉਹਨਾਂ ਦੇ ਦਸਕਤ ਸੀ ਉਹਨਾਂ ਨੇ ਬਾਅਦ ਚ ਥੋੜੇ ਦਿਨਾਂ ਬਾਅਦ ਵਾਪਸ ਲਈ ਇਸੇ ਕਰਕੇ ਸਵਾਲ ਖੜੇ ਹੋਏ ਇਸੇ ਕਰਕੇ ਕੰਟਰੋਵਰਸੀ ਸ਼ੁਰੂ ਹੋਈ ਔਰ ਕਿਤਨਾ ਕਿਤੇ ਸਵਾਲ ਉੱਠੇ ਇਸੇ ਕਰਕੇ ਉਹਨਾਂ ਨੇ ਵਾਪਸ ਲਈ ਮੰਨਦੇ ਹੋ ਦੁਨਿਆਵੀ ਅਦਾਲਤਾਂ ਆਪਣੇ ਫੈਸਲੇ ਰਿਵਿਊ ਨਹੀਂ ਕਰਦੀਆਂ ਹਮ ਕਿੰਨੇ ਫੈਸਲੇ ਰਿਵਿਊ ਹੁੰਦੇ ਜੇ ਉਹਨਾਂ ਨੂੰ ਲੱਗਿਆ ਭਈ ਫੈਸਲਾ ਸੰਗਤ ਦੀਆਂ ਭਾਵਨਾਵਾਂ ਦੇ ਮੁਤਾਬਿਕ ਨਹੀਂ ਠੀਕ ਹੈ ਉਹਨਾਂ ਨੇ ਆਪਣਾ ਫੈਸਲਾ ਰਿਵਿਊ ਕਰ ਲਿਆ ਹੂੰ ਤੇ ਆਪਾਂ ਉੱਚ ਵੀ ਦੋਚੇ ਠਾਈ ਜੰਨੇ ਇਹ ਨਾਰਮਲ ਪ੍ਰੋਸੀਜਰ ਹੈ ਕਿ ਕੋਰਟ ਚ ਪਹਿਲਾਂ ਫੈਸਲਾ ਹੁੰਦਾ ਜੇ ਉਹ ਆਪਣੇ ਮੁਤਾਬਕ ਨਹੀਂ ਹੁੰਦਾ ਤੇ ਆਪਾਂ ਐਪਲੀਕੇਸ਼ਨ ਲਾ ਦਨੇ ਆ ਰਿਵਿਊ ਵਾਸਤੇ ਕਿ ਇਹਨੂੰ ਰਿਵਿਊ ਕੀਤਾ ਜਾਵੇ ਹੂੰ ਕਈ ਵਾਰੀ ਕੋਈ ਐਡੀਸ਼ਨਲ ਪੁਆਇੰਟ ਆਪਾਂ ਦਿੰਨੇ ਆ ਤੇ ਕੋਰਟ ਆ ਰਿਵਿਊ ਕਰ ਦਿੰਦੀ ਹੈ ਫਿਰ ਠੀਕ ਹੈ ਐਕਸੈਪਟ ਕਰ ਲੈਂਦੀ ਬਹੁਤ ਫੈਸਲੇ ਹਜ਼ਾਰਾਂ ਫੈਸਲੇ ਜਿਹੜੇ ਕੋਰਟ ਆਪ ਰਿਵਿਊ ਕਰਦੀ ਹੈ ਹੂੰ ਅਜ ਤੱਕ ਜੀ ਕਿਸੇ ਨੇ ਕਿਹਾ ਪੀਪੀ ਨਹੀਂ ਹੁੰਦਾ ਜਿਹੜੀ ਸੰਸਤਾ ਫੈਸਲੇ ਕਰ ਰਹੀ ਹੈ ਉਹਨੂੰ ਲੱਗਿਆ ਕਿ ਮੇਰੇ ਫੈਸਲੇ ਦੇ ਵਿੱਚ ਕੋਈ ਕਮੀ ਆ। ਉਹਨਾਂ ਨੇ ਦੁਬਾਰਾ ਬੈਠ ਕੇ ਤੇ ਉਹਨਾਂ ਨੇ ਇਮਾਨਦਾਰੀ ਨਾਲ ਫੈਸਲਾ ਆਪਣਾ ਰਿਵਿਊ ਕਰ ਲਿਆ। ਤੇ ਇਹਨੂੰ ਆਪਾਂ ਚੰਗਾ ਕਵਾਂਗੇ ਕਿ ਮਾੜਾ ਕਵਾਂ? ਨਹੀਂ ਠੀਕ ਹੈ ਪਰ ਤੁਹਾਡੇ ਉੱਪਰ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਜੱਥੇਦਾਰ ਸਹਬਾਨਾਂ ਨੂੰ ਘਰ ਬੁਲਾ ਕੇ ਉਹ ਮਾਫੀ ਦਵਾਈ ਗਈ। ਇਨਫੈਕਟ ਇਹ ਵੀ ਕਿਹਾ ਜਾਂਦਾ ਤੁਸੀਂ ਦੁਨਿਆਵੀ ਅਦਾਲਤਾਂ ਦਾ ਜ਼ਿਕਰ ਕਰਦੇ ਹੋ ਕਿ ਆਪਾਂ ਕੋਈ ਐਪਲੀਕੇਸ਼ਨ ਲਗਾ ਦੰਨੇ ਆ ਕੋਈ ਪੀਆਈਐਲ ਲਗਾ ਦੰਨੇ ਆ। ਕਹਿੰਦੇ ਡੇਰਾ ਮੁਖੀ ਨੇ ਤਾਂ ਮਾਫੀ ਮੰਗੀ ਹੀ ਨਹੀਂ। ਕਹਿੰਦੇ ਕੋਈ ਹਿੰਦੀ ਦੇ ਵਿੱਚ ਸੀਗਾ ਉਹਨੂੰ ਫਟਾਫਟ ਪੰਜਾਬੀ 'ਚ ਟਰਾਂਸਲੇਟ ਕਰਿਆ ਦਸਤਖਤ ਵੀ ਆਪ ਹੀ ਕਰ ਦਿੱਤੇ ਗਏ ਇਸ ਤਰੀਕੇ ਦੇ ਵੀ ਇਲਜ਼ਾਮ ਲਗਾਉਂਦੇ ਨੇ ਕਿ ਜੱ태ਦਾਰ ਸਾਹਿਬ ਨੂੰ ਘਰ ਬੁਲਾਇਆ ਗਿਆ ਪੰਨ ਸਿੰਘ ਸਹਿਬਾਨਾ ਨੂੰ ਤੋਂ ਫਿਰ ਮਾਫੀ ਦਿਵਾ ਦਿੱਤੀ ਆ ਜਿਹੜੀ ਮੈਂ ਹੁਣ ਤੁਹਾਨੂੰ ਫੋਟੋ ਦਿਖਾਈ ਹੈ ਹਮ ਬਦਲ ਸਾਹਿਬ ਉਦੋਂ ਮੁੱਖ ਮੰਤਰੀ ਸੀਗੇ ਤੇ ਕਿਸੇ ਦੇ ਰਾਹੀਂ ਵੀ ਚਿੱਠੀ ਭੇਜ ਸਕਦੇ ਜਾਂ ਮੈਨੂੰ ਹੀ ਭੇਜ ਦੇਂਦੇ ਮੈਂ ਤੌਰ ਤੇ ਮਿਨਿਸਟਰ ਫਿਰ ਤੁਸੀਂ ਸਿੰਘ ਸਾਹਿਬ ਨੂੰ ਜਾ ਕੇ ਮੇਰੇ ਵੱਲੋਂ ਦੇਵਣਾ ਦੇ ਸਕਦੇ ਸੀ ਪਰ ਉਹਨਾਂ ਨੂੰ ਪਤਾ ਕਿ ਜੱ태ਦਾਰ ਕਾਲ ਤਖਤ ਦਾ ਰੁਤਬਾ ਕੀ ਹੈ ਤੇ ਮੇਰਾ ਆਪ ਜਾਣਾ ਪੰਦ ਕੋਈ ਕੰਮ ਨਹੀਂ ਸੀ ਉਸ ਦਿਨ ਦੀ ਉਹਨਾਂ ਦੀ ਤੁਹਾਡੇ ਵੀਡੀਓ ਕਲਿੱਪਿੰਗ ਵੀ ਕੱਲ ਦੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ ਕਿ ਪ੍ਰੈਸਰਾਂ ਨੇ ਜੋਰ ਲਾ ਲਿਆ ਸੀ ਉਹਨਾਂ ਨੇ ਕਿਹਾ ਵੀ ਨਾ ਅੱਜ ਕੋਈ ਮੈਂ ਸਿਰਫ ਇੱਕੋ ਕੰਮ ਵਾਸਤੇ ਆਇਆ ਤੇ ਮੈਂ ਮੱਥਾ ਟੇਕ ਲਿਆ ਸਿੰਘ ਸਾਹਿਬ ਕੋਲ ਜਾਇਆ ਹੋਰ ਮੈਂ ਕੋਈ ਗੱਲ ਨਹੀਂ ਅੱਜ ਕਹੀ ਤੇ ਜੇ ਉਹਨਾਂ ਨੂੰ ਇਹਦਾ ادب ਸਤਿਕਾਰ ਜਥੇਦਾਰ ਦੀ ਪੋਸਟ ਦਾ ਨਾ ਹੁੰਦਾ ਤੇ ਮੈਨੂੰ ਕਹਿੰਦੇ ਵੀ ਬਤੌਰ ਮਿਨਿਸਟਰ ਜਾਂ ਚਾਰ ਮਿਨਿਸਟਰਾਂ ਨੂੰ ਕਹਿੰਦੇ ਬੇਸ਼ੱਕ ਵੀ ਤੁਸੀਂ ਜਾ ਕੇ ਮੇਰੀ ਚਿੱਠੀ ਦੇ ਦਿਓ ਪਰ ਆਪ ਗਏ ਉਧਰ ਵੀ ਮੁੱਖ ਮੰਤਰੀ ਸੀ ਬਾਲ ਤੋਂ ਤੇ ਘਰੇ ਹਮੇਸ਼ਾ ਰਵਾਇਤਾ ਉਹਦੇ ਤੋਂ ਜ਼ਿੰਦਗੀ ਚ ਬਹੁਤ ਕੁਝ ਸਿੱਖਣ ਵਾਲਾ ਜੇ ਕੋਈ ਚਾਹੇ ਤਾਂ ਕਿ ਹਮੇਸ਼ਾ ਹੀ ਰਵਾਇਤਾ ਬਹੁਤ ਜਿਹੜੇ ਆ ਉਹ ਤਾਂ ਆਮ ਜਿਹੜਾ ਕੋਈ ਜਿਹੜਾ ਬੰਦਾ ਵੀ ਕੋਈ ਧਾਰਮਿਕ ਸਖਸੀਅਤ ਆ ਜਾਂਦੀ ਤੇ ਉਹਨੂੰ ਵੀ ਗੇਟ ਤੋਂ ਬਾਹਰ ਤੱਕ ਲੈਨ ਚਲੇ ਜਾਂਦੇ ਸੀ ਤੇ ਬਾਹਰ ਤੱਕ ਚੱਡਣ ਚਲੇ ਜਾਂਦੇ ਜਿਹਹੇਦਰ ਬਹੁਤ ਵੱਡੇ ਰਤਬੇ ਹੁੰਦੇ ਆ ਔਰ ਉਸ ਗੱਲ ਨੂੰ ساری ਉਮਰ ਮਾਨ ਸਨਮਾਨ ਨੂੰ ਦਿੰਦੇ ਰਹੇ ਹੁਣ ਜਿਹੜੀ ਕੈਨ ਵਾਲੀ ਗੱਲ ਹੁੰਦੀ ਉਹ ਤੇ ਕੁਝ ਵੀ ਕਹਿ ਦੋ ਉਹਦੇ ਚ ਤੁਸੀਂ ਸਮਝਦੇ ਹੋ ਵੀ ਇੰਨਾ ਸਾਰੇ ਪੁਆਇੰਟਸ ਨੇ ਜਿਹੜੇ ਗੌਰਵ ਇੱਕ ਇੱਕ ਕਰਕੇ ਡਿਸਕਸ ਕਰ ਰਿਹਾ ਹੈ ਇਹਨਾਂ ਸਾਰੇ ਪੁਆਇੰਟਸ ਨੇ ਅਕਾਲੀ ਦਲ ਨੂੰ ਬਹੁਤ نیچے ਉਹਦਾ ਗ੍ਰਾਫ ਦੇਖਣਾ ਨਹੀਂ ਕੋਲ ਪ੍ਰਚਾਰ ਦਾ ਕਿਤੇ ਨਾ ਕਿਤੇ ਜਿਹੜਾ ਅਸਰ ਤਾਂ ਹੁੰਦਾ ਹੀ ਹੈ ਇਹ ਨਹੀਂ ਕਹਿੰਦਾ ਕਿ ਨਹੀਂ ਹੁੰਦਾ ਤੇ ਜਿਹੜਾ ਕੋਲ ਪ੍ਰਚਾਰ ਜਦੋਂ ਲਗਾਤਾਰ ਇੱਕ ਗਲਤ ਤੇ ਚੱਲਦਾ ਸਾਡੇ ਲੋਕ ਭਾਵਕ ਵੀ ਹੁੰਦੇ ਆ ਧਾਰਮਿਕ ਭਾਵਨਾ ਉਹਨਾਂ ਨਾਲ ਜੁੜੇ ਆ ਗੁਰੂ ਗ੍ਰੰਥ ਸਾਹਿਬ ਦੇ ਬੇਦਵੀ ਲੋਕਾਂ ਦੇ ਇੱਕ ਬਹੁਤ ਅੱਲਾ ਜਖਮ ਹੈ ਕਿ ਕਿਉਂਕਿ ਲਗਾਤਾਰ ਹੀ ਇੱਕ ਸਾਜਿਸ਼ ਤਹਿਤ ਇਹ ਹੁੰਦੀਆਂ ਰਹੀਆਂ ਇਸ ਕਰਕੇ ਜਦੋਂ ਲਗਾਤਾਰ ਕੁਝ ਬੰਦਿਆਂ ਨੇ ਇਹਨੂੰ ਆਪਣੀ ਰਾਜਨੀਤੀ ਦਾ ਹਿੱਸਾ ਬਣਾ ਲਿਆ ਜਿਹੜੀ ਨਵੀਂ ਪਾਰਟੀ ਆਈ ਸੀ ਨਾ ਨਮੀ ਕਾਂਗਰਸ ਸਾਡੇ ਦੀ ਹੁਣ ਸਵਾਲ ਤੇ ਉਹਨਾਂ ਨੂੰ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਇੱਡੀ ਇੱਡੀ ਵੱਡੀਆਂ ਗੁੱਟਕਾਂ ਸਾਭ ਦੀਆਂ ਕਸਮਾਂ ਖਾਧੀਆਂ ਸੀ 5 ਸਾਲ ਰਾਜ ਕਰਕੇ ਤੇ ਫਿਰ ਜੇ ਸਾਡੇ 'ਚ ਕੋਈ ਗਲਤ ਸੀ ਤੇ ਕਿਸੇ ਨੂੰ ਪੜਿਆ ਨਹੀਂ ਆ ਜਿਹੜੇ ਹੁਣ ਆਲੇ ਬੈਠੇ ਆ ਇਹਨਾਂ ਨੇ 2.5 ਸਾਲ ਕੀ ਕੁਝ ਕਰ ਲਿਆ ਤੇ ਇਹਨਾਂ ਨੇ ਕਿਸੇ ਇੱਕ ਵੀ ਦੱਸੋ ਵੀ ਸਾਡੇ ਕਿਸੇ ਵਰਕਰ ਨੂੰ ਕਿਸੇ ਗੱਲ ਦਾ ਦੋਸ਼ੀ ਪੜਿਆ ਹੋਵੇ ਜੇ ਐਨੇ ਵੱਧਿਆ ਕੋੜੇ ਸਬੂਤ ਸੀ ਵੀ ਐਦਾਂ ਹੋਇਆ ਜੀ ਇਦਾਂ ਹੋਇਆ ਜੀ ਤੇ ਹੁਣ ਤੱਕ ਫਿਰ ਅਕਾਲੀ ਦਲ ਦੇ ਲੀਡਰ ਤਾਂ ਸਾਰੇ ਉੱਥੇ ਖੜੇ ਆ ਤੇ ਸਾਰੀਆਂ ਸਰਕਾਰਾਂ ਦਾ ਟੱਲ ਲੱਗਿਆ ਤੇ ਲੱਭੇ ਜੋ ਕੱਖ ਨਹੀਂ ਕੋਟ ਪਛਾਤ ਤੋਂ ਲੱਭ ਤੇ ਦੂਜੇ ਤਾਂ ਛੱਡੋ ਜਿਹੜੇ ਨਾਲ ਬੈਠੇ ਸੀ ਵਿਚਾਰੇ ਪਛਤਾਵਾ ਕਰਦੇ ਰਹੇ ਸਾਡੇ ਉਹਨਾਂ ਨੇ ਵੀ ਹੁਣ ਲੱਗਿਆ ਵੀ ਹੁਣ ਹੋਰ ਤਾਂ ਕੋਈ ਕਾਰੋਬਾਰ ਨਹੀਂ ਚੱਲਦਾ ਤੇ ਆਪਾਂ ਵੀ ਇਸੇ ਲਾਈਨ ਤੇ ਚੱਲ ਪਾ ਇਹ ਬਾੜਰ ਜਾਣ ਮੈਂ ਸਮਝਦਾ ਕਿ ਰਾਜਨੀਤੀ ਦੇ ਵਿੱਚ ਇਸ ਤਰੀਕੇ ਰਾਜਨੀਤੀ ਨੂੰ ਯੂਜ਼ ਕਰਨਾ ਤੁਹਾਨੂੰ ਲੱਗਦਾ ਕਿ ਤੁਹਾਡੇ ਧਰਮ ਦੇ ਉੱਤੇ ਇਸ ਤਰ੍ਹਾਂ ਦੀ ਰਾਜਨੀਤੀ ਕਰਨੀ ਇਹ ਨਾ ਸੂਬੇ ਦੇ ਹਿੱਤ ਦੇ ਵਿੱਚ ਹੈ ਨਾ ਦੇਸ਼ ਦੇ ਵਿੱਚ ਹੈ ਨਾ ਲੋਕਾਂ ਦੀ ਕਿੰਨਾ ਚੱਤੋਂ ਲੱਗਦਾ ਕਿ ਤੁਹਾਡੇ ਬਾਗੀ ਆਗੂਆਂ ਦੀ ਬਜਟ ਦੇ ਨਾਲ ਅਕਾਲੀ ਦਲ ਦੋ ਫਾੜ ਹੋਣ ਵਰਗੀ ਸਥਿਤੀ ਤੇ ਖੜਾ ਹੈ ਨਹੀਂ ਦੋ ਫਾੜ ਕਿੱਥੇ ਹਮ ਮੈਂ ਕਹਿੰਦਾ ਤੁਸੀਂ ਗਿਣੋ ਆਪਾਂ ਹੁਣੇ ਗੱਲ ਲੈਂਦੇ ਆ ਠੀਕ ਹੈ ਚੰਦੂ ਮਾਜਰਾ ਜੀ ਕਿੰਨੇ ਸਿਕੰਦਰ ਸਿੰਘ ਮਲੂਕਾ ਸਰਜੀਤ ਸਿੰਘ ਰਖੜਾ ਬੀਬੀ ਜਗੀਰਕੌਰ ਹੋਰ ਕਿਹੜੇ ਨਾਮ ਗੁਰਪਰਤਾ ਸਿੰਘ ਗਿਣੋ ਹੋਰ ਗੱਲ ਲੋ ਇਹ ਤਾਂ ਵੱਡੇ ਵੱਡੇ ਨਾਮ ਕਿ ਨਵਾ ਦਿੱਤੇ ਤੇ ਹੁਣ ਮੈਂ 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 ਕਹਿਣਾ ਬਈ ਇੰਨੇ ਲੱਖ ਮੈਂਬਰਸ਼ਿਪ ਹੈ ਪਾਰਟੀ ਦੀ ਤੇ ਉਹ ਚੋਂ 6-7 ਘਟਾ ਲਓ ਨਹੀਂ ਉਹ ਵੀ ਐਵੇਂ ਕਹਿੰਦੇ ਨੇ ਸਾਡੇ ਕੋਲ ਇੰਨੇ ਹਲਕਿਆਂ ਦੇ ਇੰਚਾਰਜ ਸਾਡੇ ਨਾਲ ਪਰਿਵਾਰਾਂ ਦੇ ਨਾਮ ਦਿੱਤੇ ਜਿਹੜੇ ਤਖਸਾਲੀ ਪਰਿਵਾਰ ਮੇਰੇ ਸਾਰੇ ਜਿਹੜੇ ਯਾਰ ਨੇੜਲੇ ਸਾਥੀ ਰਹੇ ਯਾਰ ਨਮਾਸਮਾਸੀ ਕੰਮ ਕੀਤਾ ਮੈਂ ਨਹੀਂ ਕੋਈ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਉਹ ਪਾਰਟੀ ਤੋਂ ਬਾਹਰ ਜਾਣ ਜਾਂ ਭੱਜ ਜਾਣ ਜਾਂ ਦੂਜੇ ਜਾਣ ਪਰ ਜਦੋਂ ਫਿਰ ਗਿਣਤੀ ਦੀ ਗੱਲ ਹੁੰਦੀ ਕਿੰਨੇ ਕੁ ਹੈ ਨਹੀਂ ਬਾਹਰ ਤਾਂ ਹੁਣ ਜਦੋਂ ਜੀਮਾ ਸਾਹਿਬ ਵਰਕਰ ਦੀ ਭੰਗ ਹੋ ਗਈ ਤੇ ਬਾਹਰ ਗਏ ਨਾ ਸਾਰੇ ਵਰਕਰ ਜਿਹੜੀਆਂ ਮਲੋ ਹੋਰ ਕੱਚੇ 8 10 ਨੂੰ ਕੱਢਣਾ ਔਖਾ ਸੀ ਕਹਿੰਦੇ ਤੇ ਸਿੰਡੀਕੋਰ ਕਮੇਟੀ ਭੰਗ ਕਰੀ ਨਹੀਂ ਇਹ ਨਾਰਮਲ ਪ੍ਰੋਸੀਜਰ ਹੁੰਦਾ ਇੱਕ ਰਾਜਨੀਤੀ ਦੇ ਵਿੱਚ ਕਿ ਭਾਵੇਂ ਤੁਸੀਂ ਖਿਲਾਫ ਵੀ ਚੱਲਦੇ ਪਏ ਹੋ ਨਾ ਹਮੇਸ਼ਾ ਹੀ ਪਾਰਟੀਆਂ ਦੇ ਵਿੱਚ ਹੁੰਦਾ ਹੈ ਕਿ ਸਾਰੇ ਸੋਚਦੇ ਸੀ ਕਿ ਕਿਸੇ ਨੂੰ ਸਿੰਗਲ ਆਊਟ ਕਰਨ ਨਾਲੋਂ ਜਦੋਂ ਵੀ ਜਥੇਬੰਦੀਆਂ ਦੇ ਵਿੱਚ ਚੇਂਜਸ ਹੁੰਦੀਆਂ ਨੇ ਤੇ ਉਹ ਸਾਰਿਆਂ ਨੂੰ ਇੱਕ ਵਾਰੀ ਡਿਸਾਲਵ ਕਰਕੇ ਤੇ ਨਵੇਂ ਸਿਰੇ ਬਣਾਉਂਦੇ ਆ ਕਿ ਕਿਸੇ ਨੂੰ ਇਹ ਨਾ ਲੱਗੇ ਵੀ ਮੈਨੂੰ ਇਕੱਲੇ ਨੂੰ ਸਿੰਗਲ ਆਊਟ ਕੀਤਾ ਕੈਬਨਟ ਵੀ ਜਦੋਂ ਰੀਸ਼ਫਲ ਹੁੰਦੀਆਂ ਨੇ ਤੇ ਪਤਾ ਹੁੰਦਾ ਵੀ ਕਿਹੜੇ ਮੰਤਰੀ ਜਾਣੇ ਆ ਲੇਕਿਨ ਸੀਐਮ ਸਾਰਿਆਂ ਤੋਂ ਅਸਤੀਫਾ ਲੈ ਲਿੰਦਾ ਵੀ ਸਾਰੇ ਹੀ ਪਰ ਇਹਦੇ ਚ ਇਹਦੇ ਚ ਚਿਮਨ ਸਾਹਿਬ ਇਹ ਵੀ ਸਵਾਲ ਆ ਗਿਆ ਕਿ ਕੋਰ ਕਮੇਟੀ ਤੇ ਪੰਗ ਕਰਕੇ ਚਲੇ ਗਏ ਜਦੋਂ ਕੱਲ ਤੱਕ ਸਾਹਿਬ ਤੇ ਜਾਣਾ ਸੀਗਾ ਪਰ ਆਪਣੀ ਕੁਰਸੀ ਨਹੀਂ ਛੱਡ ਕੇ ਗਏ ਸਿਰਵੀਰ ਸਿੰਘ ਬਾਦਲਵੀ ਉਹ ਉਹਨਾਂ ਨੇ ਕਿਹਾ ਵੀ ਜੇ ਜਾਣਾ ਸੀ ਤਾਂ ਆਪਣੇ ਵੱਲੋਂ ਵੀ ਅਸਤੀਫਾ ਦੇ ਕੇ ਜਾਂਦੇ ਤੇ ਮੈਂ ਤਾਂ ਸੁਰਗਰੂ ਹੋ ਗਿਆ ਐਦਾਂ ਤਾਂ ਜਿਹੜਾ ਕਿਸੇ ਮਰਜ਼ੀ ਪਦਵੀ ਵਾਲੇ ਦੇ ਖਿਲਾਫ ਉੱਥੇ ਸ਼ਿਕਾਇਤ ਜਾ ਕੇ ਤੇ ਆਏਗਾ ਹੂੰ ਤੇ ਉਹਦੇ ਸਪਸ਼ਟੀਕਰਨ ਤੇ ਉਹਨੂੰ ਆਪਣੀ ਕੁਰਸੀ ਛੱਡਣੀ ਪੈਗੀ ਤੇ ਕੋਈ ਕਿ ਨਬਾਰੇ ਸਿੱਖ ਦੇ ਤੌਰ ਤੇ ਤੁਸੀਂ ਜਾਣਦਾ ਜਦੋਂ ਤੁਸੀਂ ਗੁਰੂ ਘਰ ਜਾਂਦੇ ਹੋ ਕੋਈ ਉਹਦਾ ਨਹੀਂ ਹੁੰਦਾ ਤੁਹਾਨੂੰ ਜਦੋਂ ਬਾਲ ਸਾਹਿਬ ਸੀਐਮ ਦੇ ਅਹੁਦੇ ਤੇ ਵੀ ਸੀਗੇ ਉਦੋਂ ਅੰਦਰ ਕੋਈ ਐ ਸੀਗੇ ਹਮ ਥੋੜੀ ਦੰਦੇ ਮਾਨੀ ਹੋਰ ਹੁੰਦਾ ਵਸਤਾ ਹੀ ਹੋਰ ਹੁੰਦੀ ਹੈ ਉਦੋਂ ਤੁਸੀਂ ਵੀ ਇੱਕ ਸ਼ਰਦਾਲੂ ਬਣ ਕੇ ਉੱਥੇ ਜਾਂਦੇ ਹੋ ਇਸ ਕਰਕੇ ਇਹ ਕਹੇ ਚਾਹੁੰਦੇ ਆ ਕਿ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਸਜ਼ਾ ਦੇ ਦਿਓ ਨਜ਼ਰ ਤੇ ਪ੍ਰਧਾਨਗੀ ਤੇ ਹੀ ਕਿ ਤਰ੍ਹਾਂ ਕਿਤੇ ਉਹ ਤੁਹਾਡੀ ਗੱਲ ਠੀਕ ਹੈ ਤਾਂ ਹੀ ਪ੍ਰਧਾਨਗੀ ਵਾਲੇ ਪਾਸੇ ਕਿ ਬਈ ਕਿਸੇ ਤਰੀਕੇ ਪ੍ਰਧਾਨਗੀ ਜਿਹੜੀ ਆ ਉਹਨਾਂ ਦੀ ਜਾਂਦੀ ਕਿ ਨਹੀਂ ਪਰ ਪ੍ਰਧਾਨਗੀ ਤਾਂ ਜਿਨ੍ਹਾਂ ਨੇ ਕਾਇਮ ਕਰਨੀ ਸੀ ਉਹਨਾਂ ਨੇ ਕਰ ਦਿੱਤੀ ਠੋਕ ਠੋਕੇ ਮੀਟਿੰਗਾਂ ਦੇ ਵਿੱਚ ਜਿਨ੍ਹਾਂ ਨੂੰ ਜਿਨ੍ਹਾਂ ਦਾ ਫਰਜ਼ ਬੰਦਾ ਸੀ ਉਹਨਾਂ ਨੇ ਫੈਸਲੇ ਕਰਕੇ ਕਰ ਦਿੱਤੀ ਤੇ ਇਹ ਹੁਣ ਤੁਸੀਂ ਸ਼ਿਕਾਇਤ ਦੇ ਉੱਤੇ ਜਿਹੜੀ ਹੈਗੀ ਆ ਇਹ ਚਾਹੁੰਦੇ ਆ ਭਈ ਜਿਹੜੀ ਨਿਸ਼ਾਨਾ ਤੇ ਪ੍ਰਧਾਨਗੀ ਆ ਬਲ ਤੁਹਾਨੂੰ ਵੀ ਸਮਝ ਆਉਂਦੀ ਹੈ ਆਪ ਬਣਨਾ ਚਾਹੁੰਦੇ ਹੋ ਹੋਰ ਹੋਰ ਕੁਝ ਨਹੀਂ ਕੋਈ ਆਪ ਬਣਨਾ ਚਾਹੁੰਦਾ ਹੋਰ ਕੋਈ ਦਰਦ ਨਹੀਂ ਕਿਸੇ ਦਾ ਬੇਅਦਬੀਆਂ ਦਾ ਦੂਜਿਆਂ ਦਾ ਕਿਸੇ ਦਾ ਈਸ਼ੂ ਤਾਂ ਪ੍ਰਧਾਨਗੀ ਹੀ ਆ ਉਨੇ ਹੀ ਪੇਸ਼ ਚੱਲੀ ਤਾਂ ਹੁਣ ਇੰਦਜਾਪੀ ਇਦਾਂ ਕੰਮ ਕਰਪਿਆ ਜੀਮਾ ਸਾਹਿਬ ਅਸੀਂ ਸਾਡੇ ਨਾਲ ਸਹਿਯੋਗ ਜੀ ਜੁੜੇ ਹੋਏ ਨੇ ਉਹਨਾਂ ਤੋਂ ਵੀ ਅੱਫਾ ਸਵਾਲ ਲਵਾਂਗੇ ਇੰਟਰਵਿਊ ਦੇ ਆਖਰੀ ਪੜਾ ਦੇ ਵਿੱਚ ਆ ਮੈਂ ਆਪਣੇ ਸਹਿਯੋਗੀਆਂ ਦਾ ਰੁੱਕ ਕਰਾਂ ਮੈਂ ਇੱਕ ਡੇਰੇ ਦੇ ਨਾਲ ਜੁੜਿਆ ਹੋਇਆ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਤੁਹਾਨੂੰ ਲੱਗਦਾ ਕਿ 2015 ਦੇ ਵਿੱਚ ਮਾਫੀ ਪੰਜਾਬ ਦੇ ਮਾਹੌਲ ਦੇ ਲਈ ਠੀਕ ਸੀ ਕਿ ਡੇਰੇ ਦੇ ਜਿਹੜੇ ਲੋਕ ਕਹਲੋ ਜਾਂ ਉਹਨਾਂ ਦੇ ਪ੍ਰੇਮੀ ਐ ਤੇ ਇੱਕ ਸਿੱਖ ਭਾਈਚਾਰੇ ਦੇ ਵਿਚਾਲੇ ਇੱਕ ਟਕਰਾਵਰਗੀ ਸਥਿਤੀ ਨਜ਼ਰ ਆਉਂਦੀ ਹੈ ਸਮੇਂ-ਸਮੇਂ ਤੇ ਪਾ ਦੇਖਿਆ ਕਿ ਉਹ ਕਦੇ ਖਤਮ ਹੋ ਸਕਦੀ ਹੈ ਜਾਂ 2015 ਵਾਲਾ ਜੇ ਉਹ ਇੰਪਲੀਮੈਂਟ ਰਹਿ ਜਾਂਦਾ ਤਾਂ ਸ਼ਾਇਦ ਉਹ ਟਕਰਾਵ ਵਾਲੀ ਸਥਿਤੀ ਹਮੇਸ਼ਾ ਲਈ ਖਤਮ ਹੋ ਜਾਂਦੀ ਉਹ ਪੰਜਾਬ ਦੀ ਅਮਨ ਸ਼ਾਂਤੀ ਲਈ ਬੈਟਰ ਹੁੰਦੀ ਗੱਲ ਦੇਖੋ ਮੈਂ ਇਹਦੇ ਤੇ ਕਮੈਂਟ ਨਹੀਂ ਕਰਾਂ ਤਾਂ ਚੰਗਾ ਕਿਉਂਕਿ ਇਸ਼ੂ ਸਾਰਾ ਫਿਰ ਮੈਂ ਜ਼ਿਕਰ ਕੀਤਾ ਕਿ ਅਕਾਲ ਤਖਤ ਸਾਹਿਬ ਤੇ ਜਦੋਂ ਇਸ਼ੂ ਉੱਥੇ ਆ ਤਾਂ ਬਾਅਦ ਡਿਬੇਟ ਕਰਨੀ ਕਿਉਂਕਿ ਡਿਬੇਟ ਕਰਦਿਆਂ ਕਰਦਿਆਂ ਫਿਰ ਬਹੁਤ ਕੁਝ ਜਿਹੜਾ ਉਹ ਮੈਨੂੰ ਕਹਿਣਾ ਪਏਗਾ ਫਿਰ ਤੁਹਾਡੇ ਨਵੇਂ ਕੁਐਸਚਨ ਖੜੇ ਹੋਣਗੇ ਇਹਨਾਂ ਚੀਜ਼ਾਂ ਦਾ ਕੋਈ ਅੰਤ ਨਹੀਂ ਔਰ 15 ਸਾਲ ਇਹੀ ਕੁਝ ਚੱਲਦਾ ਰਿਹਾ ਹੂੰ ਮੇਰੇ ਤਾਂ ਬਹੁਤ ਕੁਝ ਯਾਦ ਆ ਇਸ ਕਰਕੇ ਮੈਂ ਹੁਣ ਚਾਹੁੰਦਾ ਵੀ ਚਲੋ ਹੁਣ ਜਦੋਂ ਫਾਈਨਲ ਅਥਾਰਟੀ ਦੇ ਕੋਲ ਇਹ ਮਸਲਾ ਗਿਆ ਕਿਸੇ ਤਰੀਕੇ ਚਲਾ ਗਿਆ ਹੂੰ ਤੇ ਉਹਨਾਂ ਦਾ ਉਹ ਫੈਸਲਾ ਉਡੀਕ ਲਈ ਜੋ ਹੁਕਮ ਕਰਨਗੇ ਅਸੀਂ ਪ੍ਰਵਾਨ ਕਰਾਂਗੇ ਠੀਕ ਹੈ ਚਲੋ ਅਸੀਂ ਕੁਝ ਸਵਾਲ ਲੈਣੇ ਹਨ ਵਿਨੇਸ਼ ਸਾਡੇ ਸਹਿਯੋਗੀਆਂ ਔਰ ਕਿਸੇ ਹੋਰ ਨੇ ਸਵਾਲ ਲੈਣਾ ਹੋਵੇ ਤਾਂ ਜ਼ਰੂਰ ਹੱਥ ਖੜਾ ਕਰ ਦਵੇ ਮੇਰਾ ਸਵਾਲ ਚਲੋ ਡੇਰਾਬਾਦ ਮਾਫੀ 2015 ਤੇ ਹੁਣ ਤੱਕ ਕਾਫੀ ਗੱਲਾਂ ਹੋ ਗਈਆਂ ਮੇਰਾ ਸਵਾਲ ਹੈ ਕਿ ਅਕਾਲੀ ਦਲ ਦੀ ਜੋ ਮੌਜੂਦਾ ਪੋਜੀਸ਼ਨ ਹੈ ਐਜ਼ ਅ ਪੋਲੀਟੀਕਲ ਪਾਰਟੀ ਆਪਾਂ ਦੇਖਿਆ ਅਕਾਲੀ ਦਲ 38% 40% ਤੇ ਉਸ ਤੋਂ ਰਿਡਿਊਸ ਹੁੰਦਾ ਹੁੰਦਾ 30% 24% 18% ਤੇ ਹੁਣ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ 12% ਜਿਹੜੀ ਜਲੰਧਰ ਪੱਛਮੀ ਦੀ ਚੋਣ ਹੋਈ ਹੈ ਉਸ ਦੇ ਵਿੱਚ ਦੋ ਪਾਰਟੀਆਂ ਦਾ ਇੱਕ ਕੈਂਡੀਡੇਟ ਸੀ ਬਸਪਾ ਤੇ ਅਕਾਲੀ ਦਲ ਦਾ ਉਹਨੂੰ ਕਿੰਨੀਆਂ ਵੋਟਾਂ ਪਈਆਂ ਮੈਨੂੰ ਲੱਗਦਾ ਸੈਂਕੜਿਆਂ ਚ ਆਪਾਂ ਹੁਣੇ ਵੀ ਕਾਊਂਟ ਕਰ ਸਕਦੇ ਹਾਂ ਸਭ ਤੋਂ 750 ਵੋਟ ਹਾਂ ਇਹ ਗੌਰਵ ਨੇ ਦੱਸਤਾ ਅਕਾਲੀ ਦਲ ਇੱਕ ਪੰਜਾਬ ਦੀ ਰੀਜਨਲ ਪਾਰਟੀ ਹੈ ਔਰ ਪੂਰੇ ਇੰਡੀਆ ਦੀ ਪੈਨ ਇੰਡੀਆ ਆਈ ਥਿੰਕ ਸੈਕੰਡ 올ਡੇਸਟ ਪਾਰਟੀ ਆਫ ਇੰਡੀਆ ਹੋ ਕਾਂਗਰਸ ਤੋਂ ਬਾਅਦ ਤੇ ਇਹ ਤੁਹਾਨੂੰ ਆਪ ਦੇ ਆਪ ਅਕਾਲੀ ਦਲ ਦੇ ਲੀਡਰ ਹੋਣ ਦੇ ਨਾਤੇ ਵੀ ਤੇ ਪੰਜਾਬ ਦੇ ਵੋਟਰ ਹੋਣ ਦੇ ਨਾਤੇ ਵੀ ਤੁਹਾਨੂੰ ਇਹ ਗੱਲ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਸ਼ੰਕਾ ਨਹੀਂ ਖੜੀ ਕਰਦੀ ਵੀ ਅਕਾਲੀ ਦਲ ਵਰਗੀ ਪਾਰਟੀ ਦੀ ਪੋਜੀਸ਼ਨ ਇਹ ਹੋ ਗਈ ਪੰਜਾਬ 'ਚ ਕਿ ਉਹ 10-12% ਤੇ ਨਿਭੜ ਗਈ ਤੇ ਇੱਕ ਜਿਹੜੀ ਜਿਮਨੀ ਚੋਣ ਹੋਈ ਉਸ ਵਿੱਚ ਉਹਨਾਂ ਨੂੰ 5-700 ਹਜ਼ਾਰ ਵੋਟਾਂ ਤੇ ਹੀ ਰਹਿ ਗਈਆਂ ਇਸ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਵੀ ਅਕਾਲੀ ਦਲ ਦਾ ਇਹ ਗ੍ਰਾਫ ਕਿਉਂ ਇਸ ਲੈਵਲ ਤੇ ਡਿੱਗਿਆ ਤੇ ਇਹਦੀ ਰਿਵਾਈਵਲ ਬੈਕ ਕਿਵੇਂ ਹੋ ਸਕਦੀ ਹੈ ਦੇਖੋ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ ਔਰ بڑے ਉਤਰਾਵਾ ਚੜਾਵਾਂ ਦੇ ਵਿੱਚੋਂ ਨਿਕਲੀ ਹੈ ਨਹੀਂ ਪਰ ਇੰਨੇ ਇਸ ਲੈਵਲ ਤੇ ਕਦੇ ਨਹੀਂ ਗਈਆਂ ਕਦੀ ਨਹੀਂ ਇਹ ਵੀ ਥੱਲੇ ਗਈ ਸੀ ਹਾਂਜੀ ਜਦੋਂ 80 ਦੇ ਵਿੱਚ 89 ਦੇ ਵਿੱਚ ਇਲੈਕਸ਼ਨ ਹੋਈਆਂ ਸੀਗੀਆਂ ਉਦੋਂ ਸਾਡੇ ਬਸਤਾ ਵੀ ਪਿੰਡਾਂ ਦੇ ਵਿੱਚ ਕੋਈ ਫੜਨ ਨੂੰ ਤਿਆਰ ਨਹੀਂ ਸੀਗਾ ਪਰ ਫੇਰ ਉਸ ਵੇਲੇ ਪਾਰਟੀ ਲੀਡਰਸ਼ਿਪ ਨੇ ਚੜੀ ਆ ਬਹਿਣਤ ਕੀਤੀ ਇੱਕ ਸਟੇਜ ਇਹ ਵੀ ਆਈ ਸੀ ਕਿ ਜਦੋਂ 92 ਵਾਲੀ ਇਲੈਕਸ਼ਨ ਸੀ ਤੇ 26 ਸਾਡੇ ਕੈਂਡੀਡੇਟ ਵੀ ਸ਼ਹੀਦ ਹੋ ਗਏ ਸੀਗੇ ਜੀ ਜੀ ਤੇ ਬਾਅਦ ਚ ਇਲੈਕਸ਼ਨ ਕੈਨਸਲ ਹੋ ਗਈ ਸੀਗੀ ਉਸ ਤੋਂ ਬਾਅਦ ਅਸੀਂ ਬਾਈਕਾਟ ਦਾ ਦੌਰ ਵੀ ਬਾਈਕਾਟ ਕੀਤਾ ਸੀ ਅਕਾਲੀ ਦਲ ਨੇ ਪਾਰਟੀ ਨੇ ਦੇਖਿਆ ਤੇ ਫਿਰ ਜਦੋਂ 97 ਦੇ ਵਿੱਚ ਅਸੀਂ ਜਿਹੜਾ ਭਾਜਪਾ ਦੇ ਨਾਲ ਲੜ ਕੇ ਇਲੈਕਸ਼ਨ ਲੜਦੇ ਸੀ ਤੇ ਅਕਾਲੀ ਦਲ ਦੇ ਉੱਤੇ ਇੱਕ ਬੜਾ ਵੱਡਾ ਮੇਹਣਾ ਹੁੰਦਾ ਸੀ ਸਾਡੀ ਇਲੈਕਸ਼ਨ ਸਪੀਚ ਦਾ ਹਿੱਸਾ ਹੁੰਦਾ ਸੀ ਕਿ ਸਾਨੂੰ ਲੋਕਾਂ ਨੂੰ ਯਕੀਨ ਦਿਵਾਉਣਾ ਪੈਂਦਾ ਹੁੰਦਾ ਸੀ ਕਿ ਅਸੀਂ ਸਰਕਾਰ ਬਣਾ ਵੀ ਸਕਦੇ ਹਾਂ ਤੇ ਅਸੀਂ 5 ਸਾਲ ਚਲਾਵਾਂਗੇ ਸਾਨੂੰ ਮੇਹਣਾ ਹੁੰਦਾ ਸੀ ਕਿ ਪਹਿਲੇ ਤੇ ਸਰਕਾਰ ਬਣਦੀ ਨਹੀਂ ਜੇ ਬਣ ਜਾਂਦੀ ਤੇ ਇਹ ਆਪੇ ਹੀ ਤੋੜ ਲੈਂਦੇ ਕਿਉਂਕਿ ਜਿੰਨੀਆਂ ਪਹਿਲੀਆਂ ਸਰਕਾਰਾਂ ਕੋਈ ਸਾਲ ਕੋਈ ਡੇਢ ਸਾਲ ਕੋਈ ਕੋਈ ਵੀ 5 ਸਾਲ ਨਹੀਂ 6 ਮਹੀਨੇ 5 ਸਾਲ ਪੂਰੇ ਨਹੀਂ ਸੀ ਕਰਦੇ ਫਿਰ ਇਹ ਕੋਈ ਸਮਾਂ ਆਇਆ ਕਿ ਜਿਹੜਾ 75 76 ਸਾਲ ਦੇ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆ ਕਿ ਕੋਈ ਪਾਰਟੀ ਦੀ ਸਰਕਾਰ ਰਿਪੀਟ ਹੋਈ ਪੰਜਾਬ 'ਚ ਅਜੇ ਤੱਕ ਹੋਰ ਨਹੀਂ ਕੋਈ ਰਿਪੀਟ ਹੋਈ ਉਸ ਤੋਂ ਬਾਅਦ ਸਾਲ ਪਾ ਕੇ ਫਿਰ ਇੱਕ ਇੱਕ ਟਰਨ ਪਾ ਕੇ ਫਿਰ ਵੀ ਦੁਬਾਰਾ ਸਰਕਾਰ ਆਈ ਇਹ ਠੀਕ ਹੈ ਬੜੇ ਅੱਛੇ ਕੀਰਤੀਮਾਨ ਵੀ ਅਕਾਲੀ ਦਲ ਨੇ ਸਥਾਪਿਤ ਕੀਤੇ ਆ ਪਰ ਜਿਹੜਾ ਪਿਛਲਾ ਫੇਜ਼ ਹੈਗਾ ਦੋ ਤਿੰਨ ਇਲੈਕਸ਼ਨਾਂ ਦਾ ਇਕ ਤਰ੍ਹਾਂ ਇਹ ਹੈ ਕਿ ਲੰਬਾ ਸਮਾਂ ਤਾਂ ਪਹਿਲਾਂ ਅਸੀਂ ਭਾਜਪਾ ਨਾਲ ਲੜਦੇ ਸੀ ਜਿਹੜੀ ਪਿਛਲੀ ਇਲੈਕਸ਼ਨ ਵਿਧਾਨ ਸਭਾ ਦੀ ਆ ਉਤੋਂ ਆ ਕੇ ਅਸੀਂ ਵੱਖਰੇ ਵੱਖਰੇ ਹੋ ਗਏ ਉਹਨਾਂ ਦੇ ਚ ਕੁਝ ਜਦ ਹੀ ਲੰਬਾ ਸਮਾਂ ਇੱਕ ਦੂਜੇ ਦੇ ਨਾਲ ਇਕੱਠੇ ਲੜਦੇ ਹੋ ਉਹਦਾ ਫਾਇਦਾ ਵੀ ਸੀ ਉਹਦੇ ਆਰਗੇਨਾਈਜ਼ੇਸ਼ਨਲ ਤੌਰ ਤੇ ਬਹੁਤ ਨੁਕਸਾਨ ਵੀ ਹੋਇਆ ਕਿ 23 ਹਲਕੇ ਜਿੱਥੇ ਭਾਜਪਾ ਲੜਦੀ ਸੀ ਮੈਂ ਵੀ ਹੁਣ ਪਾਰਲੀਮੈਂਟ ਲੜੀ ਗਦਾਸਪੁਰ ਚ ਮੈਂ ਵੀ ਫੇਸ ਕੀਤੀ ਹੈ ਕਿ ਉਹਨਾਂ ਹਲਕਿਆਂ ਚ ਤੁਹਾਡੀ ਆਰਗੇਨਾਈਜ਼ੇਸ਼ਨ 25 ਸਾਲ ਇਲੈਕਸ਼ਨ ਨਾਲ ਲੜਨ ਕਰਕੇ ਬਹੁਤ ਕਮਜ਼ੋਰ ਹੋ ਗਈ ਉਹ ਤੁਹਾਨੂੰ ਬੜੀ ਵੱਡੀ ਜਿੱਦਾਂ ਸੈਟਬੈਕ ਹੈ ਇੱਕ ਡਿਪੈਂਡੈਂਸੀ ਹੋ ਜਾਂਦੀ ਹੈ ਇਹ ਨਕਸਨ ਉਹਨਾਂ ਨੂੰ ਵੀ ਹੋਇਆ বিজেপি ਨੂੰ ਉਹਦੇ ਵਿੱਚ ਵੀ ਜਿਹੜਾ ਮੈਂ ਸਮਝਾਇਆ ਕਿ ਮੋਦੀ ਫੈਕਟਰ ਤੇ ਐਂਟੀ ਮੋਦੀ ਫੈਕਟਰ ਫਿਰ ਆ ਜਿਹੜਾ ਇਕੱਠੇ ਹੋ ਕੇ ਜਿਹੜੇ ਧਾਰਮਿਕ ਇਸ਼ੂ ਬਣਾਏ ਗਏ ਹੋਰ ਪੰਜਾਬ ਦੇ ਵਿੱਚ ਨਵੇਂ ਇਸ਼ੂ ਕ੍ਰੀਏਟ ਕਰਕੇ ਤੇ ਇਸ ਕਰਕੇ ਸਾਰਾ ਕੰਬਾਈਨਡ ਅਫੈਕਟ ਆ ਪਰ ਇਹ ਨਹੀਂ ਹੈ ਕਿ ਕੱਦਰ ਸਾਨੂੰ ਅੱਜ ਵੀ ਮੰਨਣਾ ਕਿ ਸਾਡਾ ਇੰਟੈਕਟ ਅੱਜ ਵੀ ਬੜਾ ਸ਼ਕਤੀਸ਼ਾਲੀ ਕੱਦਰ ਹੈ ਸਾਡੇ ਕੋਲ ਠੀਕ ਹੈ ਇਹ ਚੀਜ਼ਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਤੇ ਅਸੀਂ ਫੇਰ ਰਲ ਕੇ ਜਿਹੜਾ ਬੜਾ ਫਾਈਟਿੰਗ ਸਾਡੀ ਸਪਿਰਟ ਵਾਲਾ ਇਟਰ ਹੈ ਫੇਰ ਅਸੀਂ ਆਪਣੀਆਂ ਕਮੀਆਂ ਦੂਰ ਕਰਕੇ ਫੇਰ ਉਹਨੂੰ ਅੱਗੇ ਲੈ ਕੇ ਆਉਂਦੇ ਹਾਂ ਨਹੀਂ ਪਰ ਤੁਹਾਡੀ ਗੱਲ ਤੋਂ ਮੈਂ ਇੱਕ ਹੋਰ ਚੀਜ਼ ਸਮਝਿਆ ਕਿ 97 ਦੇ ਵਿੱਚ ਤੁਸੀਂ ਇੱਕ ਤਰੀਕੇ ਨਾਲ ਰਿਵਾਈਵਲ ਕੀਤਾ ਬੀਜੇਪੀ ਦੇ ਨਾਲ ਕਿ ਹੁਣ ਦੁਬਾਰਾ ਉਹ ਸਥਿਤੀ ਫੇਰ ਦਿਮਾਗ ਦੇ ਵਿੱਚ ਹੈ ਨਹੀਂ ਹੁਣ ਤਾਂ ਅਸੀਂ ਪੱਕੇ ਪੈਰੀਏ ਕਰਨਾ ਚਾਹੁੰਦੇ ਹਾਂ ਮੈਂ ਬੀਜੇਪੀ ਦੇ ਫਾਇਦੇ ਵੀ ਦੱਸੇ ਨੁਕਸਾਨ ਵੀ ਦੱਸਿਆ ਤੁਸੀਂ ਇਹਦੇ ਨਾਲ ਹੀ ਇਹ ਸਮਝਦੇ ਹੋ ਕਿ ਅਕਾਲੀ ਦਲ ਉਹਨਾਂ ਸਿੱਖ ਇਸ਼ੂਜ਼ ਨੂੰ ਕਿਤੇ ਨਾ ਕਿਤੇ ਜਾਂ ਜਿਹੜੇ ਜਿਹੜੀ ਜਿਹੜੀ ਕਹਿੰਦੇ ਆ ਕਿ ਇੱਕ ਪੰਥਕ ਸੋਚ ਸੀ ਉਹਦੇ ਤੋਂ ਕਿਤੇ ਨਾ ਕਿਤੇ ਥਿੜਕਿਆ ਜਿਹਦੇ ਕਰਕੇ ਲੋਕ ਅਮਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਹੋਰਾਂ ਵੱਲ ਗਏ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਉਸ ਵੇਲੇ ਜੇਲ੍ਹ 'ਚ ਬੈਠੇ ਸੀ ਉਹਨਾਂ ਨੇ ਅਸਤੀਫਾ ਦਿੱਤਾ ਸੀ ਜਿੱਤੇ ਉਹ ਜਿੱਤੇ ਸਰਦਾਰ ਹਰਿੰਦਰ ਸਿੰਘ ਖਾਲਸਾ ਜੀ ਜਿੱਤੇ ਤੇ ਹੁਣ ਜਿਹੜਾ ਅਤੇਂਦਰਪਾਲ ਸਿੰਘ ਆ ਜਿਹੜੇ ਅਮਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਜਿੱਤੇ ਇਹ ਜਿਹੜਾ ਇੱਕ ਸੰਦੇਸ਼ ਆ ਪੰਜਾਬ ਦੇ ਜਿਹੜਾ ਔਰ ਦੇਖੋ ਜਨਵਰੀ ਵੀ ਇਹ ਦਿੱਤੇ ਆ ਇਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵੋਟਾਂ ਪੈਦੀ ਇਹ ਵੀ ਬੜੀ ਵੱਡੀ ਗੱਲ ਹੈ ਕਿ ਉੱਥੇ ਇਹ ਨਹੀਂ ਕਿ ਕੋਈ ਇੱਕ ਪਾਰਟੀ ਦੇ ਲੋਕ ਉਹਨਾਂ ਨੂੰ ਵੋਟਾਂ ਪਾਉਂਦੇ ਆ ਇਹ ਟੋੜੀ ਕਾਲੀ ਦਰ ਦੇ ਕੈਡਰ ਨੇ ਬਹੁਤ ਇੰਡੀਪੈਂਡੈਂਟ ਨਹੀਂ ਦੂਜੀਆਂ ਪਾਰਟੀਆਂ ਦੇ ਕੈਡਰ ਨੇ ਵੀ ਪਾਇਆ ਕਿਉਂਕਿ ਕਿਤੇ ਨਾ ਕਿਤੇ ਇੱਕ ਸਾਂਝਾ ਫੈਸਲਾ ਪੰਜਾਬ ਦੀ ਜਨਤਾ ਜਿਹੜੀ ਹੈ ਸਾਰੇ ਲੋਕੀ ਰਲ ਕੇ ਉਸ ਬੇਇਨਸਾਫੀ ਦੇ ਖਿਲਾਫ ਹੁਣ ਵੀ ਕਰਦੇ ਆ ਕਿਸੇ ਨਾ ਕਿਸੇ ਰੂਪ ਦੇ ਜਿਹੜਾ ਸੰਦੇਸ਼ ਜਿਹੜਾ ਹੈ ਇਹ ਦੇਸ਼ ਦੀਆਂ ਸਰਕਾਰਾਂ ਨੂੰ ਸਮਝਣਾ ਚਾਹੀਦਾ ਜੀ ਮਸਾਬ ਮੇਰਾ ਸਵਾਲ ਹੈ ਵੈਸੇ ਤੁਸੀਂ ਬਹੁਤ ਸਾਰੇ ਸਵਾਲਾਂ ਚ ਇੱਧਰ ਉੱਧਰੋਂ ਨਿਕਲਦੇ ਨਜ਼ਰ ਆਇਓ ਪਰ ਇੱਕ ਸਿੱਧਾ ਸਪਸ਼ਟ ਸਵਾਲ ਹੈ ਕਿ ਜਿਵੇਂ ਵਿਨੇਸ਼ ਗੱਲ ਕਰ ਰਹੇ ਸੀ ਕਿ ਵੋਟ ਪਰਸੈਂਟੇਜ ਵੀ ਥੜਕਿਆ ਤੇ ਜਿਹੜੀ ਵਿਧਾਨ ਸਭਾ ਚ ਗਿਣਤੀ ਐ ਐਮ ਐਲ ਏਜ਼ ਦੀ ਉਹ ਵੀ 15 ਤੋਂ 3 ਰਹਿ ਗਈ ਜਾਂ ਇੱਕ ਐਮ ਪੀ ਰਹਿ ਗਿਆ ਦੁਬਾਰਾ ਉੱਠੇਗਾ ਅਕਾਲੀ ਦਲ ਤੇ ਉਸ ਦੇ ਲਈ ਤੁਸੀਂ ਲੀਡਰਸ਼ਿਪ ਦੇ ਵਿੱਚ ਕੋਈ ਚੇਂਜ ਕਰਨ ਲਈ ਤਿਆਰ ਹੋ ਨਹੀਂ ਉੱਠੇਗਾ 100% ਉੱਠੇਗਾ ਲੀਡਰਸ਼ਿਪ ਦਾ ਫੈਸਲਾ ਤਾਂ ਪਾਰਟੀ ਕਰਦੀ ਆ ਉਹ ਕੋਈ ਇਕੱਲਾ ਲੀਡਰ ਨਹੀਂ ਕਰ ਸਕਦਾ ਅੱਗੇ ਆ ਸੱਤ ਅੱਠ ਕਰਨ ਲੱਗੇ ਸੀ ਵਿਚਾਰੇ ਫਸ ਗਏ ਇਸ ਕਰਕੇ ਇਹ ਕਹਿਣਾ ਸੌਖਾ ਹੁੰਦਾ ਜਿੰਨੇ ਜਿੰਨੇ ਚੱਲਣਾ ਨਾ ਅੱਗੇ ਹੋ ਕੇ ਉਹਨੂੰ ਬਹੁਤ ਕੁਝ ਕਰਨਾ ਪੈਂਦਾ ਜੇ ਮੈਂ ਮਨ 'ਚ ਇੱਛਾ ਪਾਲਵਾ ਕਿ ਮੈਂ ਹੁਣ ਲੀਡ ਕਰੂੰਗਾ ਤੇ ਉਹਦੇ ਵਾਸਤੇ ਬਹੁਤ ਕੁਝ ਲੀਡ ਕਰਨ ਵਾਸਤੇ ਮੈਨੂੰ ਜਿਹੜੇ ਹੈਗੇ ਮਿਹਨਤ ਵੀ ਕਰਨੀ ਪਈ ਇਹ ਬੜੀ ਵੱਡੀ ਭਗਤੀ ਹੁੰਦੀ ਆ ਪ੍ਰਧਾਨ ਕੋਈ ਐਵੇਂ ਸੋਪਾ ਨਹੀਂ ਤੁਹਾਡੇ ਮੁਤਾਬਿਕ ਚੰਦੂ ਮਾਰਾ ਕਰਨ ਦਾ ਸੇਵ ਹੁੰਦਾ ਮੈਂ ਪ੍ਰਧਾਨ ਤੋਂ ਬਾਅਦ ਸੈਕਟਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਤੁਹਾਡੇ ਮੁਤਾਬਿਕ ਚੰਦੂ ਮਾਰਾ ਨਹੀਂ ਕਰਨਾ ਚਾਹੁੰਦੇ ਨਹੀਂ ਚਲੋ ਉਹਨਾਂ ਦੀ ਕਾਫੀ ਪੁਰਾਣੀ ਇੱਛਾ ਹੈ ਪਰ ਪੂਰੀ ਨਹੀਂ ਹੋਈ ਉਹ ਤਾਂ ਰਟਾਏ ਪੈ ਗਿਆ ਵੀ ਜਿਹੜੇ ਵਿਚਾਰੇ ਗਰੁੱਪ ਚ ਗਏ ਸੀ ਉਹਨਾਂ ਨੇ ਵੀ ਲੀਡਰ ਨਹੀਂ ਬਣਿਆ ਮੇਰੀ ਤਾਂ ਹੁੰਦਦੀ ਉਹਨਾਂ ਨਾਲ ਇਸ ਕਰਕੇ ਆ আচ্ছা ਉਹਨਾਂ ਚ ਚੰਦੂ ਮਾਰਾ ਸਾਹਿਬ ਤੋਂ ਇਲਾਵਾ ਵੀ ਕਿਸੇ ਦੀ ਪ੍ਰਧਾਨਗੀ ਦੀ ਨਹੀਂ ਹੈ ਸਾਰੇ ਪ੍ਰਧਾਨਗੀ ਤਾਂ ਹੀ ਫੈਸਲਾ ਨਹੀਂ ਹੁੰਦਾ ਹੁਣ ਕਹਿੰਦਾ ਥੋੜੀਏ ਕੋਈ ਪਰ ਤੁਸੀਂ ਕਿਸੇ ਨੂੰ ਬਣਾ ਨਹੀਂ ਦੇ ਬੜੇ ਇੱਕ ਦੂਜੇ ਦੇ ਉਹ ਕਿਸੇ ਨੇ ਨਾਂ ਨਹੀਂ ਲਿਆ ਨਾ ਬੀਬੀ ਜੀ ਦਾ ਨਾਂ ਲਿਆ ਨਾ ਦੂਜਿਆਂ ਦਾ ਆਜਾ ਕੇ ਵਡਾਲਾ ਸਾਹਿਬ ਦਾ ਲਿਆ ਤੇ ਫਿਰ ਇਹ ਬਚਾਰੇ ਪ੍ਰੈਸ ਕਾਨਫਰੈਂਸ ਉਹ ਕਹਿੰਦੇ ਅਸੀਂ ਤੇ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਤਿਆਗ ਕਰਨਾ ਪੈਂਦਾ ਤੇ ਅਸੀਂ ਤਾਂ ਤਿਆਗ ਕਰਕੇ ਵਡਾਲਾ ਸਾਹਿਬ ਨੂੰ ਅੱਗੇ ਕੀਤਾ ਕਿੰਨੇ ਦਿਨ ਦਾ ਤਿਆਗ ਇਹ ਸਮਝਾ ਦਸੋ ਗੁਰਜੋਤ ਹੈ ਸਾਡੇ ਨਾਲ ਗੁਰਜੋਤ ਸਵਾਲ ਚੀਮਾ ਸਾਹਿਬ ਬੜੀ ਡਿਟੇਲਸ ਗੱਲ ਹੋ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਪਾਰਟੀਆਂ ਉਤਰਾ ਚੜਾ ਰਹੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦਾਵਾ ਕਰਦੀ ਪੰਥ ਦੀ ਇਕਲੌਤੀ ਪਾਰਟੀ ਹੈ ਅੱਗੇ ਕਿਸ ਤਰੀਕੇ ਦੀਆਂ ਚੁਣੌਤੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਪਿੱਛੇ ਜੋ ਹੋਇਆ ਸਾਰਾ ਪਰ ਡਿਟੇਲ ਚ ਸ਼ੇਅਰ ਕੀਤਾ ਪਰ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਬਣਦੇ ਨੇ ਸਰਬਜੀਤ ਸਿੰਘ ਖਾਲਸਾਵਾ ਕਰ ਰਹੇ ਨੇ ਉਹਨਾਂ ਦੇ ਨਾਲ ਮਿਲ ਕੇ ਪਾਰਟੀ ਬਣਾਉਣਗੇ ਸਵਾਭਿਕ ਤੌਰ ਤੇ ਸਿੱਖ ਭਾਈਚਾਰੇ ਦੀ ਜਿਹੜੀ ਵੋਟ ਹੈ ਉਸ ਨੂੰ ਲੈਣ ਤੇ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਨੇ ਜੇਕਰ ਅਸੀਂ ਦੋਵੇਂ ਸੀਟਾਂ ਤੇ ਹਲਕੇ ਵੀ ਕਾਊਂਟ ਕਰ ਲਈਏ ਤਾਂ ਬੇਅਤ ਜ਼ਿਆਦਾ ਨੇ ਤਾਂ ਉਸ ਤਰੀਕੇ ਦੇ ਨਾਲ ਸ਼ੋਮਨੀ ਅਕਾਲੀ ਦਲ ਨੂੰ ਕੀ ਲੱਗਦਾ ਕਿੰਨੀਆਂ ਚੁਣੌਤੀਆਂ ਅੱਗੇ ਨਜ਼ਰ ਆ ਰਹੀਆਂ ਨੇ ਕਿਉਂਕਿ ਉਹਨਾਂ ਨੇ ਐਸਜੀਪੀਸੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਮੈਂ ਉਹਨਾਂ ਦਾ ਸਵਾਲ ਕੋਈ ਗੱਲ ਨਹੀਂ ਇਹ ਤਾਂ ਚੰਗਾ ਕੀਤਾ ਐਸਜੀਪੀਸੀ ਚੋਣਾਂ ਦੇਖੋ ਜਿਹੜੀ ਤਾਂ ਹੀ ਮੈਦਾਨ ਭਕੇ ਤੇ ਤਾਂ ਹੀ ਗੱਲ ਜਿਹੜੀ ਹੈ ਉਹ ਜਿਹੜਾ ਸਿਸਟਮ ਇੱਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਤੇ ਡੈਮੋਕਰੈਟਿਕ ਕੰਟਰੋਲ ਬਜ਼ੁਰਗਾਂ ਨੇ ਸਥਾਪਿਤ ਕੀਤਾ ਸੀਗਾ ਉਹਦੀ ਜਿਹੜੀ ਸੱਜਦਾ ਹੀ ਤਾਂ ਆ ਕਿ ਜੇ ਸਾਰੀਆਂ ਧਿਰਾਂ ਜਿੰਨੇ ਵੀ ਜੜੀਆਂ ਪੰਥਕ ਸਫੀਰ ਦੇ ਵਿੱਚ ਕੰਮ ਕਰਦੀਆਂ ਨੇ ਸੇਵਾ ਕਰਨੀਆਂ ਚਾਹੁੰਦੀਆਂ ਨੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦੀਆਂ ਨੇ ਉਹ ਤਗੜੇ ਹੋ ਕੇ ਇਲੈਕਸ਼ਨ ਲੜਨ ਇਸ ਕਰਕੇ ਸਾਨੂੰ ਤੇ ਇਸ ਗੱਲ ਤਾਂ ਨਹੀਂ ਪਰ ਜਦੋਂ ਇਲੈਕਸ਼ਨ ਲੜਨੀ ਹੈ ਤਾਂ ਉਦੋਂ ਜਿਹੜੇ ਇਸ਼ੂਜ਼ ਹੋਣੇ ਚਾਹੀਦੇ ਆ ਨਾ ਉਹ ਸਾਡੇ ਗੁਰੂ ਘਰ ਦੇ ਜਿਹੜੇ ਸਾਡੇ ਮਰਿਆਦਾ ਦੇ ਨਾਲ ਸੰਬੰਧਿਤ ਕੇ ਇੱਕ ਸਰ ਮਰਿਆਦਾ ਸੀ ਕਿਵੇਂ ਲਾਗੂ ਕਰਨੀ ਹੈ ਧਰਮ ਦੇ ਪ੍ਰਚਾਰ ਨਾਲ ਸਿੱਖ ਸੰਸਥਾਵਾਂ ਨੂੰ ਕਿਸ ਤਰ੍ਹਾਂ ਹੋਰ ਮਜ਼ਬੂਤ ਕਰਨਾ ਆ ਜਿਹੜਾ ਜਾਤੀ ਜਿਹੜਾ ਚੱਕਰ ਹੈ ਦੂਜੀ ਤੀਜਾਂ ਨੇ ਕਟੋ ਘਟ ਸ਼੍ਰੋਮਣੀ ਗੋਦਾਰ ਪਰੰਦਰ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀ ਸਾਰਿਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਆ ਸਾਡੇ ਸਾਧਨ ਨੇ ਅਸੀਂ ਆ ਚੀਜ਼ਾਂ ਇਸ ਤਰੀਕੇ ਬੈਟਰ ਜਿਹੜੀਆਂ ਸੰਸਥਾ ਨੂੰ ਅਸੀਂ ਚਲਾ ਸਕਦੇ ਹਾਂ ਕਿਉਂਕਿ ਸਾਧਨ ਤਾਂ ਬਜਟ ਹੋਣਾ ਹੀ ਹੈ ਤੁਹਾਡਾ ਸੀਮਤ ਹੀ ਹੈ 11-1200 ਕਰੋੜ ਦਾ ਸ਼ੋਮਨੀ ਅਕਾਲੀਦਰ ਨੂੰ ਲੱਗਦਾ ਹੈ ਉਹਨਾਂ ਦਾ ਇਹ ਹੈ ਸਟੈਂਡ ਜਿਸ ਤਰੀਕੇ ਨਾਲ ਚਰਨਜੀਤ ਚੰਨੀ ਹੋਰਾਂ ਨੇ ਕੱਲ ਕਿਹਾ ਕਿ ਅੰਮ੍ਰਿਤਪਾਲ ਨੂੰ ਰਿਹਾਈ ਮਿਲੇ ਔਰ 5 ਸਾਲ ਨੇ ਤਾਂ ਲੋਕਾਂ ਦੀ ਆਵਾਜ਼ ਖਡੂਰ ਸਾਹਿਬ ਤੇ ਲੋਕਾਂ ਦੀ ਆਵਾਜ਼ ਚੱਕਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਨਹੀਂ ਅਸੀਂ ਤੇ ਇਹ ਕਹਿੰਦੇ ਹਾਂ ਕਿ ਭਾਵੇਂ ਅੰਮ੍ਰਿਤਪਾਲ ਸਿੰਘ ਹੋਵੇ ਭਾਵੇਂ ਕੋਈ ਹੋਰ ਹੋਵੇ ਭਾਵੇਂ ਕੋਈ ਸਿੱਖ ਹੋਵੇ ਭਾਵੇਂ ਕੋਈ ਹਿੰਦੂ ਹੋਵੇ ਕਿਸੇ ਹੋਰ ਧਰਮ ਦਾ ਹੋਵੇ ਇਹ ਕਾਲੇ ਕਾਨੂੰਨ ਕਿਸੇ ਤੇ ਨਹੀਂ ਲੱਗਣੇ ਚਾਹੀਦੇ ਤੇ ਅੱਜ ਵੀ ਸਾਡਾ ਸਟੈਂਡ ਹੋਇਆ ਕਿ ਕੱਲੇ ਅਮਰਪਾਲ ਦਾ ਸਵਾਲ ਨਹੀਂ ਕੋਈ ਵੀ ਜਿਹੜਾ ਐਨਐਸਏ ਦੇ ਅੰਦਰ ਬੰਦਾ ਐ ਐਨਐਸਏ ਈ ਤਾਂ ਨਹੀਂ ਲੱਗਣੀ ਚਾਹੀਦੀ ਕੋਟਾ ਹੈਗੇ ਨੇ ਨਾਰਮਲ ਕਾਨੂੰਨ ਹੈਗੇ ਨੇ ਉਹਦੇ 'ਚ ਕਿਸੇ ਨੇ ਕੋਈ ਗਲਤੀ ਕੀਤੀ ਉਹਨੂੰ ਬੁੱਕ ਕਰੋ ਪਰ ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਨਾ ਐ ਜਦੋਂ ਭਾਜਪਾ ਨਾਲ ਤੁਹਾਡਾ ਅਲਾਈਅੰਸ ਰਿਹਾ ਐ ਬਹੁਤ ਲੰਬੇ ਟਾਈਮ ਤੱਕ ਤਾਂ ਅਕਾਲੀ ਦਲ ਤੇ ਭਾਜਪਾ ਦੋਵਾਂ ਦੇ ਮੂੰਹ ਤੋਂ ਇੱਕ ਸਟੇਟਮੈਂਟ ਸਾਨੂੰ ਨੂੰ ਮਿਲਦੀ ਸੀ ਕਿ ਨੌ ਮਾਸ ਦਾ ਰਿਸ਼ਤਾ ਐ ਤੇ ਪੰਜਾਬ ਦੀ ਭਾਈਚਾਰਕ ਸਾਂਝ ਦੇ ਲਈ ਜ਼ਰੂਰੀ ਐ ਮੌਜੂਦਾ ਸਮੇਂ 'ਚ ਭਾਈਚਾਰਕ ਸੰਘ ਨੂੰ ਤੁਹਾਨੂੰ ਕੋਈ ਖਤਰਾ ਨਜ਼ਰ ਆ ਰਿਹਾ ਪੰਜਾਬ ਦੇ ਅੰਦਰ ਔਰ ਖਾਸ ਤੌਰ ਤੇ ਮੈਂ ਸਿੱਧਾ ਹੀ ਪੁੱਛ ਲੈਣਾ ਕਿ ਦੋ ਸੀਟਾਂ ਦੇ ਉੱਤੇ ਅ ਅੰਮ੍ਰਿਤਪਾਲ ਔਰ ਸਰਜੀਤ ਖਾਲਸਾ ਜਿੱਤਣ ਤੋਂ ਬਾਅਦ ਦੇਖੋ ਪੰਜਾਬ ਦੇ ਵਿੱਚ ਜਿਹੜੀ ਸੈਕੂਲਰਿਜ਼ਮ ਦੀ ਢੀ ਹੈ ਨਾ ਉਹ ਸਾਡੇ ਗੁਰੂ ਸਾਹਿਬਾਨ ਨੇ ਰੱਖੀ ਹੋਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਆ ਉਸ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਸੈਕੂਲਰਿਜ਼ਮ ਜਿਹੜਾ ਉਹ ਕੋਈ ਨਜ਼ਰ ਨਹੀਂ ਮਿਲਦਾ ਇਸ ਕਰਕੇ ਇੱਥੇ ਸੈਕੂਲਰਿਜ਼ਮ ਦੀਆਂ ਜੜਾਂ ਬਹੁਤ ਮਜ਼ਬੂਤ ਹੈ ਇਸੇ ਕਰਕੇ ਜਦੋਂ ਔਖੇ ਤੋਂ ਔਖਾ ਟਾਈਮ ਵੀ ਪੰਜਾਬ ਦੇ ਵਿੱਚ ਆਇਆ ਜਦੋਂ ਜੜੀਆਂ ਗੁਰੂ ਘਰਾਂ ਦੇ ਵਿੱਚ ਸੈਕਟਾਂ ਜੜੀਆਂ ਸੁਟਣ ਦੀਆਂ ਕੋਸ਼ਾ ਹੋਈਆਂ ਮੰਦਰਾਂ ਦੇ ਵਿੱਚ ਕੋਸ਼ਾ ਵੱਢ ਕੇ ਸੁਟੀਆਂ ਗਈਆਂ ਉਦੋਂ ਵੀ ਲੋਕਾਂ ਦੇ ਇੱਥੇ ਇਹ ਧਰਮਾਂ ਦੇ ਆਧਾਰ ਤੇ ਦੰਗੇ ਨਹੀਂ ਹੋਏ ਉਦੋਂ ਵੀ ਜੜੀ ਔਖੇ ਟਾਈਮ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਨੇ ਜੜੀ ਸ਼ਹਿਨ ਚੀਲਤਾ ਧਾਰਮਿਕ ਹੈ ਉਹ ਕਾਇਮ ਰੱਖੀ ਕਿਉਂਕਿ ਸਾਡੇ ਇਹ ਜੀਨ ਦੇ ਵਿੱਚ ਹੈ ਇਸ ਕਰਕੇ ਇਹ ਇਕੱਲੇ ਕੋਈ ਪਾਰਟੀਆਂ ਦੀ ਨਹੀਂ ਪਾਰਟੀਆਂ ਨੂੰ ਵੀ ਪੋਜ਼ਿਟਿਵ ਰਹਿਣਾ ਚਾਹੀਦਾ ਕਦੀ ਵੀ ਧਰਮਾਂ ਦੇ ਆਧਾਰ ਦੇ ਉੱਤੇ ਜਿਹੜੀ ਵੰਡਾ ਪਾਈ ਜਾ ਰਹੀ ਹੈ ਅਸੀਂ ਤਾਂ ਹੈਰਾਨ ਹੁੰਦੇ ਅਨਪੀਜ ਜਦੋਂ ਸਰਕੂਲਰ ਨਿਕਲਦੇ ਆ ਯੂਪੀ ਵਗੈਰਾ ਦੇ ਵਿੱਚ ਵੀ ਦੁਕਾਨਦਾਰਾਂ ਦੇ ਵੀ ਨਾਂ ਜਿਹੜੇ ਆ ਉਹ ਪੁੱਛੇ ਜਾਣ ਲੱਗ ਜਾਂਦੇ ਆ ਵੀ ਤੁਹਾਨੂੰ ਨੇਮ ਪਲੇਟ ਲਾਉਣੀ ਚਾਹੀਦੀ ਇਹ ਮੈਂ ਸਮਝਦਾ ਕਿਤੇ ਸਾਡੇ ਪੰਜਾਬ ਵਰਗੀ ਧਰਤੀ ਤੇ ਕੋਈ ਸੋਚ ਸਕਦਾ ਪਰ ਤੁਹਾਡੇ ਭਾਈਵਾਲ ਜਿਹੜਾ ਨੇ ਸਰਕੂਲਰ ਜਾਰੀ ਕੀਤੇ ਨੇ ਹੁਣ ਸਾਡੇ ਪੁਰਾਣੇ ਭਾਈਵਾਲ ਜੇ ਮੈਂ ਤਾਂ ਹੁਣ ਵੀ ਕਹਿੰਨਾ ਪੁਰਾਣੇ ਭਾਈਵਾਲ ਹੁੰਦੇ ਨਾ ਤੇ ਕਹਿੰਨਾ ਵੀ ਇਦਾਂ ਦੇ ਕੰਮ ਨਾ ਤੁਹਾਨੂੰ ਸ਼ੁਕਰੀਆ ਜੀ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਬਹੁਤ ਸਾਰੇ ਸਵਾਲ ਜਵਾਬ ਹੋਏ ਆ ਪਰ ਇੰਤਜ਼ਾਰ ਰਹੇਗਾ ਕਿ ਜਥੇਦਾਰ ਸਾਹਿਬ ਦੇ ਵੱਲੋਂ ਆਦੇਸ਼ ਕੀ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਮੈਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ ਤੁਸੀਂ ਵੀ ਸ਼ਾਇਦ ਉਸ ਦਾ ਇੰਤਜ਼ਾਰ ਕਰ ਰਹੇ ਹੋ ਮਿਹਰਬਾਨੀ ਜੀ ਮੈਂ ਤਾਂ ਕਟਾਰੇ 'ਚ ਬੈਠਾ ਇਸ ਕਰਕੇ ਤੁਹਾਡਾ ਵੀ ਹੁਕਮ ਸਿਰ ਮਤਲਬ ਸਵਾਲ ਜਵਾਬ ਦੇ ਲਈ ਇੱਕ ਮੰਚ ਹੈ ਇਹ ਕਿਹੜਾ ਕੋਈ ਕੋਈ ਕੋਰਟ ਨਹੀਂ ਹੈ ਜਾਂ ਕੋਈ ਅਦਾਲਤ ਨਹੀਂ ਹੈ ਕਿ ਉਹਦੇ ਵਿੱਚ ਕੋਈ ਫੈਸਲਾ ਸੁਣਾਇਆ ਜਾਣਾ ਇਹ ਇੱਕ ਇੱਕ ਫਾਰਮੈਟ ਹੈ ਸ਼ੋਅ ਦਾ ਔਰ ਉਹਦੇ ਵਿੱਚ ਸਵਾਲ ਜਵਾਬ ਥੋੜੇ ਸਿੱਧੇ ਹੋ ਜਾਂਦੇ ਮਿਹ ਜਿਹੜਾ ਸਾਰੇ ਜਿਹੜੇ ਦਰਸ਼ਕਾ ਉਹਨਾਂ ਦੇ ਰੂਬਰੂ ਹੁੰਦਾ ਮੌਕਾ ਦਿੱਤਾ। ਥੈਂਕ ਯੂ ਜੀਮਾ ਸਾਹਿਬ ਬਹੁਤ ਬਹੁਤ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ। ਤਾਂ ਜਲੰਧਰ ਤੋਂ ਸ਼ੁਰੂ ਹੋਈ ਅਕਾਲੀ ਦਲ ਦੀ ਜੰਗ ਫਿਲਹਾਲ ਸ਼ਾਂਤ ਹੁੰਦੀ ਜਾਂ ਰੁਕਦੀ ਤਾਂ ਨਜ਼ਰ ਨਹੀਂ ਆ ਰਹੀ। ਹਾਂ ਅਕਾਲੀ ਦਲ ਜਿਹੜੇ ਸੁਖਬੀਰ ਬਾਦਲ ਦੇ ਪੱਖ ਦੇ ਵਿੱਚ ਖੜੇ ਲੀਡਰ ਨੇ ਜਾਂ ਫਿਰ ਬਗਾਵਤ ਵਾਲੇ ਯਾਨੀ ਕਿ ਵਿਰੋਧ ਦੇ ਵਿੱਚ ਖੜੇ ਜਿਹੜੇ ਲੀਡਰ ਨੇ ਉਹਨਾਂ ਦੇ ਆਪੋ ਆਪਣੀ ਤਰਕ ਨੇ। ਪਰ ਇਹਨਾਂ ਤਰਕਾਂ ਦੇ ਵਿਚਾਲੇ ਹੁਣ ਸਾਰਾ ਕੁਝ ਅਕਾਲ ਤਖਤ ਸਾਹਿਬ ਵਾਲੇ ਪਾਸੇ ਦੇਖ ਕੇ ਕਿਹਾ ਜਾ ਰਿਹਾ ਹੈ। ਕਿ ਅਕਾਲ ਤਖਸਾਲ ਸਾਹਿਬ ਨੂੰ ਜੋ ਸਪਸ਼ਟੀਕਰਨ ਸੁਬੀਰ ਸਿੰਘ ਬਾਦਲ ਦੇ ਕੇ ਆਏ ਨੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਵੱਲੋਂ ਕੀ ਆਦੇਸ਼ ਦਿੱਤੇ ਜਾਂਦੇ ਨੇ ਕਿਹੜੀ ਸਜ਼ਾ ਸੁਣਾਈ ਜਾਂਦੀ ਹੈ ਕਿ ਵਾਕੇ ਹੀ ਪਾਰਟੀ ਨੂੰ ਲੈ ਕੇ ਕੋਈ ਆਦੇਸ਼ ਦੇ ਦਿੱਤੇ ਜਾਣਗੇ ਇੰਤਜ਼ਾਰ ਥੋੜਾ ਜਿਆ ਕਰਨਾ ਹੋਏਗਾ ਪਰ ਇੰਤਜ਼ਾਰ ਸਾਰਿਆਂ ਤੋਂ ਜ਼ਿਆਦਾ ਸੁਬੀਰ ਸਿੰਘ ਬਾਦਲ ਹੋਰੀ ਜਾਂ ਉਹਨਾਂ ਦੇ ਸਮਰਥਕ ਜਾਂ ਦੂਜੇ ਪਾਸੇ ਬਾਗੀ ਤੜਾ ਉਹ ਵੀ ਇਸ ਸਮੇਂ ਇੰਤਜ਼ਾਰ ਉਹਨਾਂ ਦੇ ਆਦੇਸ਼ਾਂ ਦਾ ਹੀ ਕਰ ਰਿਹਾ ਹੈ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਫਿਲਹਾਲ ਦੇ ਲਈ ਨਹੀਂ ਮੈਨੂੰ ਇਜਾਜ਼ਤ ਦਿਓ ਧੰਨਵਾਦ